ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਧਿਆਇ 9 ਬ੍ਰਿਜ ਅਯੋਧਿਆ ਔਰ ਕਾਸ਼ੀ ਦੇ ਲੋਕਾਂ ਪ੍ਰਤੀ ਉਪਦੇਸ਼। ਦੋਹਰਾ ਜਗਤ ਜੋਤ ਜਗ ਜਗਮਗਤ ਜੁਤ ਨਿਤ ਅਭਿਮਤ ਚਿਤ ਦੇਤ। ਜਗਤ ਜੋਤ ਜਗਮਗਤ ਜੁਤ ਨਿਤ ਅਭਿਮਤ ਚਿਤ ਦੇਤ। ਜਗਤ ਜੋਤ ਮੈਨੇ ਜਿਹੜੀ ਜੋਤ ਜਗਦੀ ਹੈ, ਔਰ ਜਗਮਗਤ ਜੁਤ ਜਗਮਗਾ ਰਹੀ ਹੈ, ਚਮਕ ਰਹੀ ਹੈ। ਨਿਤ ਅਭਿਮਤ ਚਿਤ ਦੇਤ ਜਿਹੜੀ ਨਿਤ ਮੈਨੇ ਹਮੇਸ਼ਾ ਚਿੱਤ ਦੀਆਂ ਜਿਹੜੀਆਂ ਮਨੋਕਾਮਨਾ ਉਹਨਾਂ ਨੂੰ ਪੂਰਾ ਕਰ ਰਹੀ ਹੈ। ਨਿਤ ਅਭਿਮਤ ਚਿਤ ਦੇਤ ਅਭਿਮਤ, ਹਾਂਜੀ, ਜਿਹੜੀਆਂ ਮਨ ਚਾਹੁੰਦਾ ਹੈ। ਚਿੱਤ ਦੇਤ ਉਹ ਸਦਾ ਵਾਸਤੇ ਚਿੱਤ ਦੀਆਂ ਜਿਹੜੀਆਂ ਕਾਮਨਾ ਉਹਨੂੰ ਪੂਰਾ ਕਰਦੀ ਹੈ, ਉਹਨਾਂ ਨੂੰ ਦਿੰਦੀ ਹੈ। ਚਿੱਤ ਦੀਆਂ ਜਿੰਨੀਆਂ ਵੀ ਕਾਮਨਾ ਹੈਗੀਆਂ, ਜਗਤ ਜੋਤ, ਜਗਤ ਜੋਤ ਮੈਨੇ ਜਗਦੀ ਹੈ ਜੋਤ, ਜਿਸ ਦੀ ਜਿਸ ਦਾ ਪ੍ਰਕਾਸ਼ ਪੈ ਰਿਹਾ, ਔਰ ਜਗਮਗਾਤ ਇਹਦਾ ਚਮਕਣਾ, ਜਗਮਗਾ ਰਿਹਾ ਭਾਵ ਤੇਜ ਜਿਹੜਾ ਉਹ ਬੜੀਆਂ ਦਮਕਾਂ ਮਾਰ ਰਿਹਾ। ਜੁੱਤ ਦਮਕਣਾ, ਦਿਉਤ ਨਾਮ ਚਮਕਣ ਦਾ ਹੁੰਦਾ। ਅਭਿਮਤ ਜਿਹਨੂੰ ਮਨ ਚਾਹੁੰਦਾ ਹੋਏ, ਮਨ ਦੀ ਮੰਗੀ ਹੋਈ, ਮਨ ਪਸੰਦ, ਕਿਉਂਕਿ ਪਰਮੇਸ਼ੁਰ ਜਿਹੜਾ ਜਗਦੀ ਜੋਤ ਔਰ ਜਿਹੜਾ ਜਗਮਗਾ ਰਿਹਾ ਭਾਵ ਜਿਹਦਾ ਚਮਕਣਾ, ਔਰ ਜਿਹਦਾ ਜੋ ਮੈਨੇ ਸਦਾ ਜਿਹੜਾ ਚਿੱਤ ਦੀ ਚਾਹੀ, ਜਿਵੇਂ ਚਿੱਤ ਚਾਹੁੰਦਾ ਮਨੋਕਾਮਨਾ ਦਿੰਦੀ ਹੈ, ਪੂਰਾ ਕਰਦੀ ਹੈ। ਸੂਲ ਹਰੀ ਮੰਗਲ ਕਰੀ ਜੈ ਜੈ ਕਿਰਪਾ ਨਿਕੇਤ। ਸੂਲ ਜਿਹੜੀ ਪੀੜਾ ਆ, ਜਿਹੜੀ ਸੂਲ ਵਾਂਗ ਚੁੱਭਦੀ ਹੈ ਨਾ, ਕਈ ਵਾਰੀ ਪੀੜ ਐਸੀ ਹੁੰਦੀ ਹੈ, ਉਹ ਜਿਹੜੀ ਸੂਲ ਪੀੜਾ ਨੂੰ ਦੂਰ ਕਰਨ ਵਾਲੀ ਮੰਗਲ ਖੁਸ਼ੀਆਂ ਦਾ ਘਰ ਆ, ਖੁਸ਼ੀਆਂ ਕਿਰਪਾ ਦਾ ਘਰ ਆ। ਤੈਨੂੰ ਸਦਾ ਹੀ ਕਹਿੰਦੇ ਜੈ ਜੈਕਾਰ ਹੋਵੇ, ਤੇਰੀ ਸਦਾ ਹੀ ਜੈ ਜੈਕਾਰ ਹੋਵੇ। ਜੈ ਜੈ ਕਿਰਪਾ ਨਿਕੇਤ, ਇਹ ਕਿਰਪਾ ਦੇ ਨਿਕੇਤ ਕਰ, ਤੇਰੀ ਸਦਾ ਹੀ ਜੈ ਹੋਵੇ। ਸ਼੍ਰੀ ਬਾਲਾ ਸੰਧੁਰ ਵਾਚ, ਹੁਣ ਭਾਈ ਬਾਲਾ ਜਿਹੜੇ ਸੰਧੂ ਗੋਤ ਦੇ ਆ, ਉਹ ਬਚਨ ਕਹਿ ਰਹੇ ਆ। ਚੌਪੇ ਸ਼੍ਰੀ ਫੇਰੋ ਸੁੱਤ ਸੁਣੀਏ ਕਥਾ, ਕਿਉਂਕਿ ਤੁਹਾਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਪਿਤਾ ਜੀ ਦਾ ਨਾਮ ਬਾਬਾ ਫੇਰੂ ਮੱਲ ਸੀ। ਕਹਿੰਦੇ ਇਹ ਫੇਰੂ ਮੱਲ ਜੀ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਜੀ, ਅਗਲੀ ਕਥਾ ਸੁਣੀਏ। ਪਿਖੀ ਜਥਾ ਮੈਂ ਕਥ ਹੂੰ ਤਥਾ, ਜਿਸ ਤਰ੍ਹਾਂ ਮੈਂ ਦੇਖੀ ਹੈ ਉਸੇ ਤਰ੍ਹਾਂ ਕਹਿ ਰਿਹਾ ਹਾਂ। ਆਗਿਆ ਗਮਨ ਕੀਨ ਗੁਣ ਖਾਨੀ, ਅੱਗੇ ਗੁਣਾਂ ਦੀ ਖਾਣ ਨੇ ਜਾਣਾ ਕੀਤਾ। ਨਰਨ ਉਧਾਰਨ ਜਿਨ ਮਨ ਬਾਣੀ, ਜਿਨ੍ਹਾਂ ਨੇ ਪੁਰਸ਼ਾਂ ਦੇ ਆਧਾਰ ਕਰਨ ਦਾ ਮਨ ਬਣਾਇਆ ਹੋਇਆ ਹੈ। ਭੁਜੰਗ ਛੰਦ, ਚਲੇ ਜਾਤ ਮੂੰਹ ਸੰਗ ਬੋਲੇ ਕਿਰਪਾਲਾ। ਜਦੋਂ ਕਹਿੰਦੇ ਮੇਰੇ ਨਾਲ ਚੱਲਿਆ ਜਾ ਰਿਹਾ ਸੀ, ਕਿਰਪਾ ਦੇ ਘਰ ਬੋਲੇ, ਅਵੇ ਦੇਖੀਏ ਕਾਨ ਕੀ ਬ੍ਰਿਜ ਛਾਲਾ। ਫਿਰ ਕਹਿਣ ਲੱਗੇ ਕਾਨ ਕ੍ਰਿਸ਼ਨ ਦੀ ਜਿਹੜੀ ਬ੍ਰਿਜ ਛਾਲਾ, ਹਾਂਜੀ, ਬ੍ਰਿਜ ਹੈ, ਉਹਨੂੰ ਦੇਖਣਾ ਕਰੀਏ। ਜਹਾਂ ਅਵਤਾਰੰ ਧਰਿਓ ਕੰਸ ਨਾਸੂ,
ਜਿੱਥੇ ਕੰਸ ਦਾ ਨਾਸ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਧਾਰਿਆ ਸੀ। ਕੱਲ੍ਹ ਜਨਮ ਅਸ਼ਟਮੀ ਸੀ ਨਾ, ਯੂ ਹੈ ਕੁਲੋਲੰਗ ਯਸ਼ੋਦਾ ਵਸੂ, ਜਿਨ੍ਹਾਂ ਨੇ ਮਾਤਾ ਯਸ਼ੋਦਾ ਦੇ ਘਰ ਵਿੱਚ ਅਨੇਕ ਤਰ੍ਹਾਂ ਦੇ ਕੁਲੋਲ ਖੇਲਾਂ ਕੀਤੀਆਂ ਹਨ। ਸਵੈਯਾ ਰੱਬ ਕੀ ਤਨੀਆ ਜੈ ਸੁੰਦਰ ਰਾਜਤ ਖੇਲਤ ਸਿਆਮ ਮਹਾਂ ਸੁਖ ਪਾਇਓ। ਜਿਸ ਜਗ੍ਹਾ ਸੂਰਜ ਦੀ ਕੰਨਿਆ ਜਮਨਾ ਜਿਹੜੀ ਵਗ ਰਹੀ ਹੈ, ਔਰ ਜਿੱਥੇ ਸਿਆਮ ਕ੍ਰਿਸ਼ਨ ਜੀ ਸੁੱਖ ਪਾ ਕੇ ਖੇਲਦੇ ਰਹੇ ਹਨ। ਗਿਰਪਾ ਚੜ ਧਿਨ ਚ ਰਾਵਨ ਕੀਨ ਧਰਾ ਬਹੁ ਭਾਰ ਕੋ ਜਾਹੇ ਮਿਟਾਇਓ। ਗਿਰਪਾ ਚੜ ਧਿਨ ਚ ਰਾਵਨ, ਪਹਾੜ 'ਤੇ ਚੜ ਕੇ ਧਿਨੂ ਗਾਈਆਂ ਨੂੰ ਚਰਾ ਰਹੇ, ਕੀਨ ਧਰਾ ਬਹੁ ਭਾਰ ਕੋ ਕੀਨ ਧਰਾ ਬਹੁ ਭਾਰ ਕੋ ਜਾਹੇ ਮਿਟਾਇਓ। ਗਿਰ ਪੈ ਚੜ ਧਿਨ ਚ ਰਾਵਨ ਕੀਨ, ਪਹਾੜ 'ਤੇ ਚੜ ਕੇ ਗਊ ਨੂੰ ਚਰਾਉਣਾ ਕੀਤਾ, ਧਰਾ ਬਹੁ ਭਾਰ ਕੋ ਜਾਹੇ ਮਿਟਾਇਆ, ਧਰਾ ਮੈਨੇ ਧਰਤੀ ਦਾ ਜਿਹੜਾ ਭਾਰ ਸੀ ਨਾ ਉਹਨੂੰ ਮਿਟਾਇਆ, ਦੂਰ ਕੀਤਾ। ਕੁੱਲ ਦੈਤਨ ਕੇ ਸਭ ਨਾਸ ਕਰੇ, ਮਿਲ ਗੁਆਰਨ ਸੰਗ ਮੈਂ ਖੇਲ ਮਚਾਇਆ। ਦੈਨਤਾਂ ਦੀਆਂ ਕੁਲਾਂ ਸਾਰੀਆਂ ਨਾਸ ਕਰਕੇ, ਗਵਾਲਿਆਂ ਨਾਲ ਮਿਲ ਕੇ ਖੇਲ ਨੂੰ ਮਚਾਉਣਾ ਕੀਤਾ, ਖੇਡ ਖੇਡਣੀ ਕੀਤੀ। ਹਮ ਸੋ ਇਹ ਬੈਨ ਕਹੇ ਜਬ ਲੋ, ਤਬ ਲੋ ਬ੍ਰਿਜ ਭੂਮ ਸਮੀਪ ਦਸਾਇਓ। ਭਾਈ ਬਾਲਾ ਸਾਹਿਬ ਕਹਿੰਦੇ ਮੇਰੇ ਨਾਲ ਬਚਨ ਜਦ ਤੱਕ ਮਾਰਾ ਕਰਦੇ ਸੀ, ਉਦੋਂ ਬਚਨ ਕਰਦਿਆਂ ਕਰਦਿਆਂ ਉਹ ਜਿਹੜੀ ਬ੍ਰਿਜ ਭੂਮੀ ਸੀ ਉਹ ਨੇੜੇ ਆ ਕੇ ਦਿਸਣ ਲੱਗ ਪਈ। ਗਿਰ ਏਕ ਬਲੋ ਕੈ ਬੈਠ ਗਏ, ਤਬ ਬੈਨ ਭਨੇ ਗੁਰ ਸੋਮਰ ਦਾਨਾ। ਇੱਕ ਪਹਾੜੀ ਦੇਖ ਕੇ, ਬਲੋਕ ਦੇਖ ਕੇ ਉੱਥੇ ਬਹਿ ਗਏ, ਉਸ ਵੇਲੇ ਸ਼੍ਰੀ ਮਰਦਾਨਾ ਜੀ ਨੇ ਬਚਨ ਕਹੇ। ਜਮੁਨਾ ਤਟ ਕੂਲ ਕਰਿਓ ਕਿ ਭਾਂਤ ਸੋ ਦੂਸਰ ਨਾ ਹੀ ਸਮੀਪ ਦੇ ਸਨ। ਜਮੁਨਾ ਦੇ ਕਿਨਾਰੇ ਜਿਹੜਾ ਹੈ ਪਹਾੜ ਖੜ੍ਹਾ ਹੈ, ਇਹੋ ਜਿਹਾ ਪਹਾੜ ਹੋਰ ਕਿਤੇ ਨੇੜੇ ਤੇੜੇ ਨਹੀਂ ਦਿਸ ਰਿਹਾ ਹੈ। ਕੂਟ ਮੈਨੇ ਪਹਾੜ, ਤਟ ਮੈਨੇ ਕਿਨਾਰਾ, ਔਰ ਮੇਰੇ ਸੰਦੇਹ ਪਾਇਓ ਅਤਸ ਹੈ। ਸੁਣ ਸ਼੍ਰੀ ਗੁਰੂ ਨਾਨਕ ਬੈਨ ਬਖਾਨਾ। ਕਹਿੰਦੇ ਮੇਰੇ ਹਿਰਦੇ 'ਚ ਇਸ ਤਰ੍ਹਾਂ ਦਾ ਸੰਦੇਹ ਸ਼ੰਕਾ ਬਹੁਤ ਹੋਇਆ, ਸੁਣ ਕੇ ਸ਼੍ਰੀ ਗੁਰੂ ਜੀ ਨੇ ਬਚਨ ਕਿਹਾ। ਜਬ ਰਾਮ ਬੰਧਾਇਓ ਹੈ ਸਾਗਰ ਸੇਤੂ ਪਰਾ, ਤਬ ਕੋ ਗਿਰਾ ਹੈ ਇਹ ਥਨ। ਜਦੋਂ ਦਾ ਕਹਿੰਦੇ ਸ਼੍ਰੀ ਰਾਮ ਚੰਦਰ ਜੀ ਨੇ ਸਮੁੰਦਰ 'ਤੇ ਸੇਤੂ ਪੁਲ ਬਣਿਆ, ਉਦੋਂ ਦਾ ਇਹ ਪਹਾੜ ਇਸ ਜਗ੍ਹਾ ਟਿਕਿਆ ਹੋਇਆ ਹੈ। ਸਭ ਹੀ ਬਿਰਤਾਂਤ ਕਹੋ, ਇਹ ਕੋ ਪ੍ਰਭ ਬੈਨ ਭਨੇ ਸੁਣੀਏ ਮਰਦਾਨਾ। ਸ਼੍ਰੀ ਮਰਦਾਨਾ ਜੀ ਨੇ ਕਿਹਾ ਇਹ ਸਾਰਾ ਪ੍ਰਸੰਗ ਬਚਨ ਸੁਣਾਓ। ਅਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਮਰਦਾਨਾ ਜੀ ਸੁਣੋ, ਜਬ ਸਾਗਰ ਸੇਤ ਸੰਪੂਰਨ ਪਰ ਅਗਬੀਰ ਤਵੈ ਇਹ ਪੰਥ ਬਖਾਨਾ। ਜਿਸ ਵੇਲੇ ਸਮੁੰਦਰ ਉੱਤੇ ਪੁਲ ਪੂਰਾ ਹੋ ਗਿਆ ਅਤੇ ਰਾਮ ਚੰਦਰ ਜੀ ਨੇ ਫਿਰ ਇਸ ਤਰ੍ਹਾਂ ਕਿਹਾ, ਗਿਰ ਗੇਰ ਨ ਆਨੋ ਔਰ ਅਭੈ ਅਤੇ ਕਾਲ ਵਿਖੈ ਇਹ ਠਾਂ ਹਨੁਮਾਨ। ਉਸ ਵੇਲੇ ਕਹਿਣ ਲੱਗੇ ਕਿ ਹਨੂਮਾਨ ਜਿਹੜਾ ਸੀ, ਹਾਂਜੀ, ਕਹਿਣ ਲੱਗੇ ਵੀ ਹੁਣ ਹੋਰ ਜਿਹੜੇ ਪਹਾੜ ਦੇ ਪੱਥਰ ਚੁੱਕ ਕੇ ਨਾ ਲਿਆਓ। ਉਸ ਵਕਤ ਹਨੂਮਾਨ ਜਿਹੜਾ ਸੀ ਉਹ ਇਸ ਜਗ੍ਹਾ ਪਹਾੜ ਚੁੱਕ ਕੇ ਬੈਠਾ ਰਿਹਾ, ਪੱਥਰ ਚੁੱਕ ਕੇ ਬੈਠਾ ਰਿਹਾ। ਛਿਤ ਪੈ ਤਰ ਬੈਸ ਰਾਹ, ਗਿਰ ਕੋ ਰਘਵੀਰ ਕੇ ਤੀਰ ਨਾ ਕੀਨ ਪਿਆਨਾ। ਫਿਰ ਉੱਥੇ ਧਰਤੀ 'ਤੇ ਉਹ ਬੈਠਾ ਰਿਹਾ ਜਦੋਂ ਰਾਮ ਚੰਦਰ ਜੀ ਦਾ ਹੁਕਮ ਸੁਣਿਆ, ਪਰ ਸ਼੍ਰੀ ਰਾਮ ਚੰਦਰ ਦੇ ਕੋਲ ਨਾ ਗਿਆ। ਰਾਮ ਕਹੇ ਤੈਂ ਜਾਹੋ ਅਬੈ, ਇੱਕ ਬਾਂਦਰ ਅੰਨ ਵੇਗ ਬੁਲਾਈ। ਤੇ ਛਿਤ ਪੈ ਤਰ ਬੈਸ ਰਾਹ, ਗਿਰ ਕੋ ਰਘਵੀਰ ਕੇ ਤੀਰ ਨ ਕੀਨ ਪਿਆਨ। ਆਇਸ ਪਾਏ ਤਜੇ ਗਿਰ ਬਾਂਦਰ, ਆਰਾਮ ਕੇ ਤੀਰ ਗਏ ਸਭ ਧਾਈ। ਆਗਿਆ ਨੂੰ ਪਾ ਕੇ ਉਹ ਜਿੰਨੇ
ਬਾਂਦਰ ਸੀ, ਉਹਨਾਂ ਨੇ ਪਹਾੜ ਸੁੱਟ ਤੇ ਸ਼੍ਰੀ ਰਾਮ ਚੰਦਰ ਜੀ ਦੇ ਕੋਲ ਚਲੇ ਗਏ। ਕਿਉਂਕਿ ਬਾਨਰ ਇੱਕ ਕੌਮ ਹੈ ਉੱਥੇ, ਸੁਗਰੀਵ ਇਹਨਾਂ ਦਾ ਰਾਜਾ ਸੀ ਅਤੇ ਹਨੂੰਮਾਨ ਉਹਦਾ ਜਰਨੈਲ ਸੀ। ਉਹ ਕੌਮ ਦਾ ਨਾਮ ਬਾਨਰ ਆ, ਜਿਵੇਂ ਹੁਣ ਜੱਟਾਂ ਦਾ ਇੱਕ ਗੋਤ ਬਾਂਦਰ ਆ, ਪਿੰਡ ਦਾ ਨਾਮ ਵੀ ਭਾਗੀ ਕੇ ਬਾਂਦਰ ਬਾਅਦ ਵਿੱਚ, ਉਹ ਬਾਂਦਰ ਨਹੀਂ ਹੈ ਗੋਤ ਆ। ਇਸ ਤਰ੍ਹਾਂ ਕਈ ਪਿੰਡਾਂ ਦੇ ਨਾਂ ਆ, ਇੱਥੇ ਕਾਲਾ ਬੱਕਰਾ, ਅੱਜ ਕੱਲ੍ਹ ਲੀਡਰਾਂ ਦੇ ਨਾਂ ਨਾਲ ਪਿੰਡ ਲਾਈ ਜਾਂਦੇ ਨਾ, ਜੇ ਕਾਲੇ ਬੱਕਰੇ ਦਾ ਕਹਿਣਗੇ ਆਓ ਕਾਲਾ ਬੱਕਰਾ ਸਾਹਿਬ, ਹੁਣ ਲੀਡਰ ਪਿੰਡਾਂ ਦੇ ਨਾਂ ਨਾਲ ਲਾਉਣ ਲੱਗ ਪਿਆ ਨਾ ਫਲਾਨਾ, ਹਾਂਜੀ, ਅਤੇ ਫਿਰ ਉਹ ਜੇ ਉੱਥੇ ਦਾ ਹੋਇਆ ਅਤੇ ਫਿਰ ਤਾਂ ਇਹ ਕਹਿਣਗੇ ਵੀ ਆਓ ਕਾਲਾ ਬੱਕਰਾ ਸਾਹਿਬ, ਇੱਕ ਚੂਹੇ ਕੀ ਹੈ ਪਿੰਡ, ਹਾਂਜੀ, ਉਹ ਫਿਰ ਕਹਿਣਗੇ ਆਓ ਚੂਹਾ ਸਾਹਿਬ। ਇਸ ਤਰ੍ਹਾਂ ਪਿੰਡਾਂ ਦੇ ਨਾਂ, ਉਹ ਬਾਨਰ ਕੌਮ ਆ। ਆਏ ਸਪਾਏ ਤਜੇ ਗਿਰ ਬਾਂਦਰ, ਰਾਮ ਕੇ ਤੀਰ ਗਏ ਸਭ ਧਾਈ। ਉਹ ਆਗਿਆ ਨੂੰ ਪਾ ਕੇ ਚਲੇ ਗਏ, ਸ਼੍ਰੀ ਰਾਮ ਚੰਦਰ ਜੀ ਤੀਰ ਪਾਸ ਆਏ, ਸਾਰੇ ਦੇ ਸਾਰੇ ਧਾਈ ਦੌੜ ਕੇ। ਸ਼੍ਰੀ ਰਘਵੀਰ ਬਲੋਕ ਕਹੇ ਹਨੂੰਮਾਨ ਬਲੀ ਨਾ ਦੇ ਦਿਖਾਏ। ਸ਼੍ਰੀ ਰਘਵੀਰ ਰਾਮ ਚੰਦਰ ਜੀ ਬਲੋਕ ਕੇ ਦੇਖ ਕੇ ਕਹਿਣ ਲੱਗੇ ਵੀ ਜਿਹੜਾ ਹਨੂੰਮਾਨ ਬੜਾ ਬਲੀ ਸੀ ਉਹ ਦਿਖਾਈ ਨਹੀਂ ਦੇ ਰਿਹਾ। ਜਾਂ ਸੁਣ ਕੇ ਅਤੇ ਸੰਗ ਹੋ ਤੋ ਜੋ ਸਭ ਹੈ ਕਹਿ ਕੇ ਤਾਂ ਵਗਾਤ ਸੁਣਾਈ। ਕਿਉਂਕਿ ਹੁਣ ਹਨੂੰਮਾਨ ਦਾ ਨਾਨਾ ਗੌਤਮ ਹੈ ਅਤੇ ਨਾਨੀ ਹੈਗੀ ਅਹਲਿਆ, ਪੇ ਦਾ ਨਾਂ ਕੇਸਰੀ ਹੈ ਅਤੇ ਮਾਤਾ ਦਾ ਨਾਂ ਅੰਜਨੀ ਆ, ਇਹ ਸਾਰੇ ਮਨੁੱਖ ਆ ਕਿ ਨਹੀਂ। ਅਤੇ ਹਨੂੰਮਾਨ ਨਜ਼ਰ ਨਹੀਂ ਦੇ ਰਿਹਾ। ਜਾਂ ਸੁਣ ਕੇ ਅਤੇ ਸੰਗ ਹੋ ਤੋ ਜੋ ਸਭ ਹੈ ਕਹਿ ਕੇ ਤਾਂ ਗਾਤ ਸੁਣਾਈ। ਇਹ ਸੁਣ ਕੇ ਉਹਨਾਂ ਦੇ ਨਾਲ ਜਿਹੜੇ ਕੋਲ ਸੀ ਉਹ ਸਾਰਿਆਂ ਨੂੰ ਕਹਿ ਕੇ ਕਥਾ ਸੁਣਾਈ। ਰਾਮ ਕਹੇ ਤੈਂ ਜਾਹੋ ਅਬੈ ਇੱਕ ਬਾਂਦਰ ਆਨੋ ਬੇਗ ਬੁਲਾਈ। ਫਿਰ ਰਾਮ ਚੰਦਰ ਜੀ ਕਹਿਣ ਲੱਗੇ ਕਿ ਹੁਣੇ ਹਨੂੰਮਾਨ ਦੇ ਕੋਲ ਜਾਓ। ਇੱਕ ਬਾਂਦਰ ਚੱਲ ਕੇ ਗਿਆ ਅਤੇ ਹਨੂੰਮਾਨ ਨੂੰ ਬੁਲਾਉਣ ਲਈ ਬੇਗ ਸ਼ੀਘਰ ਆ ਗਿਆ ਵੀ ਤੂੰ ਛੇਤੀ ਆ ਜਾ, ਕਿਉਂਕਿ ਜੋ ਸੁਣ ਕੇ ਅਤੇ ਸੰਗ ਤੋਂ ਉਹ ਸੁਣ ਕੇ ਜਿਹੜੇ ਬਾਨਰ ਉਹਨਾਂ ਦੇ ਕੋਲ ਖੜ੍ਹੇ ਸੀ ਉਹਨਾਂ ਸਾਰਿਆਂ ਨੇ ਉਹ ਜਿਹੜੀ ਕਹਾਣੀ ਵਗੈਰਾ ਸੀ ਉਹ ਸਾਰੀ ਗਾਥ ਕਥਾ ਸੁਣਾਈ। ਮਹਾਰਾਜ ਕਹਿੰਦੇ ਜਾਓ ਇੱਕ ਜਣਾ ਜਾ ਕੇ ਉਹਨੂੰ ਛੇਤੀ ਲਾਇਓ। ਤਾਇਆ ਗੋ ਹਨੂੰਮਾਨ ਸਮੀਪ ਚਲੋ ਰਘਵੀਰ ਨੇ ਵੇਗ ਬੁਲਾਵਾ। ਉਹ ਦੌੜ ਕੇ ਹਨੂੰਮਾਨ ਦੇ ਕੋਲ ਗਿਆ ਅਤੇ ਤੁਹਾਨੂੰ ਰਘਵੀਰ ਰਾਮ ਚੰਦਰ ਨੇ ਛੇਤੀ ਬੁਲਾਇਆ ਹੈ, ਮੇਰੋ ਨਾ ਜਾਣ ਬਣੇ ਇਹ ਭਾਂਤ ਬਿਰਤੰਤ ਸਾਹਿਬ ਕਹਿ ਕੇ ਸਮਝਾਇਆ। ਕਹਿੰਦਾ ਮੇਰਾ ਜਾਣਨਾ ਇਸ ਤਰ੍ਹਾਂ ਬਣਦਾ ਨਹੀਂ, ਸਾਰਾ ਪ੍ਰਸੰਗ ਕਹਿ ਕੇ ਸਮਝਾਇਆ। ਸੋ ਸੁਣ ਕੇ ਆਪਾਂ ਨੂੰ ਰਾਮ ਸਮੀਪ ਗਿਆ ਸਭ ਹੀ ਸੋ ਪ੍ਰਸੰਗ ਸੁਣਾਓ। ਉਹ ਸੁਣ ਕੇ ਰਾਮ ਚੰਦਰ ਜੀ ਕੋਲ ਗਿਆ, ਸਾਰਾ ਪ੍ਰਸੰਗ ਸੁਣਾਇਆ। ਆਵਤ ਹੈ ਨਾ ਪਰ ਭੰਜਨ ਨੰਦਨ ਮੋਹ ਸੰਗ ਐਸੇ ਹੀ ਬਿਆਨਾਂ ਦਾ। ਪਰ ਭੰਜਨ ਹਵਾ ਦਾ ਨੰਦਨ ਜਿਹੜਾ ਪੁੱਤਰ ਉਹ ਕਹਿੰਦੇ ਆਉਂਦਾ ਨਹੀਂ, ਮੈਨੂੰ ਨਹੀਂ ਇਸ ਤਰ੍ਹਾਂ ਬੈਨ ਬਚਨ ਕਿਹਾ। ਜਾਹੇ ਪਹਾੜ ਉਪਾਰਨ ਮੈਂ ਜਬ ਲਾਗਿਓ ਤਬ ਬਾਣੀ ਦਾ। ਜਦੋਂ ਕਹਿੰਦੇ ਮੈਂ ਪਹਾੜ ਤੋਂ ਪੱਥਰ ਪੁੱਟਣ ਲੱਗਾ ਸੀ ਅਤੇ ਫਿਰ ਮੈਨੂੰ ਉਸ ਨੇ ਬਾਣੀ ਇਸ ਤਰ੍ਹਾਂ ਕਹੀ। ਬੂਹੇ ਚਾਹੋ ਨਾ ਹੀ ਆਵੇ, ਜੇ ਚਾਹੋ ਤਾਂ ਸੁਣੀਏ ਮਨ ਲਾਏ। ਕਹਿੰਦੇ ਮੈਨੂੰ ਇੱਥੋਂ ਚੁੱਕਣਾ ਨਾ ਕਰ, ਹੁਣ ਜੇ ਚੁੱਕਣਾ ਤਾਂ ਮਨ ਲਾ ਕੇ ਮੇਰੀ ਗੱਲ ਸੁਣ ਲੈ। ਸ਼੍ਰੀ ਰਘਵੀਰ ਜਾਂ ਪਦ ਪੰਕਜ ਤਾਂ ਕਿ ਤਰੇ ਬੂਹੇ ਦੇਹੋ ਟਕਾਈ। ਜਿੱਥੇ ਕਹਿੰਦੇ ਸ਼੍ਰੀ ਰਾਮ ਚੰਦਰ ਮਹਾਰਾਜ ਦੇ ਚਰਨ ਕਮਲ ਹੋਣ, ਪੰਕਜ ਪਦ ਪੰਕਜ ਚਰਨ ਕਮਲ ਹੈ, ਕਹਿੰਦੇ ਉਸ ਜਗ੍ਹਾ ਉਹਨਾਂ ਦੇ ਚਰਨਾਂ 'ਚ ਨੀਚੇ ਮੈਨੂੰ ਟਿਕਾ ਦੇਈ। ਤਰੇ ਮੈਨੇ ਥੱਲੇ ਆਨ ਸਥਾਨ ਵੇਖੇ ਜੇ ਤਰੋਂ ਅਤੇ ਥਾਂ 'ਤੇ ਨੀਕੇ ਰਹੋਂ ਇਹ ਥਾਈ। ਕਹਿੰਦੇ ਜੇ ਹੋਰ ਕਿਸ ਥਾਂ 'ਤੇ ਰੱਖਣਾ ਇਹ ਤਾਂ ਮੈਨੂੰ ਇੱਥੇ ਹੀ ਟਿਕਿਆ ਰਹਿਣ ਦੇ, ਇਹ ਜਗ੍ਹਾ ਚੰਗੀ ਹੈ। ਸੌਂਪ ਹਾਰ ਕੇ ਸੰਗ ਕਰੀ ਰਘਵੀਰ ਖਰੇ ਜਾਂ ਸਾਰਗ ਪਾਣੀ। ਇਸ ਤਰ੍ਹਾਂ ਪਹਾੜ ਦੇ ਨਾਲ ਸੌਂ ਖਾ ਕੇ ਬਚਨ ਵਿਲਾਸ ਦੇ ਕੇ ਅਤੇ ਉਹਦੇ ਜਿਹੜੇ ਬਚਨ ਚੰਗੀ ਤਰ੍ਹਾਂ ਮਨ ਕਰਕੇ ਸ਼੍ਰੀ ਰਾਮ ਚੰਦਰ ਜੀ ਜਿਹੜੇ ਧਨਕ ਹਾਂਜੀ ਕਮਾਨ ਤੀਰ ਧਾਰ ਕੇ ਖੜ੍ਹੇ ਸਨ
ਸਾਰੰਗ ਪਾਣੀ ਪਾਨ ਮੈਨੇ ਹੱਥਾਂ 'ਚ ਸਾਰੰਗ ਹਾਂਜੀ ਕਮਾਨ ਲੈ ਕੇ ਖਰੇ ਸੀਗੇ ਖੜੇ ਸੀ ਤਾਂ ਪਦ ਪੌਂਕਾਂ ਸੁੰਦਰ ਨੀਚੇ ਮੈਂ ਦਿਓ ਟਕਾਏ ਭਲੇ ਮਨ ਬਾਣੀ ਫਿਰ ਕਹਿੰਦੇ ਉਹਨਾਂ ਦੇ ਚਰਨਾਂ 'ਚ ਉਹਨੂੰ ਟਿਕਾਉਣ ਵਾਸਤੇ ਮੈਂ ਪਹਾੜ ਨੂੰ ਆਪਣੇ ਸਿਰ 'ਤੇ ਚੁੱਕ ਲਿਆ ਲੀਨੋ ਚਾਏ ਚਲਿਓ ਮਗ ਤੂਰਨ ਜੋ ਬਲ ਖਾਣ ਛੇਤੀ ਚੱਲ ਪਿਆ ਜਿਹੜਾ ਬਲ ਦੀ ਖਾਣ ਪਾ ਬਹੁਤ ਵੱਡਾ ਬਲੀ ਸੀ ਸਿਹਤ ਸੰਪੂਰਨ ਹੋਏ ਹੋਇਆ ਆਪਣੇ ਹੱਸ ਜੰਪਰੂਨ ਉਹ ਜਦ ਉਹਨੂੰ ਫਿਰ ਪੱਥਰ ਛੱਡਦਿਆਂ ਛੱਡਦਿਆਂ ਸਮੁੰਦਰ ਜਿਹੜਾ ਸੀ ਪੂਰਾ ਹੋ ਗਿਆ ਪੁਲ ਪੂਰਾ ਹੋ ਗਿਆ ਸਮੁੰਦਰ 'ਤੇ ਅਤੇ ਫਿਰ ਕਹਿੰਦੇ ਆਪ ਦੀ ਆਗਿਆ ਆ ਗਈ ਵੀ ਹੋਰ ਪੱਥਰ ਨਾ ਲਿਆਓ ਜੋ ਇਹ ਥਾਨ ਵੀ ਹੈ ਗਿਰ ਲਿਆਵਤ ਸੋ ਅਤੇ ਥਾਨਵੇਂ ਦੇ ਹੁਣ ਟਕਾਏ ਹੈ ਕਿਉਂਕਿ ਜਿਹੜੀ ਜਿਹੜਾ ਪਹਾੜ ਲੈ ਕੇ ਆ ਰਹੇ ਹਾਂ ਕਹਿੰਦੇ ਉਹਨਾਂ ਨੂੰ ਉਸੇ ਉਸੇ ਜਗ੍ਹਾ ਟਕਾ ਦਿਓ ਆਏ ਸਰਾਵਰ ਕੀ ਸੁਣ ਕੇ ਸਮੰਜਸ ਜਾਂਝਦਾ ਹੈ ਕਪਰ ਆਈ ਆਪ ਦੀ ਇਹ ਸਮੰਜਸ ਰਾਵਰ ਮੈਨੇ ਆਪ ਦੀ ਆਏ ਸਾਗਿਆਂ ਨੂੰ ਸੁਣ ਕੇ ਹਾਂਜੀ ਅਸਮੰਜੇ ਜਾਨ ਇਹਦੇ ਕਪਰ ਆਈ ਮੈਂ ਇਹਦੇ 'ਚ ਅਸਮੰਜੇ ਮੈਨੇ ਜਿਹੜੀ ਗੱਲ ਨਾ ਹੋ ਸਕੇ ਹੈਂ ਉਹ ਬੜੀ ਅਸਮੰਜਸ ਕਪਰ ਆਈ ਬਾਨਰਾਂ ਦਾ ਰਾਜਾ ਆਪਣੇ ਹਿਰਦੇ 'ਚ ਬੜਾ ਉਹ ਹਾਂਜੀ ਅਸਮੰਜਸ ਕਠਿਨਾਈ 'ਚ ਪੈ ਗਿਆ ਫਸ ਗਿਆ ਵੀ ਹੁਣ ਇਹ ਅਣਬਣ ਗੱਲ ਬਣ ਗਈ ਕਿਵੇਂ ਹੋਏਗਾ ਵੀ ਬਚਨ ਤਾਂ ਮੈਂ ਇਹ ਦਿੱਤਾ ਸੀ ਜਿਹਨਾਂ ਤਾਂ ਜੋ ਧਰਮਦਾਸਨ ਕੋ ਸੋ ਨਾਸ ਹਵੈ ਜਾਤ ਹੈ ਨਾ ਹੀ ਭਲਾਈ ਜਿਹਨਾਂ ਤਾਂ ਜੋ ਧਰਮਦਾਸਨ ਕੋ ਸੋ ਨਾਸ ਹਵੈ ਨਾਸ ਹੈ ਜਾਤ ਹਵੈ ਨਾ ਹੀ ਭਲਾਈ ਹੁਣ ਉਹ ਕਹਿੰਦਾ ਕਿ ਜੇ ਮੈਂ ਇਹਨੂੰ ਇੱਥੇ ਸੁੱਟ ਦਿੰਦਾ ਬਚਨ ਕੀਤਾ ਕਿ ਉੱਥੇ ਲੈ ਜਾਵਾਂਗਾ ਇਹ ਦਾਸਾਂ ਦਾ ਧਰਮ ਬਚਨ ਮੰਨਣਾ ਪਾਲਣਾ ਉਹ ਨਾਸ ਹੋ ਜਾਏਗਾ ਉਹ ਨਾਸ ਹੋ ਜਾਂਦਾ ਇਹ ਗੱਲ ਫਿਰ ਨਾ ਹੀ ਭਲਾਈ ਚੰਗੀ ਨਹੀਂ ਹੈ ਜੇ ਤਾਂ ਜਾਉਂ ਗਿਰਾ ਮਮ ਝੂਠ ਵੈ ਅਸ ਵਿਚਾਰ ਰਹੇ ਹੋ ਤੇ ਥਾਂ ਫਿਰ ਇਸ ਪ੍ਰਕਾਰ ਕਹਿੰਦੇ ਜੇ ਪਹਾੜ ਇੱਥੇ ਸੁੱਟ ਦਿੰਦਾ ਤਜ ਜਾਉਂ ਇਹਨੂੰ ਤਿਆਗ ਜਾਂਦਾ ਮਮ ਝੂਠ ਵੈ ਮੇਰਾ ਬਚਨ ਜਿਹੜਾ ਕਿਤੇ ਝੂਠਾ ਹੋ ਜਾਂਦਾ ਐਸ ਵਿਚਾਰ ਰਹੇ ਹੋ ਤਾਂ ਇਸ ਵਿਚਾਰ ਨੂੰ ਮਨ 'ਚ ਰੱਖ ਕੇ ਹਨੂੰਮਾਨ ਕਹਿੰਦਾ ਮੈਂ ਇੱਥੇ ਬੈਠਾ ਰਿਹਾ ਸ਼੍ਰੀ ਕਬੀਰ ਕਹਿ ਸੁਣ ਕੇ ਯੁਗ ਦੁਆਪਰ ਮੈਂ ਤਰਹੋਂ ਅਵਤਾਰੂ ਇਹ ਸੁਣ ਕੇ ਸ਼ਾਮ ਚੰਦਰ ਕਹਿਣ ਲੱਗੇ ਦੁਆਪਰ ਯੁਗ ਜਦੋਂ ਅਵਤਾਰ ਧਾਰਾਂਗੇ ਉੱਪਰ ਤਾਂ ਬਿਲਾਸ ਕਰੋ ਚਿਰਕਾਲ ਲਓ ਮੈਂ ਪੱਗ ਸੰਗ ਵਿਹਾਰੋਂ ਕਹਿੰਦੇ ਫਿਰ ਇਹ ਜਿਹੜਾ ਪਹਾੜੀ ਦੇ ਉੱਤੇ ਅਸੀਂ ਬੜੇ ਬਿਲਾਸ ਕੌਤਕ ਚਿਰ ਬਹੁਤ ਲੰਮਾ ਸਮਾਂ ਚਿਰਕਾਲ ਕਰਾਂਗੇ ਹੈਂ ਚਿਰਕਾਲ ਲਓ ਮੈਂ ਪੱਗ ਸੰਗ ਵਿਹਾਰੋਂ ਅਸੀਂ ਫਿਰ ਆਪਣੇ ਚਰਨਾਂ ਦੇ ਨਾਲ ਇੱਥੇ ਵਿਹਾਰ ਮੈਨੇ ਵਿਚਰਾਂਗੇ ਜਦੋਂ ਸੁਣ ਕੇ ਹਨੂੰਮਾਨ ਕੇ ਤੀਰ ਗਏ ਸਭ ਵਿਧਕੀ ਨਾ ਚੱਲ ਉਹ ਸੇਵਕ ਸੁਣ ਕੇ ਹਨੂੰਮਾਨ ਕੋਲ ਚਲ ਗਿਆ ਇਹ ਸਾਰੀ ਵਿਧੀ ਉਚਾਰਨ ਕਰਕੇ ਦੱਸੀ ਤਾਂ ਹਨੂੰਮਾਨ ਪਿਆਨ ਕੀ ਹੋ ਜਾਂ ਠੰਡੇ ਉੱਥੇ ਰਘਵੰਸ ਕੁਮਾਰ ਉਹ ਪਹਾੜ ਨੂੰ ਫਿਰ ਉੱਥੇ ਹੀ ਰੱਖ ਕੇ ਹਨੂੰਮਾਨ ਨੇ ਪਿਆਨ ਚਲਣਾ ਕੀਤਾ ਜਿੱਥੇ ਸ਼੍ਰੀ ਰਘੁਵੰਸ ਰਾਮ ਚੰਦਰ ਕੁਮਾਰ ਠਾਂਡੇ ਇਸਤਿਤ ਸੀ ਤਬ ਕੋਏ ਥਨ ਧਰਾ ਸੋ ਧਰਾ ਧਰ ਧਾਰ ਅਵਤਾਰ ਮੁਰਾਰ ਸੁਹਾਏ ਉਸ ਵੇਲੇ ਤੋਂ ਇਹ ਜਿਹੜਾ ਹਾਂਜੀ ਪਹਾੜ ਇੱਥੇ ਧਰਾ ਧਰਤੀ 'ਤੇ ਪਿਆ ਹੋਇਆ ਅਤੇ ਕ੍ਰਿਸ਼ਨ ਜੀ ਨੇ ਅਵਤਾਰ ਧਾਰ ਕੇ ਸੁਹਾਏ ਹਾਂਜੀ ਅਤੇ ਸੋਭਾ ਸੰਯੁਕਤ ਹੋਏ ਹਨ ਸਭ ਗੋਪਨ ਮੈਂ ਮਿਲ ਕੇ ਮਸੂਦਨ ਬਾਲਕ ਸੰਘ ਮੈਂ ਖੇਲ ਮਚਾਏ ਸਾਰੇ ਗੋਪ ਗਵਾਲਿਆਂ ਨਾਲ ਮਿਲ ਕੇ ਮਧੂਸੂਦਨ ਕ੍ਰਿਸ਼ਨ ਜੀ ਨੇ ਬਾਲਕਾਂ ਦੇ ਨਾਲ ਖੇਲ ਮਚਾਉਣਾ ਕੀਤੇ ਖੇਡਾਂ ਖੇਡੀਆਂ ਇਹ ਜਾਨ ਪੁਨੀਤ ਪਹਾੜ ਵੱਡੋ ਪਦ ਕੇਸੋ ਕੇ ਵੋਕਾਲ ਲਗਾਏ ਇਹ ਜਾਣ ਕੇ ਪਹਾੜ ਨੂੰ ਵੱਡਾ ਪਵਿੱਤਰ ਪੁਨੀਤ ਕੇਸਵ ਕ੍ਰਿਸ਼ਨ ਦੇ ਚਰਨ ਕਮਲਾਂ ਦੇ ਨਾਲ ਬਹੁਤ ਕਾਲ ਲਗਾਏ ਬਹੁਤ ਸਮਾਂ ਲਗਾ ਰਿਹਾ ਭਾਵ ਕਾਫੀ ਸਮਾਂ ਇੱਥੇ ਉਹ ਵਿਚਰਦੇ ਰਹੇ ਚਰਨ ਪਾਉਂਦੇ ਰਹੇ
ਜੇ ਨਾਸ ਕਰੇ ਸਭ ਦੈਤਨ ਕਾ ਕੁਲ ਔਰ ਤਰਾ ਵਪਾਰ ਮਿਟਾ। ਉਹਨਾਂ ਨੇ ਸਾਰੇ ਦਿਨਤਾਂ ਦਾ ਨਾਸ ਕੀਤਾ ਔਰ ਧਰਤੀ ਦੇ ਬਹੁਤ ਜਿਹੜੇ ਪਾਪਾਂ ਦੇ ਭਾਰ ਮਿਟਾ ਦਿੱਤੇ। ਦੋਹਰਾ ਕਾਲਿੰਦਰੀ ਤਟ ਸ਼੍ਰੀ ਗੁਰੂ ਬੈਠੇ ਸਰਬ ਸੁਣਾਏ, ਕਲਿੰਦਰੀ ਮੈਨੇ ਜਮੁਨਾ ਦੇ ਕਿਨਾਰੇ ਬੈਠੇ। ਸ਼੍ਰੀ ਗੁਰੂ ਜੀ ਨੇ ਇਹ ਸਾਰਾ ਜਿਹੜਾ ਪ੍ਰਸੰਗ ਸੀ ਨਾ ਉਹ ਸੁਣਾਇਆ। ਮਰਦਾਨਾ ਹਰਕਤ ਪਇਓ ਗਿਰ ਪ੍ਰਸੰਗ ਉਪਾਏ। ਸ਼੍ਰੀ ਮਰਦਾਨਾ ਜੀ ਉਹ ਪਹਾੜ ਦਾ ਪ੍ਰਸੰਗ ਸੁਣ ਕੇ ਬੜਾ ਖੁਸ਼ ਹੋਇਆ। ਚੌਪੇ ਅਤੇ ਸਨ ਮੇਲਾ ਤੋਂ ਭਾਰੀ, ਉਸ ਜਗ੍ਹਾ ਬੜਾ ਭਾਰੀ ਮੇਲਾ ਸੀ। ਪਰਵ ਲਖਿਓ ਆਏ ਨਰ ਨਾਰੀ, ਪਰ ਮੈਨੇ ਤਿਉਹਾਰ ਜਾਣ ਕੇ ਸਾਰੇ ਇਸਤਰੀ ਪੁਰਖ ਆਏ ਹੋਏ ਸਨ। ਬ੍ਰਹਮਚਾਰੀ ਵੈਰਾਗੀ ਜਤੀ, ਬ੍ਰਹਮਚਾਰੀ ਜਿਹੜਾ ਮੁੰਡ ਤੋਂ ਜਿਹੜਾ ਸ਼ਟਾਂਕ ਹੋਵੇ, ਬ੍ਰਹਮਚਾਰੀ ਜਤੀ ਜਿਹੜਾ ਏਕਾ ਨਾਰੀ ਜਤੀ ਹੈ ਗ੍ਰਹਿਸਥੀ, ਵੈਰਾਗੀ ਜਿਹੜੇ ਵੈਰਾਗਵਾਨ ਸੀ, ਬਹੁਤ ਵੈਸ਼ਨੂ ਦਿਸ਼ਪਟ ਸਤੀ ਅਤੇ ਬਹੁਤ ਵੈਸ਼ਨੂ ਸੀ ਜਿਹੜੇ ਮਾਸ ਮਦਰਾ ਗੰਡਾ ਮੁੰਡਾ ਲਸਣ ਵੀ ਨਹੀਂ ਵਰਤਦੇ, ਵੈਸ਼ਨੂ ਕਹਿੰਦੇ। ਦੇਸ਼ਪਟ ਦੇਸ਼ਾਂ ਦੇ ਕੱਪੜੇ ਪਾਉਣ ਵਾਲੇ, ਸਤੀ ਸਤਵਾਦੀ ਇਹ ਵੀ ਆਏ ਹੋਏ ਸੀ, ਜਾਂ ਸਤੀਆਂ ਇਸਤਰੀਆਂ ਵੀ ਆਈਆਂ ਸੀ। ਤਵੀ ਔਰ ਸੰਨਿਆਸੀ ਆਏ, ਤਪੱਸੀ ਵੀ ਸੰਨਿਆਸੀ ਵੀ ਆਏ। ਬ੍ਰਿਜ ਵੇਖਿਆ ਨਰਪੁੰਜ ਸੁਹਾਏ, ਇਹ ਬ੍ਰਿਜ ਦੇ ਵਿੱਚ ਬਹੁਤ ਸਾਰੇ ਪੁੰਜ ਮੈਨੇ ਬਹੁਤ ਪੁਰਖ ਸੁਹਾਏ, ਸੋਭਨੀ ਹੋ ਰਹੇ ਸੀ ਝੁੰਡਾਂ ਦੇ ਝੁੰਡ। ਸ਼੍ਰੀ ਗੁਰੂ ਨਾਨਕ ਅੰਤਰਜਾਮੀ, ਸ਼੍ਰੀ ਸਤਿਗੁਰੂ ਜੀ ਅੰਤਰਜਾਮੀ, ਸਭ ਘਟ ਗਈ ਜਾਣਤ ਪੇ ਸੁਆਮੀ, ਮਾਲਕ ਸਾਰਿਆਂ ਦੇ ਮਨਾਂ ਦੀਆਂ ਗੱਲਾਂ ਜਾਣਦੇ ਸਨ। ਅੰਧ ਧੁੰਦ ਵਰਤਿਆ ਜਗਮਾਏ, ਸੰਸਾਰ 'ਤੇ ਅੰਧਾ ਧੁੰਦ ਵਰਤਾਰਾ ਵਰਤ ਰਿਹਾ ਸੀ। ਸੁਧ ਆਤਮੇ ਨਰਕੋ ਨਾਹੀਂ, ਕਿਸੇ ਮਨੁੱਖ ਨੂੰ ਆਪਣੀ ਪਵਿੱਤਰ ਆਤਮਾ ਦੀ ਖਬਰ ਨਹੀਂ ਸੀ। ਭਾਵ ਬੰਧਨ ਕੇ ਬੰਨਦੇ ਸਭੀ, ਸੰਸਾਰ ਦੇ ਬੰਨਣੇ ਸਾਰੇ ਬੱਝੇ ਪਏ ਸੀ ਅਤੇ ਗੱਲਾਂ ਉੱਤੇ ਬੜੀਆਂ ਕਰਦੇ, ਛੂਟਣ ਹੋਏ ਨਾ ਤੈਨੂੰ ਕੋਲ ਸਰੀਰ ਦਾ ਕਦੀ ਉੱਠ ਖੜਾ ਹੋ ਜਾ। ਉਹਨਾਂ ਦੇ ਸਰੀਰ ਦਾ ਕਦੇ ਛੁਟਕਾਰਾ ਨਹੀਂ ਸੀ ਹੋ ਰਿਹਾ। ਕਾਮ ਕਰੋ ਲੋਭ ਹੰਕਾਰਾਂ, ਇਹ ਜੇ ਪੰਜੇ ਦੂਤ ਆ ਇਹਨਾਂ ਦੇ ਅੰਦਰ, ਇਹਨਾਂ ਵਰਤਿਆ ਮੋਹ ਗਵਾਰਾਂ ਅਤੇ ਮੋਹ ਦਾ ਗਵਾਰ ਅਗਿਆਨਤਾ ਦਾ ਹਨੇਰਾ ਵਰਤ ਰਿਹਾ ਸੀ ਮਨਾਂ ਦੇ ਉੱਤੇ। ਬਾਸਰ ਮੈਂ ਤਰਦੰਬਾਂ ਅਨੇਕਾਂ, ਹਾਂਜੀ ਮਨ ਦੇ ਵਿੱਚ ਅਨੇਕਾਂ ਪਖੰਡ ਹੋ ਰਹੇ ਸੀ। ਤੁਹਾਨੂੰ ਸਕੂਲਾਂ ਦੇ ਪੜ੍ਹਿਆਂ ਨੂੰ ਨੀਂਦ ਜ਼ਿਆਦਾ ਆਉਂਦੀ ਨਾ, ਪੜ੍ਹਿਆਂ ਦਾ ਹਾਲ ਦੇਖਦਾ, ਪਤਾ ਨਹੀਂ ਕਿਵੇਂ ਪੜ੍ਹਦੇ ਹੋਵੋਗੇ ਤੁਸੀਂ। ਇਹਦੀ ਵੀ ਡਿਗਰੀ ਕੀਤੀ ਹੋਊਗੀ ਘੜੀ ਘੜੀ ਸੌਣ ਦੀ। ਉਹ ਜਾ ਕੇ ਦੇਖ ਲਓ ਜਿਹੜੇ ਉਹ ਪਾਣੀ 'ਚ ਡੁੱਬੇ ਫਿਰਦੇ ਆ, ਮੱਝਾਂ ਗਾਈਆਂ ਕਿਵੇਂ ਖਲੋਤੀਆਂ, ਪੈਰਾਂ ਪਾਰ ਆ ਜਾ, 8 ਦਿਨ ਹੋ ਗਏ, 8-8 ਫੁੱਟ ਪਾਣੀ ਖੜਾ, ਅਤੇ ਤੁਹਾਨੂੰ ਕਥਾ ਵਾਰਤਾ ਵੀ ਟੁੱਲੀ ਜਾਂਦੇ ਆ, ਅਤੇ ਕੀ ਕੌਮ ਦੀ ਸੇਵਾ ਕੀ ਕਰੋਗੇ ਜਿਹੜਾ ਆਪਣਾ ਸੰਭਾਲਣ ਯੋਗੇ ਨੇ। ਛੂਟਣ ਹੋਏ ਨਾ ਤੁਹਾਨੂੰ ਕੋ ਕਭੀ, ਸਰੀਰ ਦਾ ਕਦੇ ਵੀ ਹੈਂਜੀ ਇਹ ਬੰਧਨਾਂ 'ਚ ਬੰਧਿਆਂ ਛੁਟਕਾਰਾ ਨਹੀਂ ਹੋ ਸਕਦਾ। ਕਾਮ ਕਰੋ ਲੋਭ ਅਹੰਕਾਰਾ, ਇਨਵੇਂ ਵਰਤਿਆ ਮੋਹ ਗਵਾਰਾ, ਇਹਨਾਂ ਦੇ ਵਿੱਚ ਇਹ ਮੋਹ ਦਾ ਗਵਾਰ ਮੈਨੇ ਗਾੜਾ ਹਨੇਰਾ ਅਗਿਆਨਤਾ ਦਾ ਵਰਤ ਰਿਹਾ। ਬਾਸਨ ਮੈਂ ਤਰਦੰਬਾਂ ਅਨੇਕਾਂ, ਹੈਂ ਅਤੇ ਦਿਨ ਦੇ ਵਿੱਚ ਵੀ ਹਾਂਜੀ ਅਨੇਕਾਂ ਪਖੰਡ ਹੋ ਰਹੇ। ਬਾਤ ਬਣਾਏ ਸੁਣਾਏ ਭਵਿੱਖ, ਪਰ ਝੂਠੀਆਂ ਗਿਆਨ ਦੀਆਂ ਗੱਲਾਂ ਬਣਾ ਬਣਾ ਬੜੀਆਂ ਸੁਣਾਉਂਦੇ ਆ। ਅੰਦਰ ਤਾਂ ਇਹ ਕੁਛ ਹੈ, ਉੱਤੋਂ ਬੜਾ ਗਿਆਨੀ ਧਿਆਨੀ ਬਣੇ ਹੋਏ। ਲੋਭ ਲਹਿਰ ਮੈਂ ਗੋਤੇ ਖਾਵਤ, ਲੋਭ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਗੋਤੇ ਖਾ ਰਹੇ ਡੁੱਬ ਰਹੇ। ਬਹੁ ਪਖੰਡ ਕਰ ਨਰਮ ਦਿਖਾ, ਅਤੇ ਲੋਕਾਂ ਨੂੰ ਬੜੇ ਪਖੰਡ ਕਰ ਕਰ ਦਿਖਾ ਰਹੇ। ਜਾਮਨ ਮੈਂ ਕੋ ਕਰ ਮਸ ਕਰੀ, ਦਿਨਾਂ ਨੂੰ ਤਾਂ ਇਹੋ ਜਿਹਾ ਪਖੰਡ ਕਰਦੇ ਨਾ, ਅਤੇ ਰਾਤ ਨੂੰ ਫਿੱਕਾ ਕਰਮ ਐਸੇ ਕਰਦੇ। ਕ੍ਰਿਸ਼ਨ ਰਾਧਿਕਾ ਵੇਖਣ ਧਾਰੀ, ਕੋਈ ਤਾਂ ਕ੍ਰਿਸ਼ਨ ਬਣ ਜਾਂਦਾ, ਕੋਈ ਰਾਧਾ ਬਣ ਜਾਂਦਾ, ਐਸੇ ਭੇਖ ਧਾਰੇ ਹੋਏ।
ਜਿਹੜੇ ਕਿ ਕਰਮੀ ਲੋਕ ਸ਼ਰਾਬਾਂ ਮਾਸ ਖਾਂਦੇ ਆ, ਉਹ ਇਹ ਰਾਧਾ ਬਣ ਗਈ, ਇਹ ਕ੍ਰਿਸ਼ਨ ਬਣ ਗਿਆ, ਇਸ ਤਰ੍ਹਾਂ ਦੇ ਵੇਖਧਾਰੀ ਫਿਰਦੇ। ਸਿਸ ਕੁਮਾਰ ਨਾਰੀ ਧਰ ਵੇਖਿਆ, ਹਾਂਜੀ, ਫਿਰ ਉਹ ਮੁੰਡੇ ਜਵਾਨ ਕੁੜੀਆਂ ਭੇਸ ਧਾਰ ਧਾਰ ਕੇ ਕਰਹਿ ਨਿਰਤ ਕਾਰੀ ਨਰ ਦੇਖ ਕੇ ਨੱਚਦੇ ਟੱਪਦੇ ਆ ਅਤੇ ਆਮ ਪੁਰਖ ਦੇਖਦੇ। ਬਾਲਕ ਰੰਗਣਾ ਜੋ ਉਹ ਬਾਲਕ ਦੇ ਅੰਗਣਾ ਜਿਹੜੀਆਂ ਇਸਤਰੀਆਂ ਰਾਧਾ ਕਿਸੇ ਸਾਂਗ ਕਰ ਸੋ, ਰਾਧਾ ਦਾ ਅਤੇ ਕ੍ਰਿਸ਼ਨ ਦਾ ਸਵਾਂਗ ਧਾਰੀ ਫਿਰਦੇ ਉਹ ਲੋਕ। ਨਰਮਲੀਨ ਬੁੱਧੀ ਤਿੰਨ ਦੇਖਿਆ, ਇਸ ਤਰ੍ਹਾਂ ਜਿਹੜੇ ਮਲੀਨ ਹੈ ਉਹ ਪੁਰਸ਼ ਹੈ ਉਹਨਾਂ ਦੀ ਭੈੜੀ, ਉਹਨਾਂ ਨੂੰ ਭੈੜੀ ਬੁੱਧ ਨਾਲ ਦੇਖਦੇ। ਉਹ ਪੰਜਾਬ ਤਨ ਕਾਮ ਵਿਸ਼ੇਖ ਹੈ ਅਤੇ ਸੀਲ ਦੇ ਵਿੱਚ ਬੜੇ ਵਕਾਰ ਵਿਸ਼ੇਸ਼ ਕਰਕੇ ਪੈਦਾ ਕਰਦੇ। ਬਾਲਕ ਪੁੰਤਨ ਅੰਗਨ ਸੰਗਾ, ਫਿਰ ਉਹ ਜਿਹੜੇ ਮੁੰਡੇ ਹੈ ਕੁੜੀਆਂ ਦੇ, ਹਾਂਜੀ, ਅਤੇ ਅੰਗਾਂ ਸਾਹਮਣੇ ਭੋਗ ਕਰੇ ਨਰ ਹੋਏ ਨਸੰਗਾ, ਉਹ ਜਿਹੜੇ ਨਿਸ਼ੰਕ ਹੋ ਕੇ ਹਾਂਜੀ ਮਾੜੇ ਕਰਮਾਂ ਨੂੰ ਭੋਗਦੇ ਆ ਅਤੇ ਸਰੀਰ ਵਿੱਚ ਬੜੇ ਵਿਕਾਰ ਪੈਦਾ ਕਰਦੇ ਆ ਉਹ ਜਿਹੜੇ ਮੁੰਡੇ ਆ। ਫਿਰ ਲੜਕੀਆਂ ਦੇ ਹਾਂਜੀ ਸੰਗਾਂ ਸਾਥ ਇਸ ਤਰ੍ਹਾਂ ਬੜੇ ਤਰ੍ਹਾਂ ਦੇ ਨਿਸ਼ੰਕ ਹੋ ਕੇ ਦੁਰਵਿਵਹਾਰ ਕਰਦੇ ਹਨ। ਦੁਹਰਾ ਸ਼੍ਰੀ ਨਾਨਕ ਸਾਹਿਬ ਜਾਣ ਕੇ ਤਬ ਰਬਾਬ ਵਜਾਇਆ, ਸ਼੍ਰੀ ਗੁਰੂ ਜੀ ਜਾਣ ਹੀ ਜਾਣ ਸੀ, ਇਹਨਾਂ ਨੇ ਕਰਤੂਤਾਂ ਦੇਖ ਕੇ ਮਰਦਾਨੇ ਨੂੰ ਕਹਿੰਦੇ ਰਬਾਬ ਵਜਾ ਪਏ। ਸ਼ਬਦ ਆਚਾਰਿਓ ਰਾਗ ਸੋ ਰਾਮ ਕਲੀ ਮੈਂ ਗਾਏ, ਫਿਰ ਰਾਮ ਕਲੀ ਰਾਗ ਵਿੱਚ ਪਾਤਸ਼ਾਹ ਨੇ ਸ਼ਬਦ ਗਾਉਣਾ ਕੀਤਾ। ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀ ਆ ਅਤੇ ਰਾਮ ਕਲੀ ਰਾਗ ਹੈ, ਅੱਠਾਂ ਪਦਾਂ ਦਾ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹਨ, ਸਤਿਗੁਰਾਂ ਹੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਤਪਤ ਰਹੇ, ਕਹਿੰਦੇ ਪਿਆਰਿਓ ਸਤਿਯੁਗ ਸੀ ਤ੍ਰੇਤਾ ਦੁਆਪਰ ਵਿੱਚ, ਕਹਿੰਦੇ ਨਾ ਕਲਯੁਗ ਆ ਗਿਆ, ਹਾਂਜੀ, ਅਤੇ ਉਹੀ ਸੂਰਜ ਸੀ ਉਹੀ ਚੰਦ ਸੀ ਉਹੀ ਤਾਰੇ ਚੜ੍ਹਦੇ ਆ, ਇਹ ਦਿਨ ਵੀ ਕਲਯੁਗ ਆ ਗਿਆ, ਵੀ ਸੂਰਜ ਕੋਈ ਹੋ ਰਿਹਾ ਅਤੇ ਚੰਦ ਕੋਈ ਹੋ ਰਿਹਾ ਅਤੇ ਤਾਰੇ ਕੋਈ ਹੋ ਰਿਹਾ। ਸੋਈ ਦਿਨ ਤਪਤ ਰਹੇ, ਸੋਈ ਮੈਨੇ ਉਹੀ ਹੁਣ ਜਿਹੜਾ ਦਿਨ ਯਾਰ ਚੰਦਰਮਾ ਕਲਯੁਗ ਚੜ੍ਹਦਾ, ਪਿਛਲੇ ਯੁਗਾਂ 'ਚ ਉਹੀ ਤਾਰੇ ਸੀ ਉਹੀ ਯੁਗਾਂ ਵਾਲਾ ਦਿਨ ਯਾਰ ਮੈਨੇ ਸੂਰਜ ਜਿਹੜਾ ਤਪ ਰਿਹਾ ਆ, ਦਿਨ ਯਾਰ ਮੈਨੇ ਸੂਰਜ ਉਹੀ ਚੰਦ ਤਾਰੇ ਚੜ੍ਹਦੇ ਆ, ਉਹੀ ਹੈਂਜੀ ਦਿਨ ਨੂੰ ਸੂਰਜ ਤਪ ਰਿਹਾ। ਸਾਸਰ ਧਰਤੀ ਸੋ ਪੌਣ ਚਲਾ ਰਿਹਾ, ਯੁਗ ਜੀ ਖੇਲੇ ਥਾਪ ਕੇ ਸੀ ਸਾ ਧਰਤੀ, ਧਰਤੀ ਵੀ ਉਹੀ ਹੈ ਪਿਛਲੇ ਯੁਗਾਂ ਵਾਲੀ, ਪੇ ਨਹੀਂ ਕੁਛ ਨਵੀਂ ਬਣ ਗਈ ਹੈ। ਉਹੀ ਪਵਨ ਚਲਾ ਰਿਹਾ ਹਵਾ ਜਿਹੜੀ ਝੁੱਲ ਰਹੀ ਹੈ ਚੱਲ ਰਹੀ ਹੈ, ਯੁਗ ਜੀ ਖੇਲੇ ਥਾਪ ਕੇ ਸੀ ਉਹੀ ਯੁਗ ਕਲ ਯੁਗ, ਜੀਵ ਜਿਹੜੇ ਆ ਜੀਵੇਂ ਨੇ ਉਹ ਜੀਵਾਂ ਦੇ ਅੰਦਰ ਖੇਲ ਖੁੱਲ ਰਹੇ ਆ। ਕਲਯੁਗ ਦਾ ਖੇਡਣਾ ਕੀ ਆ, ਕਹਿੰਦੇ ਜਿਹੜੇ ਮਨੁੱਖਾਂ ਦੇ ਮਨ ਮੈਲੇ ਕਰਤੇ ਇਹ ਖੇਡਣਾ। ਕਲਯੁਗ 'ਚ ਰਹਿਣ ਵਾਲੇ ਜਿਹੜੇ ਥਾਂ ਕੈਸੇ ਜਗ੍ਹਾ ਹੋਰ ਕਿਹੜੀ ਥਾਂ ਕਹੀਏ, ਕਹਿੰਦੇ ਜਿਹੜਾ ਸਰੂਪ ਰੂਪੀ ਥਾਂ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ। ਜੀਵਨ ਤਲਵਨ ਵਾਰ ਇਹ ਨਿਰੰਕਾਰ, ਇਹ ਸਾਡੇ ਅੰਦਰ ਜਿਹੜੀ ਜੀਣੇ ਦੀ ਤਲਵ ਇੱਛਾ ਹੈ ਦੂਰ ਕਰਦੇ, ਜੀਵਾਂ ਦੇ ਅੰਦਰ ਜਿਹੜੀ ਜਿਉਣ ਦੀ ਖੋਟੀ ਭੈੜੀ ਵਾਸ਼ਨਾ ਇੱਛਾ ਲੱਗ ਰਹੀ ਹੈ ਦੂਰ ਕਰ ਦਿਓ। ਹੋਵੇ ਪ੍ਰਵਾਣਾ ਕਰਹਿ ਤੰਗਾਣਾ ਕਲਖਣ ਵਿਚਾਰਾ, ਉਹ ਕਹਿੰਦੇ ਜਿਹੜਾ ਤੰਗਾਣਾ ਕਰੇ ਤੰਗਾਣਾ ਜ਼ੋਰੋਂ ਜ਼ੁਲਮ ਧੱਕਾ ਕਰਨਾ ਨਾ, ਤੰਗਾਣਾ ਮੈਨੇ ਧੱਕਾ ਤਿੰਗੋ ਚੋਰੀ ਕਰਨੀ, ਉਹ ਕਬੂਲ ਹੋ ਰਿਹਾ। ਭਾਵ ਉਹਨੂੰ ਲੋਕ ਮੰਨਦੇ, ਉਹਨੂੰ ਕਹਿੰਦੇ ਸਾਡਾ ਚੌਧਰੀ ਆ ਸਾਡਾ ਮੁਖੀ ਆ ਜੀ ਇਹ ਕਲਖਣ ਵਿਚਾਰ। ਕਲਯੁਗ ਦੇ ਕਹਿੰਦੇ ਲੱਛਣ ਇਹੀ ਵਿਚਾਰ ਨਾ ਕਰੀਏ, ਜਿਹੜਾ ਜ਼ੋਰ ਜ਼ੁਲਮ ਧੱਕਾ ਕਰਦਾ ਨਾ ਅੱਜ ਕੱਲ੍ਹ ਉਹਨੂੰ ਚੌਧਰੀ ਹੈ, ਉਹਦੀ ਚੱਲਣ ਡਈ ਆ, ਗਰੀਬ ਨੂੰ ਕੌਣ ਪੁੱਛਦਾ। ਰਹਾਓ ਵੱਡਣ ਡੇ ਦਾ ਜ਼ੋਰ ਆ, ਉੱਥੇ ਕਾਨੂੰਨ ਕਾਨੂੰਨ ਵੀ ਕੋਈ ਨਹੀਂ ਜਿਹਦਾ ਡੰਡਾ ਤਗੜਾ, ਕਿ ਨਹੀਂ ਕਾਨੂੰਨ ਵੀ ਮਾੜਿਆਂ ਲਈ ਆ, ਤਗੜਿਆਂ ਲਈ ਤਾਂ ਕੋਈ ਕਾਨੂੰਨ ਕਾਨੂੰਨ ਨਹੀਂ। ਕਿਤੇ ਦੇਸ ਨਾ ਆਇਆ ਸੁਣੀਆਂ ਤੀਰਥ ਵਾਸ ਨਾ ਬੈਠਾ, ਕਹਿੰਦੇ ਜਿਹੜਾ ਕਲਯੁਗ ਇਹ ਤਾਂ ਨਹੀਂ ਵੀ ਫਲਾਣੇ ਦੇਸ ਤੋਂ ਚੱਲ ਕੇ ਆਇਆ ਸੀ ਜਾਂ ਸੁਣਿਆ, ਹੈਂ ਕਿਤੇ ਦੇਸ ਨਾ ਆਇਆ ਸੁਣੀਆਂ,
ਕਿਸੇ ਦੇਹ ਤੋਂ ਚੱਲ ਕੇ ਆਇਆ, ਸੁਣਿਆ ਨਹੀਂ ਕੱਲ੍ਹ ਜੋ ਫਲਾਨੇ ਦੇਹ ਬੈਠਾ ਉੱਥੋਂ ਤੁਰ ਕੇ ਆ ਗਿਆ, ਤੀਰਥਵਾਸ ਨਾਲ ਬੈਠਾ ਅਤੇ ਨਾ ਕਹਿੰਦੇ ਤੀਰਥਾਂ ਦੇ ਪਾਸ ਕੋਲ ਉੱਥੇ ਬੈਠਾ ਹੈ, ਫਲਾਨੇ ਤੀਰਥ 'ਤੇ ਬੈਠਾ ਹੈ ਸੀ ਉੱਥੇ। ਦਾਤਾ ਦਾਨ ਕਰੇ ਅਤੇ ਨਾ ਹੀ ਮਹਿਲੋ ਸਰਨਾ ਬੈਠਾ, ਅਤੇ ਦਾਤਾ ਬਣ ਕੇ ਦਾਨ ਕਰਦਾ ਵੀ ਕਿਹਦੇ ਨੇ, ਅੱਜ ਤੈਨੂੰ ਦੇਖਿਆ ਨਹੀਂ, ਨਜ਼ਰ ਨਹੀਂ ਆਇਆ, ਔਰ ਕਿਸੇ ਜਗ੍ਹਾ ਮਕਾਨ ਉਸਾਰ ਕੇ ਉੱਥੇ ਮਕਾਨ ਬਣਾ ਕੇ ਵੀ ਨਹੀਂ, ਕੱਲ੍ਹ ਜੋ ਬੈਠਾ ਉੱਥੇ ਮੱਠ ਬਣਾ ਕੇ ਬੈਠਾ ਆ। ਫਿਰ ਲੋਕ ਕਹਿਣ ਲੱਗੇ, ਮਹਾਰਾਜ ਫਿਰ ਕੱਲ੍ਹ ਜੋ ਹੋਇਆ ਕੀ? ਜਿਹਨੂੰ ਕੱਲ੍ਹ ਜੋ ਕਹਿੰਦੇ ਪਾਤਸ਼ਾਹ ਦੱਸਦੇ, ਜੇ ਕੋਈ ਸਤ ਕਰੇ ਸੋ ਚੀਜ਼ਾ ਤਪ ਕਰਤਾ ਪੰਨਾ ਹੋਈ। ਕਹਿੰਦੇ ਜੇ ਕੋਈ ਸਤ ਸੱਚ ਬੋਲਣ ਦੀ ਪ੍ਰਤਿਗਿਆ ਕਰਦਾ ਨਾ, ਇਹ ਕਲਯੁਗ ਦਾ ਪਰਨ ਤੋੜ ਦਿੰਦਾ, ਉਹਦਾ ਨਿਭਣ ਨਹੀਂ ਦਿੰਦਾ। ਤਪ ਕਰਨ ਤਪ ਕਰ ਤਪਨ ਜਿਹੜੇ ਤਪੱਸੀ ਆ ਉਹਨਾਂ ਦੇ ਤਪ ਪੂਰੇ ਨਹੀਂ ਹੁੰਦੇ, ਵਿੱਚ ਕੋਈ ਨਾ ਕੋਈ ਵਿਘਨ ਵਿਘਨ ਪਾ ਦਿੰਦਾ। ਜੇ ਕੋਈ ਨਾਉ ਲੈ ਬਦਨਾਮ ਵੀ ਕਲ ਕੇ ਰੱਖਣ, ਇਹੀ ਜਿਹੜਾ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਉਹਦੀ ਬਦਨਾਮੀ ਕਰਾ ਦਿੰਦਾ। ਹੈ ਇਹ ਭਜਨ ਕਰਦਾ, ਕਹਿੰਦੇ ਪਖੰਡ ਕਰਦੇ ਆ, ਕਹਿੰਦੇ ਇਹ ਕਲਯੁਗ ਦੇ ਲੱਛਣ ਆ, ਇਹ ਕਲਯੁਗ ਦੇ ਲੱਛਣ ਆ, ਉਹੀ ਬੰਦੇ ਉਹੀ ਸਭ ਕੁਛ ਆ, ਲੱਛਣ ਇਹੋ ਜਿਹਾ ਬਣ ਗਿਆ। ਜੇ ਸਰਦਾਰੀ ਅਤੇ ਸਹਿਖੁਆਰੀ ਚਾਕਰ ਕੇ ਹੇਠਾਂ, ਸਰਦਾਰੀ ਮੈਨੇ ਥਾਣੇਦਾਰੀ ਹੋਣੀ ਜਾਂ ਕੋਈ ਹਕੂਮਤ ਵਗੈਰਾ ਹੋਣੀ, ਖੁਆਰੀ ਖਰਾਬੀ, ਚਾਕਰ ਨੌਕਰਾਂ ਨੂੰ ਕਹਿੰਦੇ ਕਿ ਇਹ ਕਾਹਦੇ ਵਾਸਤੇ? ਕਹਿੰਦੇ ਜਿਹਦੀ ਹਕੂਮਤ ਹੁੰਦੀ ਹੈ ਉਸੇ ਦੀ ਫਿਰ ਖਰਾਬੀ ਵੀ ਹੁੰਦੀ ਹੈ। ਕਹਿੰਦੇ ਜਿਹੜੇ ਉਹਨਾਂ ਦੇ ਨੌਕਰ ਹੈ ਉਹ ਨਹੀਂ ਭਲਾ, ਕਹਿੰਦੇ ਕਾਹਦੇ ਵਾਸਤੇ ਡਰਨਾ, ਕਿਉਂਕਿ ਨੌਕਰ ਦੀ ਕੋਈ ਜ਼ਿੰਮੇਵਾਰੀ ਤਾਂ ਐਡੀ ਹੁੰਦੀ ਨਹੀਂ, ਅਤੇ ਜਿਹੜੇ ਚੌਧਰੀ ਬਣਦਾ ਉਹਨੂੰ ਫਿਰ ਦੁੱਖ ਹੁੰਦਾ, ਜਾਂ ਸਰਦਾਰ ਹੈ ਪਵੇ ਜੰਜੀਰ ਤਾਂ ਚਾਕਰ ਹੱਥੋਂ ਮਰਨ। ਜਿਸ ਸਮੇਂ ਕਹਿੰਦੇ ਫਿਰ ਉਹ ਥਾਣੇਦਾਰ ਆ ਜਾਂ ਲੰਬੜਦਾਰ, ਉਹਨੂੰ ਹੱਥ ਖੜੀਆਂ ਪੈ ਜਾਣੀਆਂ ਨਾ, ਫਿਰ ਉਹਨਾਂ ਨੌਕਰਾਂ ਦੇ ਹੱਥੋਂ ਮਰਨਾ ਹੁੰਦਾ। ਫਿਰ ਲੋਕ ਕਹਿਣ ਲੱਗੇ, ਮਹਾਰਾਜ ਫਿਰ ਕੀ ਆਪ ਜੀ ਨੂੰ ਕਲਯੁਗ ਨੂੰ ਨਹੀਂ ਦਵਾਉਣਾ, ਤੁਹਾਨੂੰ ਕਲਯੁਗ ਨਹੀਂ ਦਵਾਏਗਾ? ਪਾਤਸ਼ਾਹ ਕਹਿੰਦੇ ਨਹੀਂ, ਕਹਿੰਦੇ ਅਸੀਂ ਕਰਤਾਰ ਦੇ ਚਾਕਰ ਹਾਂ, ਇਸ ਵੇਲੇ ਹਕੂਮਤ ਕਲਯੁਗ ਦੀ ਹੈ, ਕਲਯੁਗ ਦੇ ਹੱਥਾਂ ਵਿੱਚ ਹੱਥ ਖੜੀਆਂ ਪੈਣਗੀਆਂ ਅਤੇ ਨੌਕਰੀ ਪਾਉਣਗੇ, ਅਤੇ ਨੌਕਰਾਂ ਤਾਂ ਹੈ ਨੌਕਰਾਂ ਨੇ ਕਹਿੰਦੇ ਕਲਯੁਗ ਇਹ ਜਿਹੜਾ ਕਲਯੁਗ ਲੰਬੜਦਾਰ ਆ ਇਹਨੂੰ ਮਾਰਨਾ ਆ, ਚਾਕਰ ਹੱਥੋਂ, ਫਿਰ ਚਾਕਰਾਂ ਹੱਥੋਂ ਨੌਕਰਾਂ ਹੱਥ ਮੌਤ ਹੈ ਜਿਹੜੇ ਉਹਨਾਂ ਲੀਡਰਾਂ ਨੂੰ ਫੜ ਕੇ ਲਿਜਾਂਦੇ ਆ, ਅਤੇ ਨੌਕਰੇ ਕੜੀਆਂ ਲਾਉਂਦੇ ਨਾ, ਕੱਲ੍ਹ ਸਲਾਮਾਂ ਕਰਦੇ ਹੁੰਦੇ ਆ, ਫਿਰ ਕੇਸ ਬਣ ਜਾਂਦਾ, ਫਿਰ ਦੇ ਲਓ ਨੌਕਰੇ ਹਾਂਜੀ ਕੜੀਆਂ ਲਾਉਂਦੇ ਆ। ਆਹ ਗੁਣਾ ਕੱਲ੍ਹ ਆਈਏ, ਕਹਿੰਦੇ ਇਹ ਭਾਈ ਕਲਯੁਗ ਦੇ ਆਉਣ ਦੀਆਂ ਨਿਸ਼ਾਨੀਆਂ ਅਸੀਂ ਆਖ ਕੇ ਕਹੀਆਂ ਹੈਗੀਆਂ, ਇਹਦੀਆਂ ਨਿਸ਼ਾਨੀਆਂ ਆਈਆਂ, ਅਤੇ ਉਹ ਯੁਗ ਕਿਹੜਾ ਰਿਹਾ ਤਪਾਵਸ ਜੇ ਗੁਣ ਦੇਖਦਾ ਪਾਈਆ ਰਹੋ, ਅਤੇ ਉਹ ਕਹਿੰਦੇ ਤਿੰਨਾਂ ਯੁਗਾਂ 'ਚ ਕਿਹੜਾ ਮੈਨੇ ਇਸ ਦਾ ਤਪਾਵਸ ਨਿਆਂ ਜਿਹੜਾ ਅਨੁਸਾਰ ਰਿਹਾ ਉਹ ਤਾਂ ਕਹਿੰਦੇ ਰਹਿ ਗਿਆ, ਪਿਛਲੇ ਤਿੰਨਾਂ ਗੁਣਾਂ ਦਾ ਜਿਹੜਾ ਇਨਸਾਫ ਸੀ ਉਹ ਤਾਂ ਕਹਿੰਦੇ ਹੁਣ ਰਹਿ ਗਿਆ, ਉਹ ਬਦਲ ਗਿਆ। ਅੱਗੇ ਹੁੰਦਾ ਸੀ ਇੱਕ ਗਲਤੀ ਕਰੇ ਸਾਰਾ ਦੇਸ਼ ਭੁਗਤਦਾ ਸੀ, ਫਿਰ ਸਾਰੀ ਨਗਰੀ, ਫਿਰ ਸਾਰਾ ਖਾਨਦਾਨ ਭੁਗਤਦਾ ਸੀ, ਹਾਂਜੀ। ਅਤੇ ਹੁਣ ਕਹਿੰਦੇ ਇਉਂ ਨਹੀਂ ਹੈ, ਤਿੰਨਾਂ ਗੁਣਾਂ ਦਾ ਜਿਹੜਾ ਨਿਆਂ ਸੀ ਨਾ ਤਿੰਨਾਂ ਯੁਗਾਂ ਦਾ ਉਹ ਹੁਣ ਰਹਿ ਗਿਆ, ਜੇ ਗੁਣ ਦੇ ਤਾਂ ਪਾਈਏ। ਪਾਤਸ਼ਾਹ ਕਹਿੰਦੇ ਆ ਜੇ ਗੁਣ ਦੇ ਤਾਂ ਪਾਈਏ, ਜੇ ਪਰਮੇਸ਼ੁਰ ਸ਼ੁਭ ਗੁਣ ਦੇਵੇ ਤਾਂ ਹੀ ਕਹਿੰਦੇ ਪ੍ਰਾਪਤ ਹੁੰਦੇ ਆ, ਉਹਦੀ ਮਿਹਰ ਹੋਵੇ ਫਿਰ ਸ਼ੁਭ ਗੁਣ ਪ੍ਰਾਪਤ ਹੁੰਦੇ ਆ। ਰਾਹ ਬਿਸਰਾਮ ਦੇ ਕਹਿੰਦੇ ਹਨ ਕੱਲ 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 ਵਾਲੀ ਸਾਰਾ ਨਿਵੇੜੀ ਕਾਜੀ ਕ੍ਰਿਸ਼ਨਾ ਹੋਵਾ, ਕੱਲ ਕੱਲ ਜੋ ਜਿਹੜੀ ਕਿਰਿਆ ਸੀ ਨਾ ਇਹ ਕੱਲ ਵਾਲੀ ਕਲਾ ਵਾਲੀ ਆ, ਲੜਾਈ ਝਗੜੇ ਵਾਲੀ ਹੈ, ਬਾਕੀ ਤਿੰਨ ਕਿਤੇ ਸਿੰਘ ਫਸੇ ਹੀ ਰਹਿੰਦੇ ਆ, ਅਤੇ ਲੜਾਈ ਵਾਲੀ ਜਿਹੜੀ ਸ਼ਰ੍ਹਾਂ ਦਾ ਕਹਿੰਦੇ ਨਿਬੇੜਾ ਨਿਆਂ ਹੁੰਦਾ, ਕਿਉਂ ਕਾਜੀ ਕ੍ਰਿਸ਼ਨ ਹੋਇਆ, ਕਾਜੀ ਉਦੋਂ ਜੱਜ ਦਾ ਕੰਮ ਕਰਦੇ ਸੀ, ਕਾਜੀ ਜਿਹੜੇ ਜੱਜ ਉਹਨਾਂ ਦਾ ਮਨ ਜਿਹੜਾ ਕ੍ਰਿਸ਼ਨ ਮੈਨੇ ਕਾਲਾ ਹੋ ਗਿਆ, ਕਾਲਾ ਕਿਵੇਂ ਵੱਡੀਆਂ ਲੈਣ ਵਾਲੇ ਬਣ ਗਿਆ ਨਾ, ਵੱਡੀਆਂ ਲੈਣ ਰਿਸ਼ਵਤਖੋਰ ਬਣ ਗਿਆ, ਇਸ ਵਾਸਤੇ ਕਾਜੀ ਜਿਹੜੇ ਆ ਉਹ ਰਿਸ਼ਤਾਂ ਲੈਂਦੇ ਆ, ਵੱਡੀਆਂ ਲੈਂਦੇ ਆ, ਹੱਕ ਸੱਚ ਨੂੰ ਗਵਾ ਦਿੰਦੇ ਆ, ਸਹੀ ਫੈਸਲਾ ਨਹੀਂ ਦਿੰਦੇ ਹੈਗੇ, ਉਹਨਾਂ ਦੇ ਮਨ ਪਗਾਨਾ ਹੱਕ ਖਾਣਾ ਕਾਲੇ ਹੋ ਗਏ। ਬਾਣੀ ਬ੍ਰਹਮਾ ਬੇਦ ਤਾਰੂਣ ਕਰਨੀ ਕੀਰਤ ਲਾਇਆ,
ਕਿਉਂਕਿ ਚਾਰ ਵੇਦ ਆ ਨਾ, ਹਰ ਯੋਗ ਦਾ ਆਪਣਾ ਵੇਦ ਆ, ਕਲ ਯੋਗ ਦਾ ਵੇਦ ਕਿਹੜਾ, ਅਥਰਵਣ ਵੇਦ ਆ। ਕਹਿੰਦੇ ਉਹ ਜਿਹੜਾ ਵੇਦ ਆ, ਵੇਦ ਬਾਣੀ ਦਾ ਬ੍ਰਹਮ ਗ੍ਰੰਥੀ ਆ, ਵੇਦਾਂ ਦਾ ਗ੍ਰੰਥੀ ਬ੍ਰਹਮਾ ਹਨ। ਜਿਵੇਂ ਗੁਰੂ ਗ੍ਰੰਥ ਸਾਹਿਬ ਪਹਿਲਾ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੂੰ ਬਣਾਇਆ, ਅਤੇ ਵੇਦਾਂ ਦਾ ਗ੍ਰੰਥੀ ਬ੍ਰਹਮ ਕਰਨੀ ਕੀਰਤ ਲਾਇਆ। ਕਹਿੰਦੇ ਉਹਦੀ ਬਾਣੀ ਦੁਆਰਾ ਕਿਸੇ ਬਿਰਲੇ ਨੇ ਜਿਹੜੀ ਨਿਸ਼ਕਾਮ ਕਰਮ ਕਰਨੇ ਹਨ, ਇਹ ਕਰਨੇ ਨੂੰ ਕਰਕੇ ਪਰਮਾਤਮਾ ਦੀ ਕੀਰਤੀ ਜਿਹੜੀ ਵਡਿਆਈ ਉਹਦੇ ਜਾ ਸੁਣ ਲਿਆ, ਮੈਨੇ ਲੈਣਾ ਕੀਤਾ। ਬ੍ਰਹਮਾ ਗ੍ਰੰਥੀ ਆ ਕਿ ਵੇਦ ਜਿਹੜੇ ਹੈਗੇ ਆ ਉਹਦੇ 'ਚੋਂ ਕੋਈ ਗੁਣ ਲੈ ਕੇ ਨਿਸ਼ਕਾਮ ਕਰਮ ਕਰਨੇ, ਉਹਦਾ ਜਾਸ ਕਰਨਾ ਬਿਰਲੇ ਨੇ ਲਿਆ। ਪਤਵਿਆਨ ਪੂਜਾ ਸਤਵਿਆਨ ਸੰਜਮਨ ਜਤਵਿਆਨ ਕਾਹੇ ਜਿਨ ਪਤਵਿਆਨ ਪੂਜਾ, ਮਾਣ ਸਤਿਕਾਰ ਤੋਂ ਬਿਨਾਂ ਪੂਜਾ ਕਰਨੀ ਇਹ ਵੀ ਕਹਿੰਦੇ ਫਜ਼ੂਲ ਆ। ਸਤਵਿਆਨ ਸੰਜਮ ਸੱਚ ਬੋਲੇ ਬਿਨਾਂ ਜਿਹੜਾ ਸੰਜਮ ਵਿਵੇਕ ਧਰਨਾ ਇਹ ਵੀ ਫਜ਼ੂਲ ਆ। ਜੇ ਸੱਚ ਨਹੀਂ ਤਾਂ ਉੱਥੇ ਵਿਵੇਕ ਕਾਹਦਾ, ਇਹ ਤਾਂ ਨਹੀਂ ਵੀ ਨੇਰਾ ਭਾਂਡੇ ਮਾਂਜਣੇ ਇਹ ਵਿਵੇਕ ਆ, ਹੈਂ, ਜਾਂ ਘੜੀ ਘੜੀ ਐਵੇਂ ਹੱਥ ਮਾਂਜ ਜਾਣੇ ਵਿਵੇਕ ਆ, ਇਹ ਤਾਂ ਫਿਰ ਪਖੰਡ ਬਣ ਜਾਂਦਾ। ਹਾਂਜੀ, ਫਿਰ ਇਹ ਨਹੀਂ ਹੈ ਵੀ ਚਗਲ ਜਾਂ ਝੂਠ ਜਿਹਾ ਬਣ ਜਾਣਾ, ਸੋਚ ਮਰਖਣੀ ਆ। ਇਹ ਨਹੀਂ ਵੀ ਐਵੇਂ ਉਹਦੇ 'ਚ ਫਸੇ ਰਹਿਣਾ। ਜਤ ਵਿਣ ਜਤ ਗ੍ਰਹਿਣ ਕੀਤੇ ਬਿਨਾਂ ਜਿਹੜਾ ਜਨੇਊ ਆ ਜੰਝੂਪਣ ਉਹ ਵੀ ਨਿਸਫਲ ਆ। ਜੰਝੂ ਪਾਈ ਫਿਰਦਾ ਪਰ ਜੇ ਜਤ ਸਤ ਨਹੀਂ ਤਾਂ ਜੰਝੂ ਵੀ ਕੁਛ ਨਹੀਂ ਹੈ। ਨਾ ਬਹੁਤ ਤੋਂ ਬਹੁਤ ਤਿਲਕ ਚੜਾ ਬਹੁਤ ਸੋਚ ਵਿਣ ਸੋਚ ਨਾ ਹੋਈ, ਨਾ ਬਹੁਤ ਕਿੰਨੇ ਨਹਾਉਂਦੇ ਰਹੋ। ਸੁਣ ਲਿਆ, ਆਹ ਦੇਖ ਲਾ, ਕਹਿੰਦੇ ਜਿੰਨਾ ਮਰਜ਼ੀ ਨਹਾਉਂਦੇ ਰਹੋ, ਕਿੰਨੇ ਸਰੀਰ ਨੂੰ ਧੋਂਦੇ ਰਹੋ, ਕਿੰਨੇ ਠਾਕਰਾਂ ਨੂੰ ਤਿਲਕ ਚੜਾਉਂਦੇ ਰਹੋ, ਤੁਲਸੀ ਪੱਤੇ ਚੜਾਉਂਦੇ ਰਹੋ, ਤਿਲਕ ਲਾਉਂਦੇ ਰਹੋ, ਸੋਚ ਵਿਣ ਸੋਚ ਨਾ ਹੋਈ। ਸੋਚਦਾ ਮਤਲਬ ਜੇ ਮਨ ਅੰਦਰੋਂ ਪਵਿੱਤਰ ਨਹੀਂ ਨਾ ਹੋਇਆ ਤਾਂ ਇਹ ਜਿਹੜੀ ਬਾਹਰਲੀ ਸਰੀਰ ਦੀ ਪਵਿੱਤਰਤਾ ਨਹੀਂ ਹੋ ਸਕਦੀ। ਸਰੀਰ ਤਾਂ ਕਦੀ ਪਵਿੱਤਰ ਹੋਏ ਨਹੀਂ ਸਕਦਾ, ਹੁਣੇ ਨਾ ਗਿਆ ਟੋ ਨਰਸਾਂ ਸੀਂਡ ਉਦੋਂ ਆ ਜਾਂਦਾ, ਥੋਕ ਆ ਜਾਂਦਾ, ਕੰਨਾਂ 'ਚ ਮੈਲ ਆ ਜਾਂਦੀ, ਪਸੀਨਾ ਆ ਜਾਂਦਾ, ਗਰਮੀ, ਇਸ ਤਰ੍ਹਾਂ ਹੋਰ ਮਲ ਮੂਤਰ ਹੈਗਾ, ਕੋਈ ਨਾ ਕੋਈ ਗੰਦ ਨਿਕਲਦਾ ਹੀ ਰਹਿੰਦਾ। ਇਸ ਕਰਕੇ ਕਹਿੰਦੇ ਜੀ ਸੋਚਵੇ ਨੂੰ, ਸੋਚਦਾ ਮਤਲਬ ਜਿਹੜੀ ਅੰਦਰੋਂ ਮਨ ਦੀ ਸੋਚ, ਮਨ ਦੀ ਪਵਿੱਤਰਤਾ ਨਾ, ਇਹ ਤੋਂ ਬਿਨਾਂ ਜਿਹੜੀ ਇਹ ਬਾਹਰਮੁਖੀ ਸਰੀਰ ਦੀ ਪਵਿੱਤਰਤਾ ਨਹੀਂ ਹੋ ਸਕਦੀ। ਹਾਂਜੀ, ਇਹ ਸਰੀਰ ਤਾਂ ਜਿਹੜਾ ਗਾਰੇ ਦੀ ਕੰਧ ਆ, ਜਿੰਨਾ ਪਾਣੀ ਪਾਉਂਗੇ ਨਿਕਲੀ ਤੁਰਿਆ ਜਾਣਾ, ਇਹਨੇ ਹਟਣਾ। ਹੁਣ ਕੋਈ ਕਹਿ ਮੈਂ ਗਾਰੇ ਦੀ ਕੰਧ ਨੂੰ ਪਾਣੀ ਪਾ ਕੇ ਸ਼ੁੱਧ ਕਰ ਲਵਾਂ, ਹੋ ਜੂਗੀ, ਪਾਣੀ ਪਾਵੇ ਉਹ ਗਾਰਾ ਹੋਰ ਨਿਕਲੀ ਜਾਣਾ। ਇਸ ਤਰ੍ਹਾਂ ਸਰੀਰ ਗਾਰੇ ਦੀ ਕੰਧ ਆ, ਜਿੰਨਾ ਮਰਜ਼ੀ ਕਰੀ ਜਾਓ ਉਦੋਂ ਹੋਣਾ। ਹੈਂ, ਉਹ ਜੱਟ ਬਣ ਗਿਆ ਨਾ ਬਾਹਮਣ ਦਾ ਚੇਲਾ, ਉਹ ਕਹਿੰਦਾ ਵੀ ਸੋਚੇ ਮੈਂ ਰੱਖਣੀ। ਕਹਿੰਦੇ ਠੀਕ, ਉਹ ਸੂਰ ਦੀ ਹੁੱਡ ਜਿੱਥੇ ਪੁੱਟਦਾ ਮਿੱਟੀ ਲਿਆਉਂਦੇ ਆ, ਹੈਂ, ਉਹ ਫਿਰ ਕਹਿੰਦੇ ਹੱਥ ਮਾਂਜ ਮਾਂਜ ਲਿਆ, ਫੇ ਮਾਂਜ ਫੇ ਮਾਂਜ ਜਿਉਂ ਲੱਗਾ, ਫਿਰ ਸਾਰਾ ਨਲਾ ਲਿਆ, ਨਾਸਾਂ 'ਚ ਉਂਗਲਾਂ ਪਾਪਾ, ਚੂਹੇ ਚਾਹ ਕੱਢ ਕੇ ਸਾਫ਼, ਕੰਨਾਂ ਦੇ ਵਿੱਚ ਸਾਰਾ ਫੇਰ ਫੂਰ ਕੇ ਉਂਗਲਾਂ ਕੀਤਾ, ਹੈਂ, ਫਿਰ ਇੰਨੀਆਂ 5 ਕੁਰਲੀਆਂ ਕਰ ਲਈਆਂ। ਉਹ ਕਹਿੰਦਾ ਜੱਟ ਕਹਿੰਦਾ ਹੁਣ ਮੈਂ ਸ਼ੁੱਧ ਹੋ ਗਿਆ। ਕਹਿੰਦਾ ਹੋ ਗਿਆ, ਉਹਨੇ ਇੱਕ ਕਹਿੰਦਾ ਵੀ ਇੱਕ ਕੁਰਲੀ ਹੋਰ ਫਿਰ ਕਰ ਲਵਾਂ ਮੈਂ। ਕਹਿੰਦਾ ਘੱਟ ਨਹੀਂ ਵੱਧ ਦਾ ਕੋਈ ਡਰ ਨਹੀਂ। ਹੁਣ ਕੁਰਲੀ ਕਰਕੇ ਅਤੇ ਬਾਹਮਣ ਦੇ ਮੂੰਹ 'ਤੇ ਮਾਰੀ। ਕਹਿੰਦੇ ਉਹ ਕੀ ਕੀਤਾ? ਕਹਿੰਦੇ ਜਦ ਤੂੰ ਹੁਣ ਮੈਨੂੰ ਸ਼ੁੱਧ ਕਰ ਲਿਆ ਤਾਂ ਹੁਣ ਤੈਨੂੰ ਕੀ ਹੈ, ਤੂੰ ਸ਼ੁੱਧ ਤਾਂ ਮੈਨੂੰ ਕਰ ਚੁੱਕਾ, ਤੂੰ ਆਪੇ ਹੀ ਕਿਹਾ ਵੀ ਸ਼ੁੱਧ ਹੋ ਗਿਆ, ਵੀ ਹੁਣ ਕੁਰਲੀ ਜੂਠੀ ਹੋ ਗਈ। ਹੈਂ, ਉਹ ਬਾਹਮਣ ਦਾ ਜਿਹੜਾ ਪਖੰਡ ਜਿਹਾ ਸੀ ਉਹਨੂੰ ਫੈਂ ਦੂਰ ਕੀਤਾ, ਵੀ ਜਿੰਨਾ ਮਰਜ਼ੀ ਕਰ ਲੈ ਵੀ। ਹਾਂਜੀ, ਇਹ ਸ਼ੁੱਧ ਸੁਣਿਆ, ਸ਼ੁੱਧ ਕਹਾਂ ਹੋਏ ਕਾਚੀ ਭੀਤ, ਇਹ ਕੱਚੀ ਕਾਰੇ ਦੀ ਗੰਧ ਸ਼ੁੱਧ ਕਿੱਥੋਂ ਹੋਜੂਗੀ? ਇਹ ਤਾਂ ਠੀਕ ਆ ਵੀ ਜਿੰਨੀ ਕੁ ਮਰਜ਼ਾਦਾ ਰੱਖਣੀ ਚਾਹੀਦੀ ਆ, ਜਿਹੜਾ ਬਹੁਤਾ ਹੀ ਆ ਪਖੰਡ ਜਿਹਾ ਕਰੀ ਜਾਣਾ ਉਹਦਾ ਤਾਂ ਫਿਰ ਕੋਈ ਫਾਇਦਾ ਨਹੀਂ ਹੈ। ਕੱਲ ਪ੍ਰਵਾਨ ਕਤੇਬ ਕੁਰਾਨ, ਹੁਣ ਕੱਲ ਯੋਗ ਆ ਗਿਆ ਨਾ, ਕਹਿੰਦੇ ਮੁਸਲਮਾਨਾਂ ਦਾ ਹੁਣ ਰਾਜ ਆ, ਉਹਦੇ ਕਾਰਨ ਕਤੇਬਾਂ ਅਤੇ ਕੁਰਾਨ ਜਿਹੜੇ ਲੋਕਾਂ ਨੂੰ ਕਬੂਲ ਆ, ਹੈਂ, ਉਹ ਪ੍ਰਵਾਨ ਹੋਇਓ। ਜਿਹਦਾ ਸਿੱਖ ਰਾਜ ਆ ਉਹਦਾ ਫਿਰ ਸਿੱਕਾ ਚੱਲਣ ਲੱਗ ਪੈਂਦਾ ਨਾ। ਪੋਥੀ ਪੰਡਿਤ ਰਹੇ ਪੁਰਾਣ, ਉਹ ਪੰਡਿਤਾਂ ਕੋਲੋਂ ਪੁਰਾਣ ਅਤੇ ਪੋਥੀਆਂ ਦਾ ਪੜ੍ਹਨਾ ਰਹਿ ਗਿਆ, ਹੁਣ ਉਹਨਾਂ ਦਾ ਰਾਜ ਜੂ ਆ, ਹੁਣ ਡੰਡੇ ਤੋਂ ਡਰਦੇ, ਉਹ ਹੀ ਪੜ੍ਹੀ ਜਾਂਦੇ ਆ ਸਕੂਲਾਂ 'ਚ, ਫਾਰਸੀ ਅਰਬੀ ਚਲਾਤੀ ਅਗਲੇ ਹਨ, ਸਿੱਕਿਆਂ 'ਤੇ ਵੀ ਉਹੀ ਮੋਹਰਾਂ ਲਾਤੀਆਂ ਸੀ। ਨਾਨਕ ਨਾਓ ਪਿਆ ਰਹਿਮਾਨ, ਕਹਿੰਦੇ ਹੁਣ ਪਰਮੇਸ਼ਰ ਦਾ ਨਾਂ ਤਾਂ ਰਹਿ ਗਿਆ, ਅੱਗੇ ਤਾਂ ਰਾਮ ਰਾਮ ਕਰਦੇ ਸੀ ਨਾ, ਬਾਬੂ ਜੀ ਰਾਮ ਰਾਮ, ਹੈਂ,
ਹੁਣ ਰਹਿਮਾਨ, ਰਹਿਮ ਕਰਨ ਵਾਲਾ ਉਹਦਾ ਨਾਮ ਪੈ ਗਿਆ, ਹੁਣ ਅੱਲਾ ਅੱਲਾ ਹੋ ਰਹੀ ਹੈ, ਸਲਾਮਾ ਲਾਕਮ ਬਾਲਕਮ ਸਲਾਮ, ਹੁਣ ਇਹ ਕਹਿ ਰਹੇ ਆ। ਹਾਂਜੀ, ਕਰਦਾ ਤੂੰ ਇੱਕੋ ਜਾਣ, ਕਿਉਂਕਿ ਉਸਦੇ ਮੁਸਲਮਾਨਾਂ ਜ਼ੋਰ ਸੀ, ਹੁਣ ਅੱਲਾ ਅੱਲਾ ਹੋ ਕਹਿ ਰਹੇ। ਇਸ ਵਾਸਤੇ ਕਹਿੰਦੇ ਇਹ ਭਾਈ ਇੱਕ ਕਰਤਾਰ ਕਰਤਾਰ ਦਾ ਕਰਨਾ ਇਹ ਜਾਣ ਲਓ, ਕਿਉਂਕਿ ਇੱਕ ਕਰਦੇ ਪਰਮਾਤਮਾ ਨੂੰ ਜਾਣਨਾ ਕਰੋ। ਨਾਨਕ ਨਾਮ ਮਿਲਿਆ ਵਡਿਆਈ ਇਦੂ ਉੱਪਰ ਕਰਮ ਨਹੀਂ। ਪਾਤਸ਼ਾਹ ਕਹਿੰਦੇ ਮੈਨੂੰ ਤਾਂ ਪਰਮੇਸ਼ਰ ਨਾਮ ਜਪਣ ਦੀ ਵਡਿਆਈ ਮਿਲ ਜਾਏ, ਪਰਮੇਸ਼ਰ ਸਿਮਰ ਤੋਂ ਬਿਨਾਂ ਹੋਰ ਕੋਈ ਕਰਮ ਸਾਧਨ ਉੱਚਾ ਨਹੀਂ। ਸਭ ਨੂੰ ਸਾਧਨ ਉੱਚਾ ਅਤੇ ਸੁੱਚਾ ਸਿਮਰ ਨਹੀਂ ਆ, ਬਾਕੀ ਜਿਹੜਾ ਐਵੇਂ ਘੜੀ ਘੜੀ ਹੱਥ ਮਾਂਜੀ ਜਾਣੇ ਇਹ ਨਹੀਂ ਹੈ। ਹਾਂਜੀ, ਜਿਹੜਾ ਨਾਮ ਜਪਣਾ ਇਹ ਹੈ, ਅਤੇ ਜੇ ਬਾਣੀ ਛੱਡ ਕੇ ਸਿਮਰ ਛੱਡ ਕੇ ਕੰਮ ਕਰਦੇ ਹਾਂ, ਸਭ ਪਖੰਡ ਵਿੱਚ ਗਿਣੇ ਜਾਂਦੇ ਆ। ਅਤੇ ਨਾਮ ਜਪਣ ਤੋਂ ਉੱਪਰ ਮਾਰਾ ਕਹਿੰਦੇ ਕੋਈ ਵੀ ਕਰਮ ਨਹੀਂ। ਜੇ ਘਰ ਹੁੰਦੇ ਮੰਗਣ ਜਾਈਏ ਫਿਰ ਅਲਾਮਾ ਮਿਲੇ ਤਾਂ ਹੀ, ਉਹ ਜਿਵੇਂ ਮਾਈ ਹੁੰਦੀ ਸੀ ਉਹ ਭੋਜਨ ਬਣਾਉਣਾ ਬੜੀ ਸ਼ਰਧਾ, ਅਤੇ ਕ੍ਰਿਸ਼ਨ ਮਾਂ ਨੂੰ ਭੋਗ ਲਾਉਣਾ, ਉਹ ਕੋਈ ਬਾਹਮਣ ਕਰਮ ਕਰਨ ਲਈ ਮਿਲ ਗਿਆ। ਕਹਿੰਦੇ ਲੈ ਮਾਈ, ਨਾ ਤੂੰ ਚੌਂਕੇ ਨੂੰ ਪਰੋਲਾ ਲਾਉਣੀ ਆ, ਨਾ ਚੌਂਕ ਪੂਰਦੀ ਆ, ਨਾ ਫਲਾਨਾ ਕਰਦੀ ਆ, ਇਸ ਤਰ੍ਹਾਂ ਐਵੇਂ ਨਹਾਉਣਾ ਚਾਹੀਦਾ, ਉਹ ਕਰਨਾ ਚਾਹੀਦਾ। ਉਹ ਅੱਗੇ ਤਾਂ ਭਗਤੀ ਚਰੰਗੀ ਉਹ ਸੀ, ਉਹ ਬਾਹਮਣ ਨੇ ਕਰਮ ਕਾਂਡ 'ਚ ਫਸਾ ਤਾ। ਹਾਂ, ਉਹਨੂੰ ਹੁਣ ਬੜਾ ਜੀ ਹੈ, ਉਹ ਠਾਠਾ ਵਾਗਾ ਜਿਹਾ ਕਰਕੇ ਫਿਰ ਲੰਗਰ ਤਿਆਰ ਕਰਨਾ, ਅਤੇ ਹੁਣ ਉਹ ਕ੍ਰਿਸ਼ਨ ਮਹਾਰਾਜ ਲੰਗਰ ਨੂੰ ਆ ਕੇ ਛਕਣੇ ਨਾ, ਬੜੀ ਰੋਂਦੀ ਵੀ ਮਹਾਰਾਜ ਅੱਗੇ ਤਾਂ ਮੈਂ ਇੰਨੀ ਸੋਚ ਮਨਾ ਰੱਖਦੀ, ਅਤੇ ਤੁਸੀਂ ਰੋਏ ਆ ਕੇ ਛਕਦੇ, ਹੁਣ ਮੈਂ ਇੰਨਾ ਕਰਦੇ ਹਾਂ ਅਤੇ ਤੁਸੀਂ ਛਕਦੇ ਨਹੀਂ। ਮੈਂ ਰੋਂਦੀ ਹਾਂ, ਉਹ ਫਿਰ ਆਕਾਸ਼ਬਾਣੀ ਹੋਈ ਵੀ ਅਸੀਂ ਤਾਂ ਛਕਣ ਆਉਂਦੇ ਹਾਂ, ਅਤੇ ਤੂੰ ਆਹ ਕਰਮ ਕਾਂਡ 'ਚ ਫਸੀ ਰਹਿੰਦੀ, ਅਸੀਂ ਉਹ ਟਾਈਮ 'ਤੇ ਆਈਦਾ ਅਤੇ ਅੜੀ ਕੇ ਚੱਲ ਜਾਂਦੇ ਹਾਂ। ਕਹਿੰਦੇ ਇਸ ਤਰ੍ਹਾਂ ਹੁਣ ਤੁਸੀਂ ਹੱਥ ਮਾਂਜਦੇ ਰਹੋ, ਪੈਰ ਕੂਚਦੇ ਰਹੋ, ਉੱਧਰ ਬਾਣੀ ਪੰਜ ਬਾਣੀਆਂ ਵੀ ਛੱਡਤੀਆਂ, ਰਹਿਰ ਕੀਰਤਨ ਸੋਹਲਾ ਵੀ ਛੱਡਤਾ, ਕਥਾ ਕੀਰਤਨ ਵੀ ਛੱਡ ਦਿੱਤਾ, ਲੰਗਰ 'ਚ ਬਹਿ ਕੇ ਭੋਜਨ ਛਕਣ ਦਾ ਟਾਈਮ ਵੀ ਛੱਡਤਾ, ਸੰਗ ਦਾ ਵੀ ਛੱਡਤਾ, ਅਤੇ ਉਹ 'ਚ ਪ੍ਰਾਪਤ ਕੀ ਹੋਇਆ? ਅਤੇ ਗੁਰੂ ਤੋਂ ਤਾਂ ਬੰਬੇ ਮੁੱਖ ਹੋ ਗਿਆ, ਗੁਰੂ ਦਾ ਹੁਕਮ ਸੀ ਪੰਗ 'ਚ ਬਹਿ ਭੋਜਨ ਦੇਣਾ, ਸੰਗ 'ਚ ਬਹਿ ਕੇ ਨਾਮ ਅਭਿਆਸ ਕਰਨਾ, ਬਾਣੀ ਪਾਣੀ ਕਥਾ ਕੀਰਤਨ, ਉਹ ਤਾਂ ਛੱਡਤਾ, ਅਤੇ ਫਿਰ ਪੱਲੇ ਤਾਂ ਕੁਛ ਨਾ ਰਿਹਾ। ਇਸ ਵਾਸਤੇ ਜਿਹੜਾ ਗੁਰੂ ਦਾ ਬਚਨ ਆ ਉਹ ਸਭ ਨੂੰ ਵੱਡੀ ਚੀਜ਼ ਹੈ। ਇਹ ਠੀਕ ਹੈ ਨਹਾਉਣਾ ਧੋਣਾ ਪਵਿੱਤਰਤਾ ਰੱਖਣੀ, ਇਹ ਨਹੀਂ ਵੀ ਸਾਰਾ ਦਿਨ ਉੱਥੇ ਹੀ ਫਸੇ ਰਹੋ, ਕਿਉਂਕਿ ਉਹ ਬਾਹਮਣਾਂ ਦਾ ਕਰਮ ਕਾਂਡ ਹੈ ਨਾ। ਇੱਕ ਕਹੇ ਮੈਂ ਤਾਂ ਜੀ ਬੜੀ ਸੋਚ ਮਰਾਸਦਾ, ਧਰਤੀ 'ਤੇ ਵੀ ਮੈਲਾ ਨਹੀਂ ਕਰਦਾ। ਉਹ ਚਲੇ ਗਿਆ, ਉਹ ਚਲੇ ਗਿਆ, ਉੱਥੇ ਕਾਨੇ ਸੀਗੇ, ਸਰਕੜਾ ਨੱਪ ਕੇ ਨਾ ਧਰਤੀ 'ਤੇ ਨਹੀਂ ਮੈਲਾ ਕਰਨਾ, ਪੈਰਾਂ ਥੱਲੇ ਨੱਪ ਕੇ ਤਾਂ ਬਹਿ ਗਿਆ, ਜਹਾਂ ਦਾ ਕੰਜਰਾ ਹੁਣ ਵੱਢ ਕੇ ਥੱਲੇ ਰੱਖ ਲਾ। ਉਹ ਜੇ ਲੇਟਿਆ ਹੁਣ ਖਾਨਿਆਂ ਨੇ ਪਰਾਟਾ ਤਾਂ ਮਾਰਨਾ ਹੀ ਸੀ, ਉਹ ਸਾਰਾ ਗੰਦ ਉੱਤੇ ਪੈ ਗਿਆ। ਕਹਿੰਦੇ ਦੱਸ ਹੁਣ ਤੇਰੀ ਸੋਚ ਮੈਂ ਕਿੱਥੇ ਗਈ? ਕਹਿੰਦੇ ਤੇਰੀ ਸੋਚ ਮੈਂ ਜਿਹੜੀ ਸੀ ਉਹ ਕਿੱਥੇ ਗਈ? ਹੈਂ, ਫਿਰ ਇਸ ਤਰ੍ਹਾਂ ਦੇ ਜਿਹੜੇ ਪਰਖੰਡ ਕਰਨੇ ਆ ਉਹ ਫਿਰ ਕੋਈ ਲਾਭ ਨਹੀਂ ਹੁੰਦਾ। ਇਸ ਵਾਸਤੇ ਜਿਹੜੇ ਕਰਮਕਾਂਡੀ ਲੋਕ ਆ ਉਹ ਫਿਰ ਹੈਂਜੀ ਉਹ ਪਤਾ ਹੁੰਦਾ ਨਹੀਂ, ਇਹ ਜਾਲ 'ਚ ਫਸਾ ਲੈਂਦੇ ਆ, ਫਿਰ ਬੰਦੇ ਦੇ ਮਨ 'ਚ ਵਹਿਮ ਜਿਹਾ ਵੀ ਹੋਣ ਲੱਗ ਜਾਂਦਾ, ਕਹਿੰਦੇ ਮਰਯਾਦਾ ਵਿੱਚ ਰਹਿਣਾ, ਹਾਂਜੀ ਸੰਜਮ ਵਿਵੇਕ ਜਿਹੜਾ ਕਰਨਾ ਕਰਨਾ ਹੈਗਾ, ਵੀ ਇਹ ਨਹੀਂ ਵੀ ਸਰ ਦੇ ਨਹੀਂ ਇਹਦੇ 'ਚ ਉਲਝੋ ਮਾਰਨ ਨੇ ਕੂਰ ਕਿਰਿਆ ਉਲਝੋ ਸਭੀ ਜੋ ਸ਼੍ਰੀ ਭਗਵਾਨ ਕੋ ਭੇਜ ਨਾ ਪਾਇਓ, ਇਹ ਫਿਰ ਕੂਰ ਕਿਰਿਆ 'ਚ ਬੰਦਾ ਉਲਝ ਜਾਂਦਾ। ਜੇਕਰ ਉਹਦਾ ਮੰਗਣ ਜਾਈਏ ਫਿਰ ਅਲਾਮਾ ਮਿਲੇ ਤਾਂ ਹੀ, ਪਾਤਸ਼ਾਹ ਜੇ ਘਰ ਵਿੱਚ ਪਦਾਰਥ ਹੁੰਦੇ ਆ ਫਿਰ ਮੰਗਣ ਜਾਈਏ, ਉਸ ਪਰ ਹੁਣ ਅਲਾਮਾ ਹੁੰਦਾ। ਹੁਣ ਤੇਰੇ ਘਰ ਗਾਂ ਸੂਈ ਹੋਵੇ, ਤੂੰ ਲੱਸੀ ਗੁਆਂਢੀਆਂ ਨੇ ਮੰਗਣ ਜਾਏ ਤਾਂ ਅਗਲੇ ਸ਼ਰਮਿੰਦਾ ਕਰਨਗੇ ਕਿ ਨਹੀਂ? ਅਤੇ ਆਪਣਾ ਦੁੱਧ ਵੇਚੀ ਜਾਣਾ, ਲੱਸੀ ਲਈ ਡੋਲੂ ਫੜ ਕੇ ਮੇਰੇ ਆ ਗਿਆ, ਕਿ ਨਹੀਂ ਅਲਾਮਾ ਦਊਗਾ ਕਿ ਨਹੀਂ? ਫਿਰ ਅਲਾਮਾ ਮਿਲੇ ਤਾਂ ਹੀ। ਇਸ ਤਰ੍ਹਾਂ ਕਹਿੰਦੇ ਘਰ ਸਰੀਰ ਦੇ ਵਿੱਚ ਪਰਮਾਤਮਾ ਰਹਿ ਰਿਹਾ, ਅਤੇ ਹੋਰ ਦੇਵੀ ਦੇਵਤਿਆਂ ਤੋਂ ਮੰਗਣ ਜਾਈਏ ਅਤੇ ਦਰਗਾਹ 'ਚ ਅਲਾਮੇ ਮਿਲਦੇ ਵੀ ਉਹ ਤਾਂ ਤੇਰੇ ਵਿੱਚ ਬੈਠਾ, ਅਤੇ ਤੂੰ ਮੰਗਣ ਲਈ ਦੇਵੀ ਦੇਵਤਿਆਂ ਦੇ ਪੱਥਰਾਂ ਦੀਆਂ ਮੂਰਤੀਆਂ ਅੱਗੇ ਨੱਕ ਰਗੜਦਾ ਫਿਰਦਾ, ਹੈਂ ਉੱਥੇ ਨੱਕ ਰਗੜਦਾ, ਉਹਨਾਂ ਤੋਂ ਜਾ ਮੰਗਦਾ, ਜਿਹੜਾ ਸਭ ਕੁਝ ਦੇਣ ਵਾਲਾ ਉਹ ਤੇਰੇ ਹਿਰਦੇ 'ਚ ਬੈਠਾ। ਇਹ ਫਿਰ ਪਾਤਸ਼ਾਹ ਨੇ ਇਹਨਾਂ ਨੂੰ ਉਪਦੇਸ਼ ਦਿੱਤਾ, ਹੈਂ ਕਹਿੰਦੇ ਮਰਦਾਨ ਨੇ ਕਿਹਾ ਮਹਾਰਾਜ ਵੀ ਕਲਯੁਗ, ਕਹਿੰਦੇ ਵੀ ਕਲਯੁਗ ਤਾਂ ਇਹਨਾਂ ਲੋਕਾਂ ਨੇ ਬਣਾਇਆ, ਜਦ ਇਹੋ ਜਿਹਾ ਕੰਮ ਕਰਦੇ ਆ ਕਲਯੁਗ ਇਹਨਾਂ ਦਾ ਬਣਾਇਆ। ਹਾਂਜੀ, ਫਿਰ ਮਹਾਰਾਜ ਨਹੀਂ ਜੇ ਇਹੋ ਜਿਹਾ ਕੰਮ ਕਰਦੇ ਉਹੋ ਜਿਹਾ ਜੋ ਸੱਤ ਬੋਲਾਂਗੇ ਸੱਤ ਜੋਗੇ ਆ,
ਯੱਗ ਕਰਾਂਗੇ ਅਤੇ ਤ੍ਰੇਤਾਇਆ ਪੂਜਾ ਕਰਾਂਗੇ, ਦੁਆਪਰ ਆ ਨਾਮ ਜਪੀ, ਫਿਰ ਕਲਯੁਗ ਜੇ ਕਲਾ ਕਰਾਂਗੇ ਫਿਰ ਕਲਯੁਗ ਆ। ਚੌਵੀ ਉੱਚੇ ਸੁਰ ਤੋਂ ਸ਼ਬਦ ਵਸਾਇਓ, ਉੱਚੇ ਹਾਂਜੀ ਸੁਰ ਦੇ ਵਿੱਚ ਫਿਰ ਮਹਾਰਾਜ ਨੇ ਸ਼ਬਦ ਵਸਾਇਆ, ਪੜ੍ਹਿਆ ਬੋਲਿਆ। ਰਾਮਕਲੀ ਸੋ ਰਾਗ ਮੈਂ ਗਾਇਆ, ਰਾਮਕਲੀ ਰਾਗ ਵਿੱਚ ਗਾਇਆ, ਸੁਣ ਸੁਣ ਕਰ ਬਹੁਤ ਮਨ ਵੈ, ਸੁਣ ਸੁਣ ਕੇ ਫਿਰ ਬਹੁਤ ਲੋਕ ਆ ਗਏ, ਪ੍ਰੀਤ ਧਰ ਵੈਸੇ ਤੇ ਪ੍ਰੇਮ ਧਾਰ ਕੇ ਮਹਾਰਾਜ ਕੋਲ ਬਹਿ ਗਏ। ਕੇਤਕ ਪੰਡਿਤ ਨੇ ਮਜਾਰੀ ਕਈ, ਉਹਨਾਂ 'ਚ ਬੜਬੜੇ ਪੜ੍ਹੇ ਲਿਖੇ ਪੰਡਿਤ ਬੁੱਧੀਜੀਵੀ ਬੈਠੇ ਸੀ, ਅੱਜ ਕੱਲ੍ਹ ਬੁੱਧੀਜੀਵੀਆਂ ਸਕੈਲਰ ਕਹਿੰਦੇ ਆ, ਅੱਗੇ ਪੰਡਿਤ ਕਹਿੰਦੇ ਸੀ, ਗੱਲ ਉਹ ਹੋਈ ਹੈ। ਇੱਕ ਮਨ ਵੈ ਕਰ ਸੁਣੋ ਹੈ, ਫਿਰ ਸ਼ਬਦ ਸੁਣਨ ਸੁਣ ਗਿਰਾ ਵਿਚਾਰੀ, ਜਦੋਂ ਸ਼ਬਦ ਕੰਨਾਂ ਨਾਲ ਸੁਣਿਆ ਹਾਂਜੀ, ਅਤੇ ਫਿਰ ਬਾਣੀ ਕਹੀ ਸਾਨੂੰ ਸਮਝਾਓ, ਇਸ ਕੇ ਅਰਥ ਸੁਣਾਈਏ ਹਮਕੋ। ਉਹਨਾਂ ਨੇ ਇਸ ਤਰ੍ਹਾਂ ਬਚਣਾ ਜਾ ਰਿਹਾ, ਪਾਸ਼ਾ ਆਨੰਦ ਤਾਂ ਬੜਾ ਆਇਆ, ਇਹਦੇ ਅਰਥ ਸੁਣਾਓ ਸਾਨੂੰ, ਸੰਤ ਰੂਪ ਦੇਖਦਾ ਤੁਮਕੋ, ਅਸੀਂ ਤੁਹਾਨੂੰ ਸੰਤ ਸਰੂਪ ਕਰਕੇ ਦੇਖਿਆ। ਸ਼੍ਰੀ ਨਾਨਕ ਸੁਣ ਅਰਥ ਵਿਖਾਨਾ, ਸ਼੍ਰੀ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਅਰਥ ਕਿਹਾ, ਇੱਕ ਮਨ ਹੋਇਆ ਕਰ ਸੁਣੋ ਸੁਜਾਨੋ। ਇਹ ਸਿਆਣੇ ਪੁਰਸ਼ੋ, ਸਿਆਣੇ ਸੱਜਣੋ, ਮਨ ਨੂੰ ਇਕਾਗਰ ਕਰਕੇ ਸੁਣੀਏ। ਸਸ ਰਬ ਉੱਡ ਛਿਤ ਬਾਏ ਸੋ ਤੈਸੇ, ਸਸੀ ਚੰਦਰਮਾ ਰਵੀ ਸੂਰਜ ਉੱਡ ਤਾਰੇ ਛਿਤ ਧਰਤੀ ਬਾਏ, ਜਿਹੜੀ ਹਵਾ ਇਹ ਵੀ ਉਸੇ ਤਰ੍ਹਾਂ ਦੇ ਹੀ ਹੈ, ਤੈਸੇ ਅਤੇ ਇਸ ਤਰ੍ਹਾਂ ਦੇ ਤ੍ਰੈ ਯੁਗ ਮੈਂ ਵਰਤੇ ਥੀ ਜੈਸੇ, ਜਿਵੇਂ ਤਿੰਨਾਂ ਯੁਗਾਂ 'ਚ ਵਰਤ ਰਿਹਾ ਸੀ, ਇਹ ਨਹੀਂ ਵੀ ਕਲਯੁਗ ਦੀ ਹੁਣ ਹਵਾ ਹੋ ਰਿਹਾ ਅਤੇ ਕਲਯੁਗ 'ਚ ਅੱਗ ਹੋ ਰਿਹਾ, ਉਹੀ ਕੁਛ ਹੈ ਹੈਂ ਕਿ ਬੰਦੇ ਅੱਗੇ ਮਾਤਾ ਦੇ ਉਦਰ ਤੋਂ ਜੰਮਦੇ ਸੀ, ਫਿਰ ਹੁਣ ਕੰਨਾਂ 'ਚੋਂ ਜਾਂ ਮੂੰਹ 'ਚੋਂ ਨਿਕਲਣ ਲੱਗ ਪਿਆ, ਹੈਂ ਵੀ ਉਹੀ ਹੈ ਸਾਰਾ ਕੁਛ। ਦੋਹਰਾ ਮਨੁ ਮਲਮ ਬੁੱਧੀ ਪਏ ਜਾਂ ਤੇ ਕਲੀ ਲਿਖਾਏ, ਕਹਿੰਦੇ ਪੁਰਸ਼ਾਂ ਦੀ ਜਿਹੜੀ ਬੁੱਧੀ ਨਾ ਉਹ ਮਲੀਨ ਹੋ ਗਈ ਹੈ, ਭੈੜੀ ਬੁੱਧ ਵਾਲੇ ਹੋ ਗਏ, ਹੈਂ ਇਸ ਕਰਕੇ ਕਹਿੰਦੇ ਇਹਨਾਂ ਨੂੰ ਕਲਯੁਗ ਹੀ ਜਾਣਿਆ ਜਾਂਦਾ। ਪੁੰਨੇ ਨੇ ਕੇ ਵਿਸ਼ਵਾਸ ਕਿਹਾ ਕਲ ਕੇ ਨਰ ਕਲ ਜੇ ਨਰ ਜਨਮਾਏ, ਫਿਰ ਇਹਨਾਂ ਦਾ ਕਹਿੰਦੇ ਕੀ ਭਰੋਸਾ, ਉਮਰ ਤਾਂ ਬਹੁਤ ਥੋੜ੍ਹੀ ਹੈ ਕਲਯੁਗ 'ਚ, ਜਿਹੜੇ ਕਲਯੁਗ ਜਨਮ ਲੈਂਦੇ ਆ ਉਮਰ ਤਾਂ ਹੈ ਹੀ ਨਹੀਂ, ਆਹ ਦੇਖਦੇ ਫਲਾਣੇ ਹਾਰਟ ਫੇਲ ਹੋ ਗਿਆ, ਛੋਟੀ ਛੋਟੀ ਉਮਰਾਂ 'ਚ ਆਈ ਜਾਂਦੇ ਆ। ਚੌਪੀ ਵਰਖਾ ਵੇਖੇ ਬੁਲਬਦਾ ਜੈਸੇ, ਹੈਂ ਜਿਵੇਂ ਮੀਂਹ ਪੈਂਦਾ ਨਾ ਪਾਣੀ ਦਾ ਬੁਲਬਦਾ ਪੈਦਾ ਹੁੰਦਾ, ਕਿੰਨੀ ਕੁ ਉਮਰ ਆ ਉਹਦੀ, ਉਪਜਤ ਬਿਨਸਤ ਹੈ ਹੈ ਇਹ ਤੈਸੇ, ਹੁਣ ਜਿਵੇਂ ਉਹ ਪੈਦਾ ਹੁੰਦਾ ਉਦੋਂ ਹੀ ਖਤਮ ਹੋ ਜਾਂਦਾ ਨਾ, ਇਸ ਤਰ੍ਹਾਂ ਕਲਯੁਗ ਮਰਦੇ ਆ ਜੰਮਦੇ ਆ, ਉਮਰਾਂ ਹੁਣ ਹੈ ਹੀ ਨਹੀਂ, ਮਰਨ ਜੰਮਣ 'ਚ ਰਹਿੰਦੇ। ਜੋ ਕਲਯੁਗ ਕੇ ਦੇਸ਼ ਨਾ ਆਇਓ, ਉਹ ਕਲਯੁਗ ਇਹ ਨਹੀਂ ਫਲਾਣੇ ਦੇਸ਼ 'ਚੋਂ ਆਇਆ, ਉਧਰੋਂ ਆ ਗਿਆ, ਇਹ ਬੈਠੇ ਹੋ ਕਿਤੇ ਦੁਰਗ ਨੇ ਕਿਤੇ ਕਿਲਾ ਬਣਾ ਕੇ ਵੀ ਨਹੀਂ ਬੈਠਾ ਆ, ਉੱਥੇ ਕਿਲਾ ਬਣਾ ਕੇ ਬੈਠਾ ਸੀ ਕਲਯੁਗ। ਜੇ ਲੱਖਣ ਆ ਮਨ ਛਕਰਾਈ, ਹੁਣ ਮਨੁੱਖਾਂ ਦੇ ਜਿਹੜੇ ਆਚਾਰ ਵਿਚਾਰ ਦੇ ਜਿਹੜੇ ਲੱਛਣ ਹੈਗੇ ਆ, ਹੈਂ ਜਾਂਦੇ ਕਲਯੁਗ ਪਰਤ ਲਿਖਾਈ, ਇਸ ਕਰਕੇ ਕਹਿੰਦੇ ਇਸ ਸਮੇਂ ਨੂੰ ਕਲਯੁਗ ਕਹਿੰਦੇ ਆ, ਹੈਂ ਪਰਤ ਗਿਆ ਬਦਲੇ ਗਿਆ ਸੁਭਾਅ ਹੀ ਬਦਲ ਗਿਆ, ਹੈਂ ਅਤੇ ਇਸ ਵਾਸਤੇ ਇਸ ਸਮੇਂ ਨੂੰ ਕਲਯੁਗ ਕਹਿ ਦਿੰਦੇ ਆ। ਹਾਂਜੀ ਵੀ ਕਲਯੁਗ ਆ ਗਿਆ, ਲੈ ਵੀ ਹੁਣ ਜੇ ਕਿਤੇ ਬਹੁਤੀ ਕਲਾ ਹੋਵੇ ਪਤਾ ਨਹੀਂ ਕਹਿੰਦੇ ਸਾਡੇ ਘਰ ਕਿੱਥੋਂ ਕਲਯੁਗ ਆ ਵੜਿਆ, ਆਮ ਲੋਕ ਕਹਿੰਦੇ ਕਿ ਨਹੀਂ, ਹੈਂ ਪਤਾ ਕਹਿੰਦੇ ਕਲਯੁਗ ਕਿੱਧਰੋਂ ਆ ਕੇ ਵੜ ਗਿਆ, ਬੜਾ ਸੋਹਣਾ ਸ਼ਾਂਤ ਸੀ, ਹੈਂ ਬੜੇ ਆਨੰਦ 'ਚ ਬੈਠੇ ਸੀ, ਕਹਿੰਦੇ ਪਤਾ ਨਹੀਂ ਇਹ ਕਿੱਥੋਂ ਆ ਕੇ ਹੈਂ ਵੜ ਗਿਆ ਕਲਯੁਗ ਸਾਡੇ ਘਰ ਦੇ ਵਿੱਚ ਆ ਕੇ। ਇਸ ਤਰ੍ਹਾਂ ਫਿਰ ਮਹਾਰਾਜ ਕਹਿੰਦੇ ਆ ਹਾਂਜੀ ਵੀ ਜਿਹੜਾ ਹੈਗਾ ਆਹੀ ਗੱਲ ਹੈ, ਹੋਰ ਗੱਲ ਕਹਿੰਦੇ ਹੈ ਨਹੀਂ, ਕਿ ਗੱਲ ਸਾਰੀ ਇਸ ਤਰ੍ਹਾਂ ਦੀ ਹੈਗੀ ਹੈ ਹਾਂਜੀ, ਅਤੇ ਇਹ ਸੰਸਾਰ ਦੀ ਜਿਹੜੀ ਉਮਰ ਆ ਜਾਂ ਸੰਸਾਰ ਦੇ ਲੱਛਣ ਜਿਹੜੇ ਲੋਕਾਂ ਦੇ ਆ ਉੱਥੋਂ ਹੀ ਹੁੰਦਾ ਵੀ ਇਹ ਹਾਂਜੀ ਕਲਯੁਗ ਆ ਗਿਆ ਆ, ਜਾਂ ਦੇ ਕਲਯੁਗ ਪਰਤ ਲਿਖਾਈ, ਇਸ ਵਾਸਤੇ ਕਹਿੰਦੇ ਜਿਹੜਾ ਕਲਯੁਗ ਆ ਪਰਤ ਮਨ ਭਾਵ ਮਨੁੱਖਾਂ ਦੇ ਆਚਰਣ ਤੋਂ ਸਮੇਂ ਨੂੰ ਕਲਯੁਗ ਕਹਿ ਦਿੰਦੇ ਆ। ਹਾਂਜੀ ਵੀ ਹੁਣ ਇਹ ਕਲਯੁਗ ਆ ਗਿਆ, ਇਹ ਪ੍ਰਤੀਤ ਹੋ ਰਿਹਾ ਹੈ, ਪਰਤ ਲਿਖਾਈ ਪਰਤਿਆ ਹੋਇਆ ਬਦਲਿਆ ਹੋਇਆ ਲਿਖਾਈ ਨਜ਼ਰ ਕਹਿੰਦੇ ਆ, ਮਨੁੱਖਾਂ ਦੇ ਜਿਹੜੇ ਆਚਰਣ ਤੋਂ ਸਮੇਂ ਨੂੰ ਕਲਯੁਗ ਕਹਿੰਦੇ, ਵੀ ਹੁਣ ਲੋਕਾਂ ਦੇ ਮਨ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਦਲ ਗਏ ਆ, ਹਾਂਜੀ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਉਹਨੇ ਨੂੰ ਕੋਈ ਵਿਸ਼ਵਾਸ ਕਿਹਾ ਕੱਲ੍ਹ ਜੇ ਨਰ ਜਨਮ ਆਏ,
ਜਿਹਦੇ ਜਿਹੜੇ ਕੱਲ੍ਹ ਜੋ ਜੰਮਦੇ ਇਹਨਾਂ ਦਾ ਭਰੋਸਾ ਕੀ ਹੈ ਥੋੜ੍ਹੀਆਂ ਥੋੜ੍ਹੀਆਂ ਉਮਰਾਂ। ਜਤ ਸਤ ਤਪ ਹੋਵੇ ਪੂਰਾ ਨਾ, ਜਤ ਸਤ ਤਪ ਇਹ ਪੂਰਾ ਨਹੀਂ ਹੁੰਦਾ, ਕੋਈ ਨਾ ਕੋਈ ਵਿਘਨ ਪੈ ਜਾਂਦਾ। ਹਾਂਜੀ, ਅਤੇ ਨਾਮ ਜਪਿਆ ਅਤੇ ਇਹ ਕਹਿ ਬਦਰਾਹੀ, ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਲੋਕ ਬਦਰਾਹੀ ਮੈਨੇ ਕੁਰਾਈਆ ਕਹਿੰਦੇ, ਪੁੱਠੇ ਪਾਸ ਤੁਰਿਆ ਆ। ਹੈਂ, ਇਹ ਚਾਰ ਦਿਨ ਖਾਣ ਪੀਣ ਮੌਜਾਂ ਦੀ ਉਮਰੇ ਤੂੰ ਕਿਹੜੇ ਪਾਸੇ ਲੱਗ ਪਿਆ? ਕਿਰਪਾਨ ਪਾਈ, ਕਹਿਣਗੇ ਡੈਹਾ ਪਾਇਆ, ਇਸ਼ਾਰਾ ਪਾ ਲਿਆ, ਇਹ ਬਰੇਕਾਂ ਵਾਲਾ ਪਾਈ ਫਿਰਦੇ ਆ, ਗੁਰਦੁਆਰਾ ਜਾ ਕੜਾਹ ਖਾਣ ਜਾਂਦੇ ਆ, ਇਸ ਤਰ੍ਹਾਂ ਟਿਚਰਾਂ ਕਰਦੇ ਆ। ਹਾਂਜੀ, ਉਹਨੂੰ ਕਰਾਈਆ ਕਹਿੰਦੇ ਪੁੱਠੇ ਪਾਸੇ ਤੁਰ ਪਿਆ। ਜੇ ਗੁਰੂ ਦਾ ਬਾਣਾ ਕਹਿੰਦੇ ਰਿਛਾਂ ਵਾਲਾ ਬਾਣਾ ਪਾਈ ਫਿਰਦੇ ਆ, ਆਹ ਪੁੱਠੀਆਂ ਗੱਲਾਂ ਕਰਦੇ ਆ। ਦੋਹਰ, ਸਤਿਯੁਗ ਪਾਪੀ ਇੱਕ ਤੇ ਦੇਸ਼ ਮਾਰੀਏ ਸੋਏ। ਸਤਿਯੁਗ 'ਚ ਇੱਕ ਪਾਪੀ ਹੋ ਜਾਏ ਸਾਰਾ ਦੇਸ਼ ਪਾਪੀ ਗਿਣਿਆ ਜਾਂਦਾ ਸੀ, ਮਾਰਿਆ ਜਾਂਦਾ ਸੀ। ਤ੍ਰੇਤੇ ਨਗਰੀ ਪੀੜੀਆ ਦੁਆਪਰ ਕੋ ਅਲੱਗ ਹੋਏ, ਤ੍ਰੇਤੇ 'ਚ ਨਗਰੀ ਪੀੜੀ ਜਾਂਦੀ ਸੀ, ਪਾਪੀ ਨਗਰ ਨੂੰ ਜਾਣਿਆ ਜਾਂਦਾ ਸੀ। ਇਸ ਨਗਰ 'ਚ ਡਾ ਪੱਧਰ ਹੋਇਆ, ਦੁਆਪਰ ਕੋ ਅਲੱਗ ਹੋਏ, ਦੁਆਪਰ ਦੇ ਵਿੱਚ ਇੱਕ ਕਰੇ ਤਾਂ ਸਾਰੀ ਕੁੱਲ ਪਾਪੀ ਹੋ ਜਾਂਦੀ ਸੀ। ਚੌਪੇ ਕਲਯੁਗ ਪਾਪ ਕਰਿਆ ਸੋ ਪਾਪ, ਕਲਯੁਗ ਦੇ ਵਿੱਚ ਇਹ ਆ ਇਹਦਾ ਨਿਆਂ ਚੰਗਾ, ਇਹ ਜਿਹੜਾ ਪਾਪ ਕਰਦਾ ਉਹ ਹੀ ਸਜ਼ਾ ਭੋਗਦਾ। ਪੁੰਨ ਸਤਿਗੁਰ ਜੇ ਕੋਈ ਬਖਸ਼ਾਵਤ, ਪਰ ਜਿਹਨੂੰ ਸਤਿਗੁਰ ਬਖਸ਼ ਦੇਣ, ਨਾਮਦਾਨ ਦੇ ਕਰੇ ਉਧਾਰ, ਨਾਮ ਦਾ ਦਾਨ ਦੇ ਕੇ ਉਹਦਾ ਆਧਾਰ ਕਰ ਦਿੰਦੇ। ਇਸ ਬਿਨਾਂ ਪਰ ਨਾ ਕੋ ਉਪਕਾਰਾ ਉਪਚਾਰਾ, ਇਸ ਤੋਂ ਬਿਨਾਂ ਕਹਿੰਦੇ ਨਾਮ ਦੇ ਆਧਾਰ ਕਰਦੇ ਉਹ ਡੰਡ ਤੋਂ ਵੱਜ ਜਾਂਦਾ, ਇਹਤੋਂ ਬਿਨਾਂ ਹੋਰ ਕਹਿੰਦੇ ਉਪਚਾਰ ਇਲਾਜ ਕੋਈ ਹੈ ਨਹੀਂ। ਦੇਖੋ ਪੰਜ ਪਿਆਰੇ ਆ, ਜੇ ਕੋਈ ਬਜਰ ਗ੍ਰਹਿ ਤੋਂ ਹੋ ਜਾਏ ਤਾਂ ਇਹ ਹੀ ਆ, ਤੂੰ ਇੰਨੇ ਦਿਨ ਭਾਂਡੇ ਮਾਂਜ ਲਏ, ਇੰਨੀ ਤਨਖਾਹ, ਇੰਨੇ ਜਪ ਜੀ ਕਰ ਲਏ, ਇੰਨੇ ਦਿਨ ਜੋੜੇ ਝਾੜ ਲਾ, ਕਹਿੰਦੇ ਦੇਖੋ ਮਹਾਰਾਜ ਆ ਬੇਬਖਸ਼ ਦਿੰਦੇ ਆ। ਬੇਦ ਥਰਮਣ ਮਤ ਕਰ ਸਭੀ, ਬੇਦ ਥਰਮ ਦਾ ਸਾਰਿਆਂ ਨੂੰ ਮੰਥਨ ਕਰਕੇ ਵਿਚਾਰ ਕਰਕੇ, ਹਰ ਕੀਰਤ ਕਰ ਦੇਵ ਤਾਬੇ ਹੀ, ਨਿਰੰਕਾਰ ਦੀ ਕੀਰਤੀ ਦੀ ਜਿਹੜੀ ਰੀਤੀ ਮਰਜ਼ਾਦਾ ਉਹ ਹੁਣ ਦੇ ਦਿੱਤੀ ਹੈ। ਨਾਵਣ ਧੋਣ ਬਿਰਥਾ ਸਾਰੇ, ਨਹਾਉਣਾ ਧੋਣਾ ਸਾਰਾ ਵਿਅਰਥ ਆ, ਫਿਰ ਸਾਰਾ ਦਿਨ ਇਹ 'ਚ ਫਸੇ ਰਹਿਣਾ, ਸਾਰਾ ਦਿਨ ਨਹਾਉਣ ਧੋਣ 'ਚ ਲੱਗੇ ਰਹਿਣਾ, ਹੈਂਜੀ, ਇਹ ਸਾਰੇ ਵਿਅਰਥ ਆ। ਰਾਗ ਦੁਆਖ ਮਲ ਨਹੀਂ ਉਤਾਰੇ, ਇਹ ਕਹਿੰਦੇ ਆ ਜਿਹੜੇ ਆਪਣੇ ਨਹਾਉਣੇ ਧੋਣੇ ਵਿਅਰਥ ਆ, ਕਿਉਂ? ਪ੍ਰੇਮ ਤੋਂ ਬਿਨਾਂ ਇਹ ਦੁਵੈਸ਼ ਦੀ ਮੈਲ ਨੂੰ ਨਹੀਂ ਉਤਾਰਦੇ। ਜਿਹੜੀ ਮਨ 'ਚ ਦੁਵੈਸ਼ ਆ, ਰਾਗ ਦੁਵੈਸ਼ ਦੀ, ਮੋਹ ਦੀ, ਰਾਗ ਮੈਨੇ ਮੋਹ ਅਤੇ ਦੁਵੈਸ਼ ਜਿਹੜੀ ਈਰਖਾ ਆ, ਇਹਦੀ ਮੈਲ ਨੂੰ ਉਤਾਰਦੇ ਨੇ। ਸੱਚ ਨਾ ਕਮਾਵੋ ਹੋਏ ਨਾ ਸੋਚੋ, ਜੇ ਸੱਚ ਦੀ ਕਮਾਈ ਨਹੀਂ ਕਰਦੇ ਤੁਸੀਂ ਪਵਿੱਤਰ ਨਹੀਂ ਹੋਵੋਗੇ। ਸੱਚ ਨਾਮ ਮੈਨੂੰ ਬੰਧਨ ਮੋਚੂ, ਸੱਚਾ ਨਾਮ ਸਾਰੇ ਬੰਧਨਾਂ ਨੂੰ ਮੋਚੂ ਮੈਨੇ ਕੱਟਣ ਵਾਲਾ ਹੈ। ਮਨ ਮਲੀਨ ਤਨ ਕਰੇ ਪਖੰਡਾ, ਜਿਹਨਾਂ ਦਾ ਮਨ ਮੈਲਾ ਉਹ ਸਰੀਰ ਨਾਲ ਪਖੰਡ ਕਰਦੇ ਆ। ਹਾਂਜੀ, ਸੇ ਨਰ ਸਹਿ ਅਧਿਕ ਜਮ ਡੰਡਾ, ਉਹ ਮਨੁੱਖ ਜਮਾਂ ਦੀ ਡੰਡਾ ਮੈਨੇ ਅਧਿਕ ਮਾਰ ਉਹਨਾਂ ਨੂੰ ਪੈਂਦੀ ਹੈ, ਉਹਨਾਂ ਨੂੰ ਸਹਾਰ ਨਹੀਂ ਪੈਂਦੀ ਹੈ। ਹਾਂਜੀ, ਰੁਚਰ ਰੰਗ ਜੋ ਹੋਏ ਮਿਊਰਾ, ਕਹਿੰਦੇ ਜਿਵੇਂ ਆਪਣੇ ਮਿਊਰਾ ਮੈਨੇ ਮੋਰ ਹੁੰਦਾ ਨਾ, ਉਹਦਾ ਰੰਗ ਬੜਾ ਸੁੰਦਰ ਹੁੰਦਾ ਹੈ। ਬੋਲਤ ਬਾਣੀ ਅਤਿ ਸ਼ਰੂਰਾ, ਤਦੀ ਜਦ ਬੋਲਦਾ ਨਾ ਮੋਲ ਪਹਿਲਾਂ ਪਾਉਂਦਾ, ਅਤੇ ਅਤਿ ਸਹਿਮੇ ਨੇ ਬਹੁਤ ਰੂਰਾ, ਬੋਲੀ ਵੀ ਬੜੀ ਸੁੰਦਰ ਬੋਲਦਾ ਹੈ, ਪਰ ਉਹਦੇ ਕਰਮ ਕੀ ਆ? ਬੀਨ ਬੀਨ ਕਿਰਮਨ ਕੋ ਖਾਈ, ਚੁਣ ਚੁਣ ਕੇ ਕੀੜਿਆਂ ਨੂੰ ਖਾਂਦਾ। ਬੀਨ ਬੀਨ ਮੈਨੇ ਚੁਣ ਚੁਣ ਕੇ, ਕਿਉਂ ਦੰਬੀ ਪਏ ਅਬ ਜਗ ਮਾਹੀ। ਇਸ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਬੜੇ ਪਖੰਡੀ ਹੋ ਗਿਆ, ਪਖੰਡੀ ਰਹਿ ਰਿਹਾ ਆ, ਹੈਂ, ਉੱਤੋਂ ਤਾਂ ਬੜੇ ਇਸ ਤਰ੍ਹਾਂ ਦੇ ਕਰਮ ਕਾਂਡ ਛੰਗਣ ਮੰਗਣ ਕਰਦੇ ਆ। ਕਾਮ ਕ੍ਰੋਧ ਪੁੰਨ ਲੋਭ ਅਧੀਨਾ, ਇਹ ਜਿਹੜੇ ਆ ਕਾਮ ਕ੍ਰੋਧ ਪੁਨਾ ਫਿਰ ਲੋਭ ਦੇ ਅਧੀਨ ਆ। ਅਹੰਕਾਰੀ ਅਤਿ ਸਿਮਨ ਪੀਨਾ, ਅਹੰਕਾਰ ਨਾਲ ਇਹਨਾਂ ਦੇ ਮਨ ਭਿੱਜੇ ਹੋਏ ਬਹੁਤ ਕਰਕੇ, ਪਾਏ ਨਰਕ ਮੈਂ ਕਸ਼ਟ ਵਸਾਲਾ, ਨਰਕ ਵਿੱਚ ਜਾ ਕੇ ਵਸਾਲਾ ਬਹੁਤ ਵੱਡੇ ਕਸ਼ਟ ਪਾਉਂਦੇ ਆ। ਤਾਂ ਪਛਤਾਵੇ ਫਸੇ ਜਮਜਾਲਾ, ਫਿਰ ਜਮਾਂ ਦੇ ਜਾਲ 'ਚ ਫਸੇ ਹੋਏ ਫਿਰ ਪਛਤਾਉਣਗੇ ਅੰਤ ਨੂੰ। ਦੋਹਰਾ, ਮਿਲੇ ਵਡਾਈ ਨਾਮ ਤੇ ਇਸ ਉੱਪਰ ਨਾ, ਔਰ ਕਹਿੰਦੇ ਨਾਮ ਤੋਂ ਵਡਿਆਈ ਮਿਲਦੀ, ਇਸ ਤੋਂ ਉੱਪਰ ਹੋਰ ਕੋਈ ਵੀ ਕਰਮ ਨਹੀਂ ਹੈ। ਮੇਲੇ ਅਲਾਮੇ ਤਾਹੇ ਕੋ ਗੁਰਤਾ ਜਾਂਚੇ ਹੋਰ, ਕਹਿੰਦੇ ਉਹਨਾਂ ਨੂੰ ਦਿਨ ਰਾਤ ਅਲਾਮੇ ਮਿਲਦੇ ਆ ਜਿਹੜੇ ਆਪਣੇ ਗੁਰੂ ਨੂੰ ਤਿਆਗ ਕੇ ਹੋਰ ਕੋਲੋਂ ਮੰਗਦੇ ਆ। ਅੱਜ ਵਿਸ਼ਵਾਸ ਨਹੀਂ ਅੰਮ੍ਰਿਤ ਛਕ ਲੈਂਦੇ ਆ, ਫਿਰ ਜਾ ਕੇ ਹੋਰ ਥਾਂ ਭਟਕਦੇ ਫਿਰਦੇ ਆ। ਮਹਾਰਾਜ ਯਕੀਨ ਨਹੀਂ ਰਹਿ ਗਿਆ ਲੋਕਾਂ ਨੂੰ, ਇਸ ਵਾਸਤੇ ਫਿਰ ਹੋਰ ਤੋਂ ਮੰਗਦੇ।
ਹੁਣ ਇੰਨੀ ਛੇਤੀ ਤੁਹਾਨੂੰ ਆਕਾਸ਼ ਨੂੰ ਪੌੜੀ ਕਿਹੜਾ ਲਾ ਦੂਗਾ? ਇਹ ਤਾਂ ਕਮਾਈ ਕਰਾਂਗੇ, ਜਨਮਾਂ ਦੇ ਸੌਦੇ ਆ, ਸਮੇਂ ਦੇ ਨਾਲ ਗੱਲ ਬਣਦੀ। ਹਾਂਜੀ ਚੌਪੇ ਜਬ ਸਤਿਗੁਰ ਅਸ ਬਚਨ ਉਚਾਰੇ, ਜਦੋਂ ਸਤਿਗੁਰੂ ਨੇ ਅਸੀਂ ਬਚਨ ਉਚਾਰੇ, ਦੰਬੀ ਲਾਈਤ ਸਭਾ ਮਜਾਰੇ। ਉਹ ਜਿਹੜੇ ਪਖੰਡੀ ਸੀ ਉਹ ਸਭਾ 'ਚ ਬੈਠੇ ਬੜੇ ਸ਼ਰਮਿੰਦੇ ਹੋਏ। ਪੰਡਿਤ ਪ੍ਰਸ਼ਨ ਕਰਿਆ ਕਿ ਬਾਣੀ ਜਿਹੜੇ ਉਹ ਹਾਂਜੀ ਪੜ੍ਹੇ ਲਿਖੇ ਪੰਡਿਤ ਸੀ, ਉਹਨੇ ਪ੍ਰਸ਼ਨ ਕੀਤਾ ਅਤੇ ਕਿਹਾ ਕਿ ਉਪਾਸਨਾ ਤੁਮਨ ਠਾਣੀ? ਕਹਿੰਦੇ ਤੁਸੀਂ ਆਪਣੇ ਮਨ 'ਚ ਕਿਹਦੀ ਉਪਾਸਨਾ ਠਾਣੀ ਧਾਰੀ ਹੈ? ਨਿਰਗੁਣ ਕਹਿ ਸਰਗੁਣ ਕੀ ਸੇਵਾ? ਕੀ ਨਿਰਗੁਣ ਦੀ ਜਾਂ ਸਰਗੁਣ ਦੀ ਸੇਵਾ ਕਰਦੇ ਹੋ? ਕੀ ਕਰੋ ਕਹੋ ਨਿਜ ਪਿਓ, ਕਿਹਦੀ ਪੂਜਾ ਕਰਦੇ ਹਾਂ, ਇਹ ਸਾਰਾ ਭੇਦ ਦੱਸੋ। ਸੁਣ ਸ਼੍ਰੀ ਨਾਨਕ ਬਿਆਨਾ ਚਾਰੇ, ਹੁਣ ਕਿ ਸ਼੍ਰੀ ਗੁਰੂ ਜੀ ਨੇ ਬਚਨ ਕਹੇ, ਪ੍ਰਥਮ ਗ੍ਰਹਿ ਦੁਆ ਨਹੀਂ ਵਿਚਾਰੇ। ਕਹਿੰਦੇ ਅਸੀਂ ਤਾਂ ਇਹਨਾਂ ਨੂੰ ਵੱਖ ਵੱਖ ਨਹੀਂ ਵਿਚਾਰਿਆ ਹੈ, ਪ੍ਰਥਮ ਗ੍ਰਹਿ ਨੇ ਜੁਦਾ ਜੁਦਾ ਨਹੀਂ ਵਿਚਾਰਿਆ ਦੋਹਾਂ ਨੂੰ। ਭੇਦ ਹੋਏ ਤੋ ਪ੍ਰਥਕ ਸੇਵਾ, ਜੇ ਕੋਈ ਮਨ 'ਚ ਭੇਦ ਹੋਇਆ ਤਾਂ ਵੱਖਰੀ ਪੂਜਾ ਕਰੀਏ। ਨਿਰਗੁਣ ਸਰਗੁਣ ਲਘੋ ਪੇਵਾ, ਨਿਰਗੁਣ ਅਤੇ ਸਰਗੁਣ ਅਪੇਵਾ ਭੇਦ ਰੂਪ ਆ, ਇਹਨਾਂ 'ਚ ਕੋਈ ਅੰਤਰ ਫਰਕ ਨਾ ਜਾਣੋ। ਜੋ ਦੋਨੋਂ ਮੈਂ ਭੇਦ ਪਛਾਣੇ, ਜਿਹੜਾ ਦੋਹਾਂ 'ਚ ਭੇਦ ਪਛਾਣਦਾ, ਸੋ ਮਾਨਵ ਜਾਣੋ ਅਣਜਾਣੇ, ਉਸ ਪੁਰਸ਼ ਨੂੰ ਅਣਜਾਣ ਜਾਣ ਲਓ। ਦੋਹਰਾ ਨਿਰਗੁਣ ਹੈ ਸਭ ਦੇਹ ਮੈਂ ਦ੍ਰਿਸ਼ਟਾਵਤ ਹੈ ਸੋਏ, ਜਿਹੜਾ ਨਿਰਗੁਣ ਸਾਰੇ ਸਰੀਰਾਂ 'ਚ ਹਾਂਜੀ ਪ੍ਰਵੇਸ਼ ਕਰਕੇ ਦਿਖਾਈ ਦੇ ਰਿਹਾ ਹੈ, ਉਹ ਦਿਖਾਈ ਦੇ ਰਿਹਾ। ਬ੍ਰਿਜ ਮੈਂ ਕਰਾਂ ਕਲੋਲ ਪੁਨ ਤਨ ਧਾਰ ਸਰਗੁਣ ਸੋਏ, ਜਿਹੜਾ ਸਰੀਰ ਬ੍ਰਿਜ ਵਿੱਚ ਆ ਕੇ ਖੇਲਾਂ ਕਰਦਾ ਰਿਹਾ ਉਹ ਸਰਗੁਣ ਰੂਪ ਹੋ ਜਾਂਦਾ ਹੈ। ਹੁਣ ਆਤਮਾ ਨਿਰਗੁਣ ਰੂਪ ਕਰਕੇ ਰਹਿ ਰਹੀ ਹੈ। ਚੌਪੇ ਸ਼੍ਰੀ ਕ੍ਰਿਸ਼ਨ ਪੇ ਹੈ ਅਵਤਾਰਾਂ, ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਦੇਖੋ ਉਹਨਾਂ ਨੇ ਅਵਤਾਰ ਧਾਰਿਆ ਇੱਥੇ ਆ ਕੇ, ਜਿਨਵਨੀ ਕੋ ਭਾਰ ਨਵਾਰਾ, ਜਿਹਨੇ ਧਰਤੀ ਦਾ ਭਾਰ ਨਵਾਰਾ ਦੂਰ ਕੀਤਾ, ਤੇ ਕੇ ਚਰਤਰੇ ਦਾ ਤੁਮ ਧਾਰੋ, ਉਹਨਾਂ ਦੇ ਜਿਹੜੇ ਕੌਤਕ ਮਨ 'ਚ ਧਾਰੀਏ, ਸ਼ੁੱਧ ਆਤਮੇ ਕਪਟ ਵਿਸਾਰੋ, ਆਤਮਾ ਸ਼ੁੱਧ ਕਰਕੇ ਕਪਟ ਪਖੰਡ ਛੱਡ ਦਿਓ। ਭਵ ਬੰਧਨ ਮੈਂ ਦਿੜ ਜੇ ਬੰਧੇ, ਜਿਹੜੇ ਸੰਸਾਰ ਦੇ ਬੰਧਨਾਂ ਵਿੱਚ ਪੱਕੀ ਤੌਰ 'ਤੇ ਬੱਝੇ ਆ, ਛੋਟਾ ਤਿੰਨ ਅਤੇ ਹਰਿਆ ਅਰਾਧੇ, ਨਿਰੰਕਾਰ ਦੀ ਅਰਾਧਨਾ ਕਰਦੇ ਛੁਟਕਾਰਾ ਹੋ ਜਾਂਦਾ ਹੈ। ਕਲਮਲ ਕਰੋਂ ਅੰਤ ਦੁਖਦਾਈ, ਪਾਪ ਕਰਨ ਅੰਤ ਸਮਾਂ ਦੁੱਖ ਵਾਲਾ ਹੋ ਜਾਂਦਾ ਹੈ। ਜਪੋ ਨਾਮ ਸਭ ਹੋਏ ਸਹਾਈ, ਨਾਮ ਜਪੋਂਗੇ ਨਿਰੰਕਾਰ ਫਿਰ ਸਹਾਇਤਾ ਕਰਦਾ ਹੈ। ਕਲ ਮੈਂ ਹਰ ਕੀਰਤ ਪ੍ਰਧਾਨਾ, ਕਲ ਵਿੱਚ ਨਿਰੰਕਾਰ ਦਾ ਜਿਹੜਾ ਜਸ ਕਰਨਾ ਇਹ ਪ੍ਰਧਾਨ ਆ। ਅਪਰ ਨਾ ਜਾਣੋ ਇਸੇ ਸਮਾਨਾ, ਇਹਦੇ ਸਮਾਨ ਹੋਰ ਕਿਸੇ ਚੀਜ਼ ਨੂੰ ਨਾ ਜਾਣੋ। ਭਗਤ ਕਰੋ ਸਭ ਹੀ ਸੁੱਖ ਪਾਵੋ, ਜੇ ਭਗਤੀ ਕਰੋਗੇ ਤਾਂ ਸਾਰੇ ਸੁੱਖ ਪਾਓਗੇ, ਕਸ਼ਟ ਹੋਏ ਜੇ ਦਮ ਕਮਾਵੋ, ਜੇ ਪਖੰਡ ਕਰੋਗੇ ਬਹੁਤ ਕਸ਼ਟ ਦੁੱਖ ਭੋਗੋਗੇ। ਦੋਹਰਾ ਦਇਆ ਸਦਨ ਕੇ ਬਦਨ ਤੇ ਬਚਨ ਸੁਣੇਗਾ ਦੈਨ, ਦਇਆ ਦੇ ਸਦਨ ਜਿਹੜੇ ਘਰ ਸਤਿਗੁਰੂ ਜੀ ਸੀ ਉਹਨਾਂ ਦੇ ਬਦਨ ਮੁਖਾਰਵਿੰਦ ਤੋਂ, ਜਦੋਂ ਕਲਿਆਣਕਾਰੀ ਬਚਨ ਸੁਣੇ ਗਤ ਦੈਨ ਕਲਿਆਣ ਵਾਲੇ, ਹਿਰਦੇ ਸ਼ੁੱਧ ਬੰਧਨ ਕਰਤ ਸਿੱਖ ਭੈ ਮਨ ਚੈਨ, ਫਿਰ ਹਿਰਦੇ ਨੂੰ ਹੈ ਸ਼ੁੱਧ ਪਵਿੱਤਰ ਕਰਕੇ ਨਮਸਕਾਰ ਕੀਤੀ, ਮਹਾਰਾਜ ਸਿੱਖ ਹੋ ਕੇ ਮਨ 'ਚ ਬੜਾ ਚੈਨ ਸੁੱਖ ਪਾਇਆ। ਚੌਵੇ ਜਿਤੇ ਹਤੇ ਯਾਤਰੀ ਤੇ ਥਾਈਂ, ਜਿੰਨੇ ਉਸ ਜਗ੍ਹਾ ਯਾਤਰੀ ਆਏ ਹੋਏ ਸੀ, ਸੁਣ ਸਤਿਗੁਰ ਟਿਕਿਆ ਵਧਾਈ, ਉਹ ਗੁਰੂ ਮਾਰ ਕੋ ਭੱਜ ਭੱਜ ਕੇ ਆਏ ਹਨ, ਬੰਧਨ ਕਰਿਆ ਪਾਣ ਧਰਕੇ ਆਪਾਂ ਨੇ ਪੇਟਾਂ ਧਰਕੇ ਨਮਸਕਾਰਾਂ ਕਰਦੇ ਹਨ, ਬਿਨੇ ਪਨੇ ਮਹਾਂਪੁਰਖ ਵਿਚਾਰ ਕੇ ਮਹਾਂਪੁਰਖ ਜਾਣ ਕੇ ਬੇਨਤੀਆਂ ਕਰਦੇ ਹਨ। ਸ਼੍ਰੀ ਗੁਰ ਸਭ ਨੂੰ ਕੋ ਉਪਦੇਸ਼ਾਂ ਦੇ ਉਪਦੇਸ਼ਾਂ, ਸ਼੍ਰੀ ਗੁਰ ਸਭ ਹਿਨ ਦੇ ਉਪਦੇਸ਼ਾਂ, ਸਤਿਗੁਰੂ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ। ਸਤਿਨਾਮ ਸਿਮਰੋ ਜਗਤੇਸ਼ਾ, ਸਤਿਨਾਮ ਜਗਦਾ ਈਸ਼ਰ, ਉਹਦੇ ਨਾਮ ਦਾ ਸਿਮਰਨ ਕਰੀਏ, ਭਾਵ ਭਗਤ ਕਰੀਏ ਛਲ ਖੋਏ, ਪ੍ਰੇਮਾ ਭਗਤੀ ਕਰੀਏ ਛਲ ਪਖੰਡ ਨੂੰ, ਧੋਖੇ ਨੂੰ ਬਲ ਛਲ ਨੂੰ ਛੱਡ ਕਰਕੇ ਹੋਏ ਨਾਸ ਕਰਕੇ, ਅਸ ਜੇ ਕਰੋ ਤੁਮਰੀ ਗਤ ਹੋਏ, ਜੇ ਤੁਸੀਂ ਹਾਂਜੀ ਮਨ ਨੂੰ ਐਨ ਸਾਫ਼ ਕਰਕੇ ਕਰੋਗੇ ਤੁਹਾਡੀ ਗਤੀ ਕਲਿਆਣ ਹੋ ਜਾਏਗੀ। ਦੇਵਸਤੀਨ ਤੈਂ ਰੱਖਿਓ ਡੇਰਾ, ਤਿੰਨ ਦਿਨ ਪਾਤਸ਼ਾਹ ਨੇ ਇੱਥੇ ਡੇਰਾ ਰੱਖਿਆ, ਕਰਕੇ ਮਰਦਨ ਦੰਭ ਕਨੇਰਾ, ਜਿਹੜਾ ਵੱਡਾ ਪਖੰਡ ਸੀ ਉਹਨੂੰ ਨਾਸ ਕਰਕੇ ਮਰਦਨ ਮਲ ਕੇ, ਅੱਗੇ ਗਮਨ ਕਿਹਨੂੰ ਕੁਨ ਖਾਣੇ, ਅੱਗੇ ਗੁਣਾਂ ਦੀ ਖਾਣ ਨੇ ਜਾਣਾ ਕੀਤਾ, ਚਾਹੇ ਅਨੇਕ ਉਧਾਰੇ ਪ੍ਰਾਣੀ, ਜਿਨ੍ਹਾਂ ਨੇ ਅਨੇਕਾਂ ਪ੍ਰਾਣੀਆਂ ਦਾ ਉਧਾਰ ਕਲਿਆਣ ਕੀਤੀ। ਦੋਹਰਾ ਕਰ ਤੋਂ ਵਜਨ ਉਲਾਸ ਕੋ ਦੁੱਖ ਨਾਸ਼ ਸੁੱਖ ਦਾਏ, ਦੁੱਖਾਂ ਦਾ ਨਾਸ ਕਰਨੇ ਹਜ਼ੂਰ ਪਾਤਸ਼ਾਹ, ਸੁੱਖਾਂ ਦਾ ਅਤੇ ਬਚਨ ਉਲਾਸ ਕਰਦੇ ਕਰਦੇ ਨਗਰ ਅਯੁੱਧਿਆ ਜੈ ਹੋ ਤੋ ਛਿਣਵੇਂ ਪਹੁੰਚੇ ਆਏ। ਜਿੱਥੇ ਅਯੁੱਧਿਆ ਨਗਰੀ ਸੀ ਨਾ ਰਾਮ ਚੰਦਰ ਦਾ ਜਨਮ ਹੋਇਆ, ਉੱਥੇ ਫਿਰ ਛਿਣਵੇਂ ਜਾ ਕੇ ਪਹੁੰਚ ਗਏ। ਚੌਪੇ ਸਰਤਾ ਪਰ ਬੈਠੇ ਗੁਰ ਪੂਰਨ, ਪੂਰੇ ਗੁਰੂ ਨਦੀ ਦੇ ਕਿਨਾਰੇ ਜਾ ਕੇ ਬਹਿ ਗਏ। ਜਗ ਮੈਂ ਦੰਭ ਕੀਨ ਜਨ ਚੂਰਨ,
ਜਿਨ੍ਹਾਂ ਨੇ ਸੰਸਾਰ ਦੇ ਪਖੰਡਾਂ ਦਾ ਚੂਰਨ ਮਲੀਆ ਮੇਟ ਕਰ ਦਿੱਤਾ। ਸੁਣ ਸ਼੍ਰੀ ਨਾਨਕ ਨਾਮ ਕਿਰਪਾਲਾ, ਸੁਣ ਕੇ ਕਿਰਪਾਲੂ ਸ਼੍ਰੀ ਗੁਰੂ ਜੀ ਦਾ ਨਾਂ, ਪੁਰਤੇ ਨਾਰਿਆਏ ਤਤਕਾਲਾ, ਨਗਰ ਤੋਂ ਬਹੁਤ ਪੁਰਸ਼ ਆ ਗਏ, ਉੱਤੇ ਜਹਾਂ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ਕ ਬੈਠੇ ਸੀ, ਬੈਠੇ ਪੰਡਤਾਂ ਨੂੰ ਸਮੀਪਾ, ਉੱਥੇ ਆ ਕੇ ਪੰਡਿਤ ਲੋਕ ਬੁੱਧੀਜੀਵੀ ਨੇੜੇ ਬੈਠ ਗਏ, ਬੰਦਨ ਕਰੇ ਪਾਵਰ ਧਰ ਕੇ, ਬੜਾ ਪ੍ਰੇਮ ਧਰ ਕੇ ਨਮਸਕਾਰਾਂ ਕਰ ਰਹੇ ਹਨ। ਹਰ ਕੈ ਸੁੰਦਰ ਰੂਪ ਨਿਹਰ ਕੈ, ਮਹਾਰਾਜ ਦੇ ਸੁੰਦਰ ਸਰੂਪ ਨੂੰ ਨਿਹਰ ਕੈ ਦੇਖ ਕੇ ਦਰਸ਼ਨ ਕਰਕੇ ਬੜੇ ਖੁਸ਼ ਹੋ ਰਹੇ ਹਨ। ਭਾਈ ਸਮੀਪ ਭੂਰ ਜਾ ਭੀਰਾ, ਜਦੋਂ ਮਾਰੇ ਨੇੜੇ ਬਹੁਤ ਭੀੜਾ ਹੋ ਗਈ, ਬੋਲੇ ਸਭ ਸੋ ਗੁਣੀ ਕੀ ਹੀਰਾ, ਗੁਣਾਂ ਦੇ ਸਾਗਰ। ਫਿਰ ਸਾਰਿਆਂ ਨਾਲ ਬੋਲੇ ਰਾਮ ਗਏ ਲੈ ਕਰ ਸੰਗ ਨਗਰੀ, ਕਿ ਰਾਮਚੰਦ ਸਾਰੀ ਨਗਰੀ ਨਾਲ ਲੈ ਕੇ ਗਏ ਹਨ। ਨੀਚਵਰ ਨਰ ਨਾਰੀ ਸਗਰੀ, ਊਚ ਨੀਚ ਸਾਰੇ ਇਸਤਰੀਆਂ ਪੁਰਸ਼ਾਂ ਨੂੰ ਦੋਹਰਾ, ਇਹ ਆਈ ਕਿਸ ਤੇ ਅਵੈ ਦੀਸ ਤੂ ਚੇਤਾਮ, ਪਰ ਜਿਹੜੇ ਹੁਣ ਉੱਚੇ ਘਰ ਨਜ਼ਰ ਆਏ ਕਿੱਥੋਂ ਆਏ ਹੈ, ਜੇ ਕਹਿੰਦੇ ਚਲ ਗਿਆ ਤਾਂ ਫੇਰ ਘਰ ਕਿਵੇਂ ਰਹਿ ਗਿਆ। ਸੁਣ ਪੰਡਿਤ ਸਾਹਿਬ ਕਹਿ ਦੇਵੇ ਜੀ ਗਏ ਲਏ ਸੰਗਰਾਮ, ਸੁਣ ਕੇ ਪੰਡਿਤ ਕਹਿਣ ਲੱਗੇ ਘਰਾਂ ਨੂੰ ਨਾ ਲਗਾਏ, ਜੀਆਂ ਨੂੰ ਨਾਲ ਲਗਾਏ ਸੀ। ਚੌਪੇ ਮੰਦਰ ਸਾਹਿਬ ਧਰਨੀ ਪਰ ਰਹੇ, ਜਿਹੜੇ ਮੰਦਰ ਮਕਾਨ ਸੀ ਉਹ ਤਾਂ ਧਰਤੀ ਦੇ ਰਹੇ, ਗਏ ਪੁਣ ਜੀਵ ਜੇ ਰਹੇ, ਜਿਹੜੇ ਜੀਵ ਸੀ ਉਹ ਬਕੁੰਠ ਗਏ। ਸ਼੍ਰੀ ਨਾਨਕ ਪੁਣ ਬਹਿਣੇ ਚਾਰੇ, ਸ਼੍ਰੀ ਗੁਰੂ ਜੀ ਨੇ ਫਿਰ ਬਚਨ ਗਏ ਗਏ ਪੁਣ ਤੋਂ ਦਰਥ ਨਿਹਾਰੇ, ਕਹਿੰਦੇ ਰਾਮ ਜੀ ਨੇ ਦਰਸ਼ਨ ਕੀਤੇ ਸੀ, ਹਾਂਜੀ ਗਏ ਬਕੁੰਠ, ਕਿਉਂ ਉਹਨਾਂ ਰਾਮ ਜੀ ਨੇ ਦਰਸ਼ਨ ਕੀਤੇ ਅਤੇ ਸਿਮਰਨ ਕੀਤਾ। ਅਬ ਤੁਮ ਤੇ ਹੋ ਸਿਮਰੋ ਨਮੂ, ਤੁਸੀਂ ਉਹਨਾਂ ਦੇ ਨਾਮ ਦਾ ਸਿਮਰਨ ਕਰੋ, ਉਹ ਹੋਏ ਤੁਮਾਰੋ ਬਕੁੰਠ, ਤੁਹਾਨੂੰ ਤੁਹਾਡਾ ਬਕੁੰਠ ਘਰ ਹੋ ਜਾਏਗਾ। ਗੁਰ ਸੋ ਮਿਲ ਭਗਤੀ ਔਰ ਤਾਰੋ, ਗੁਰੂ ਨਾਲ ਮਿਲ ਕੇ ਪਰਮੇਸ਼ਰ ਭਗਤੀ ਮਨ 'ਚ ਤਾਰੋ, ਧਿਆਨ ਕਰੋ ਬੰਧਨ ਛੁਟਕਾਰੋ, ਧਿਆਨ ਕਰੋਗੇ ਬੰਧਨਾਂ ਤੋਂ ਛੁਟਕਾਰਾ ਹੋ ਜਾਏਗਾ। ਸਤਿਗੁਰ ਦਰ ਸਫਲ ਸੁਖਦਾਈ, ਸਤਿਗੁਰ ਦਰ ਸਫਲ ਸੁਖ ਦੇਣ ਵਾਲੇ ਹਨ। ਜਪੋ ਨਾਮ ਹੈ ਅੰਤ ਸਹਾਈ, ਨਾਮ ਜਪੋਗੇ ਜਿਹੜਾ ਅੰਤ ਵੇਲੇ ਸਹਾਇਕ ਹੋਏਗਾ। ਗੁਰਮੁਖ ਬਹੁਤਾ ਜੋ ਵਕਾਰਾਂ, ਗੁਰਮੁਖ ਬਣੋ ਸਾਰੇ ਐਬ ਤਿਆਗੋ, ਆਪ ਤਰੋ ਕਰ ਪਿੱਤਰ ਆਧਾਰਾ, ਆਪਣਾ ਵੀ ਪਿੱਤਰਾਂ ਦਾ ਵੀ ਆਧਾਰ ਕਰੋ। ਦੋਹਰਾ ਸੁਣ ਪੰਡਿਤ ਪੂਜਨ ਕੀਓ ਗੁਰੂ ਕਿਸ ਪ੍ਰਕਾਰ, ਪੰਡਿਤ ਸੁਣ ਕਹਿਣ ਲੱਗੇ ਸੁਣ ਕੇ ਗੁਰੂ ਕਿੰਨੇ ਤਰ੍ਹਾਂ ਦੇ ਹੁੰਦੇ ਹਨ। ਉੱਤਰ ਦੇਣੇ ਹੇ ਤਾਂ ਬੋਲੇ ਗੁਰੂ ਉਧਾਰ, ਉੱਤਰ ਦੇਣ ਵਾਸਤੇ ਉਧਾਰ ਸ੍ਰੇਸ਼ਟ ਗੁਰੂ ਜੀ ਬੋਲੇ। ਚੌਪੇ ਇੱਕ ਪੰਡਿਤ ਗੁਰੂ, ਇੱਕ ਵਧੂਤਾ, ਇੱਕ ਤਾਂ ਪੰਡਿਤ ਗੁਰੂ ਆ, ਅੱਜ ਦਾ ਤਾਂ ਮੈਂ ਖਰੀਦ ਲਾਂ ਨਾ ਖਰੀਦ ਲਾ, ਜ਼ਮੀਨ ਸੁੱਤੀ ਅੱਜ ਨਹੀਂ ਰੱਖਣੀ ਕਿ ਨਹੀਂ ਰੱਖਣੀ, ਹਾਂਜੀ ਅੱਜ ਰਾਹੂ ਕੇਤੂ ਆ ਉਹ ਤਾਂ ਇੰਨਾ ਕੇ ਦੱਸਦਾ ਨਾ। ਇੱਕ ਵਧੂਤਾ, ਇੱਕ ਵਧੂਤ ਬੜੀ ਤਪੱਸਿਆ ਕਰਨ ਵਾਲੇ ਆ ਮਹਾਂਪੁਰਖ, ਇੱਕ ਜੇ ਮਤ ਪੂਤਾ, ਤੀਜੇ ਗੁਰੂ ਉਹ ਆ ਜਿਹੜੇ ਮਹਾਂਪੁਰਖ ਆ ਜਿਨ੍ਹਾਂ ਦੀ ਬੁੱਧੀ ਬੜੀ ਪੂਤਾ ਮੈਨੀ ਪਵਿੱਤਰ ਹੈ। ਲੱਖਣ ਸੁਣੋ ਭਿੰਨ 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 ਮਨ ਮਾਨੋ, ਉਹਨਾਂ ਦੇ ਲੱਖਣ ਸੁਣੀਏ ਮਨ 'ਚ ਭਿੰਨ ਜੁਦਾ ਕਰਕੇ ਮੰਨੋ। ਜੇ ਪੰਡਿਤ ਤੈਨੂੰ ਕਹੋ ਇਉਂ ਜਾਣੋ, ਜਿਹੜੇ ਪੰਡਿਤ ਨੂੰ ਇਸ ਤਰ੍ਹਾਂ ਜਾਣੀਏ ਅੰਨ ਤਾਰੂ ਜਿਉਂ ਬਚਨਾ ਲਾਏ, ਅੰਨ ਤਾਰੂ ਜਿਹੜਾ ਤਰਨਾ ਤਾਂ ਜਾਣਦਾ ਨਹੀਂ ਬਚਨ ਕਹਿੰਦਾ ਹੈ, ਨਦੀ ਪਾਰ ਤੱਟ ਹੋਤ ਲਿਖਾਏ, ਕਹਿੰਦੇ ਨਦੀ ਤੋਂ ਪਰਲੇ ਪਾਸੇ ਉਹ ਕਿਨਾਰੇ ਜਾ ਸਕਦਾ ਹਾਂ, ਤਰੋ ਤਾਂ ਹੀ ਹੋਵੋ ਹੋਵੇਗੇ ਪਾਰੂ, ਜੇ ਕਹਿੰਦੇ ਨਦੀ ਦਾਖਲ ਉਤਰੋਗੇ ਪਾਰ ਹੋ ਜਾਓਗੇ। ਤਰਨ ਜਾਣੇ ਕਰਿਆ ਚਾਰੂ, ਕਹੀ ਜਾਂਦਾ ਤਰਨਾ ਜਾਣਦਾ ਨਹੀਂ, ਹੈਂ ਅਤੇ ਜਿਹੜਾ ਤਰਨਾ ਨਹੀਂ ਜਾਣਦਾ ਉਹ ਪਾਰ ਕਿਵੇਂ ਹੋਊਗਾ। ਆਪ ਨਾ ਕਰੇ ਦੇ ਉਪਦੇਸ਼, ਆਪ ਤਾਂ ਕਰਨਾ ਨੇ, ਆਪ ਤਾਂ ਤਰਨਾ ਸਿੱਖਿਆ ਨਹੀਂ, ਦੂਏ ਨੂੰ ਉਪਦੇਸ਼ ਦਿੰਦਾ ਵੀ ਤਰ ਕੇ ਪਾਰ ਹੋ ਜਾ। ਪੰਡਿਤ ਗੁਰ ਜਾਣੋ ਤੁਮ ਐਸਾ, ਜਿਹੜਾ ਪੰਡਿਤ ਬੁੱਧੀਜੀਵੀ ਉਹ ਤੋਂ ਗੁਰੂ ਇਸ ਤਰ੍ਹਾਂ ਦਾ ਜਾਣ ਲਓ। ਵੇਦ ਪੁਰਾਣ ਕਰੇ ਬਖਿਆਨਾ, ਵੇਦਾਂ ਪੁਰਾਣਾਂ ਦੇ ਬੜੇ ਪ੍ਰਸੰਗ ਸੁਣਾਉਂਦਾ ਹੈ। ਲੋਭ ਮੈਂ ਬੈਸ ਪਿਆਨਾ, ਲੋਭ ਮੋਚ ਉਮਰ ਸਾਰੀ ਬੀਤ ਰਹੀ ਹੈ। ਦੋਹਰਾ ਪੁੰਨ ਮਿਲਣ ਕੋ ਜਾਣੀ ਹੈ ਹੋਤ ਨਿਰਦੇ ਗਿਆਨ, ਫਿਰ ਉਹ ਜਿਹੜਾ ਵਿਦਵਾਨ ਪੰਡਿਤ ਉਹਨੂੰ ਮਿਲਣ ਕਰਕੇ ਪੁੰਨ ਤਾਂ ਪ੍ਰਾਪਤ ਹੁੰਦਾ, ਚੰਗੀ ਸਿੱਖਿਆ ਮਿਲਦੀ ਹੈ ਅਤੇ ਗਿਆਨ ਮੁਕਤੀ ਨਹੀਂ। ਪੁੰਨ ਜੋ ਹੈ ਵਧੂਤ ਹੋਰ ਵਿਦਿਆ ਅਤੇ ਅਣਜਾਣ, ਫਿਰ ਦੂਜਾ ਵਧੂਤ ਆ ਉਹ ਅਨਪੜ੍ਹ ਗੁਰੂ ਆ, ਤਪੱਸੀ ਦਾ ਬਹੁਤ ਹੈ ਪਰ ਵਿੱਦਿਆ ਨਹੀਂ ਪੜ੍ਹੀ। ਚੌਪੇ ਮਿਲਾ ਸੰਤ ਕੋ ਯੋਗ ਹੈ ਪਾਇਓ, ਸੰਤ ਉਹਨੂੰ ਮਿਲ ਕੇ ਹੁਣ ਯੋਗ ਨੂੰ ਪਾ ਲਿਆ, ਪਾਇਓ ਗਿਆਨ ਔਰ ਮੋਹ ਮਿਟਾਇਓ, ਹਿਰ ਦਾ ਮੋਹ ਮਿਟਾ ਕੇ ਗਿਆਨੀ ਬਣ ਗਿਆ। ਆਪ ਤਰੇ ਭਵ ਸਾਗਰ ਸੋਏ, ਉਹ ਆਪ ਤਾਂ ਸੰਸਾਰ ਸਾਗਰ ਤਰ ਜਾਂਦਾ ਹੈ, ਔਰ ਉਧਾਰਨਾ ਤੇ ਦੂਜੇ ਨੂੰ ਉਹਦਾ ਆਧਾਰ ਨਹੀਂ ਹੁੰਦਾ, ਕਿਉਂਕਿ ਕਿਸੇ ਨੂੰ ਸਿਕਸ਼ਾ ਸਮੱਤ ਨਹੀਂ ਦੇ ਸਕਦਾ। ਜਿਉਂ ਜਲ ਵਿਖੇ ਲਸ਼ਟਕਾ ਜਾਈ, ਜਿਵੇਂ ਪਾਣੀ 'ਚ ਲਾਠੀ ਤਰਦੀ ਜਾਂਦੀ ਹੈ, ਆਪ ਤਾਂ ਤਰਦੀ ਹੈ, ਆਪ ਤਰੇ ਨੇ ਔਰ ਤਰਾਈ, ਉਦੋਂ ਇਹਨੂੰ ਤਰਨ ਸਹਾਇਤਾ ਨਹੀਂ ਕਰ ਸਕਦੀ। ਪੁੰਨ ਜੇ ਮਹਾਂਪੁਰਖ ਗੁਰੂ ਜਾਣੋ, ਪੁੰਨਾ ਜਿਹੜਾ ਮਹਾਂਪੁਰਖ ਗੁਰੂ ਆ, ਸਭ ਵਿਦਿਆ ਮੈਨੂੰ ਪੁੰਨ ਪਛਾਣੋ, ਉਹ ਸਾਰੀਆਂ ਵਿਦਿਆ ਵਿੱਚ ਨਿਪੁੰਨ, ਯੋਗ ਜਾਣੋ ਤੈਨੂੰ ਕੋ ਮਿਲਿਆ ਮਨ ਜੇ ਜਾਏ,
ਉਹਨੂੰ ਜਿਹੜੇ ਪੁਣ ਜਾ ਕੇ ਮਿਲਦੇ ਹਨ ਹੈ ਦਰ ਸਹਿਜਗਤ ਪਾਈ, ਉਹਨਾਂ ਦਾ ਸੁਤੇ ਸਿਧ ਕਲਿਆਣ ਹੋ ਜਾਂਦਾ, ਗਤੀ ਪ੍ਰਾਪਤ ਕਰ ਲੈਂਦੇ ਹਨ। ਜੇ ਉਪਦੇਸ਼ਾਂ ਦੇਖ ਗਿਆਨ ਤਾਂ ਫਿਰ ਜਿਹਨੂੰ ਉਪਦੇਸ਼ ਨੇ ਉਹਨੂੰ ਗਿਆਨ ਹੋ ਜਾਂਦਾ ਹੈ। ਐਸੇ ਮਹਾਂਪੁਰਖ ਸੁੱਖ ਦਾਨਾ, ਐਸੇ ਮਹਾਂਪੁਰਖ ਸੁੱਖਾਂ ਦੇ ਦਾਨਾ ਮੈਨੇ ਦਾਤੇ ਹੁੰਦੇ ਹਨ। ਦੋਹਰਾ ਤਿਨਕੇ ਦੇਖਾ ਚਾਰ ਨਾਰ ਜੇ ਕੋ ਆਪ ਕਮਾਏ, ਜਿਹੜੇ ਉਹਨਾਂ ਦਾ ਚਰਨ ਵੇਖ ਕੇ ਆਪ ਕਮਾਈ ਕਰਦੇ ਆ, ਸਵਸਥ ਹੋ ਤਿੰਨ ਕੋ ਸਦਾ ਜੰਮ ਪੁਰਸੋ ਨਹਿ ਜਾਏ, ਉਹਨਾਂ ਦੀ ਸਵਸਥ ਮੈਨੇ ਕਲਿਆਣ ਹੋ ਜਾਂਦੀ ਹੈ, ਜੰਮ ਦੀ ਪੂਰੀ ਨਹੀਂ ਜਾਂਦੇ। ਚੌਪੇ ਨਰ ਜੇ ਪਾਰ ਲਗਾਵਨ ਹੋਏ, ਜਿਹੜਾ ਮਨੁੱਖ ਨੂੰ ਪਾਰ ਲਗਾਉਣ ਵਾਲਾ ਹੋਵੇ, ਪਾਰ ਕਰੇ ਕੇਵਟ ਸਮ ਸੋਏ, ਉਹ ਮਲਾਮਾਂ ਨੂੰ ਪਾਰ ਕਰ ਦਿੰਦਾ ਹੈ। ਕਿਸੇ ਤੁਲਾ ਦੇ ਕਿਹੇ ਸਰਨ ਆਈ, ਕਿਸੇ ਨੂੰ ਤਾਂ ਉਹ ਫੂਕ ਭਰੀ ਮਸ਼ਕ ਦੇ ਦਿੰਦਾ ਆ। ਕਿਸੇ ਨੂੰ ਸਰਨਾਈ ਕਹਿੰਦੇ ਜਿਹਦੇ ਉੱਤੇ ਉਹ ਫਿਰ ਮਨੁੱਖ ਬੈਠ ਕੇ ਚੱਪੂ ਲਾ ਕੇ ਹੈਂ ਅਤੇ ਆਪਣੇ ਚਲੇ ਜਾਂਦਾ ਹੈ। ਹਾਂਜੀ, ਉਹ ਮਲਾਮਾਂ ਨੂੰ ਪਾਰ ਕਰਦੇ, ਕਿਸੇ ਨੂੰ ਫੂਕ ਭਰੀ ਖਲ ਦੇ ਦਿੰਦੇ ਆ। ਖਲ 'ਚ ਫੂਕ ਭਰੀ ਹੋਵੇ ਨਾ ਮਸ਼ਕ ਜਿਹੀ, ਅੱਜ ਕੱਲ੍ਹ ਬੜੀ ਵੱਡੀਆਂ ਟੂਬਾਂ ਆਈਆਂ ਹੁੰਦੀਆਂ, ਉਹ 'ਤੇ ਚੜ੍ਹ ਕੇ ਪਾਰ ਚਲੇ ਜਾਂਦੇ ਆ। ਹਾਂਜੀ, ਅਤੇ ਕਿਸ ਨੂੰ ਨੌਕਾ ਦੇਤ ਚੜ੍ਹਾਏ, ਕਿਸੇ ਨੂੰ ਨੌਕਾ ਮੈਨੇ ਬੇੜੀ 'ਤੇ ਚੜ੍ਹਾ ਦਿੰਦਾ ਹੈ, ਕਿਉਂਕਿ ਜਿਹੜੇ ਉਹ ਉਹਦੇ 'ਤੇ ਬੈਠ ਜਾਂਦੇ ਖਲ 'ਤੇ, ਉਹ ਮਨੁੱਖ ਛੁੱਪੂ ਚੜਾ ਕੇ ਪਾਣੀ ਤਰਕ ਪਾਰ ਹੋ ਜਾਂਦੇ, ਕਿਸੇ ਨੂੰ ਬੇੜੀ 'ਤੇ ਚੜ੍ਹਾ ਕੇ ਪਾਰ ਕਰ ਦਿੰਦਾ ਹੈ। ਉਹ ਤੁਲਾ ਹੁੰਦਾ ਨਾ ਬਾਂਸ ਜਿਹਾ, ਉਹਨੂੰ ਚੱਪੂ ਲਾ ਕੇ ਫਿਰ ਉਹ ਪਾਰ ਲੈ ਜਾਂਦੇ ਆ। ਹਾਂਜੀ, ਅਤੇ ਇਸ ਤਰ੍ਹਾਂ ਕਿਸੇ ਨੂੰ ਬੇੜੀ ਨੌਕਾ ਮੈਨੂੰ ਬੇੜੀ 'ਤੇ ਚੜ੍ਹਾ ਕੇ ਪਾਰ ਕਰ ਦਿੰਦਾ। ਹਾਂਜੀ, ਅਤੇ ਇਸ ਤਰ੍ਹਾਂ ਫਿਰ ਉਹ ਪਾਰ ਹੋ ਜਾਂਦੇ, ਕੋਈ ਤਰਕੇ ਪਾਰ ਹੋ ਜਾਂਦਾ। ਦੇਖ ਕੇ ਦਰਸ਼ਨ ਕਲਮਲ ਜਾਈ, ਉਹਨਾਂ ਦੇ ਦਰਸ਼ਨ ਕਰਨਾ ਪਾਪ ਦੂਰ ਹੋ ਜਾਂਦੇ ਹਨ। ਮਹਾਂਪੁਰਖ ਗੁਰ ਸਭ ਸੁਖਦਾਈ, ਜਿਹੜਾ ਮਹਾਂਪੁਰਖ ਗੁਰੂ ਆ ਉਹ ਸਾਰਿਆਂ ਲਈ ਸੁਖਦਾਈ ਹੈ। ਗੁਣਖਾਨੀ ਅਤੇ ਸੋਨਾ ਸੁਬਾਣੀ, ਗੁਣਾਂ ਦੀ ਖਾਣ, ਸਤਿਗੁਰਾਂ 'ਤੇ ਐਸੀ ਬਾਣੀ ਸੁਣ ਕੇ ਪਰਮ ਪ੍ਰੇਮ ਮਤਲਬ ਟਾਨੀ, ਮਹਾਨ ਪ੍ਰੇਮ ਵਿੱਚ ਬੁੱਧੀ ਉਹਨਾਂ ਦੀ ਲਿਪਟ ਗਈ, ਲੀਨ ਹੋ ਗਈ। ਗਹਿਪਦ ਪੰਕਜ ਬਿਨੇ ਵਖਾਨੇ, ਹਜ਼ੂਰ ਦੇ ਚਰਨਾਂ ਦਾ ਉਪਦੇਸ਼ ਗ੍ਰਹਿਣ ਕਰਕੇ ਬੇਨਤੀ ਕਰਦੇ ਹਨ। ਮੁਗਦਾਨ ਕਾ ਰੂਪ ਪਛਾਣੇ, ਮੁਕਤੀ ਦਾਨ ਦੇ ਰੂਪ ਨੂੰ ਪਛਾਣ ਰਹੇ ਹਨ। ਪਾਪ ਸਾਗਰ ਮੈਂ ਹੈ ਦੁੱਖ ਭਾਰਾ, ਸੰਸਾਰ ਸਾਗਰ ਬੜੇ ਭਾਰੀ ਦੁੱਖ ਹੈ, ਜੇ ਕਰਨਾ ਕਰ ਕਰੋ ਆਧਾਰਾਂ, ਆਪ ਕਿਰਪਾ ਕਰਕੇ ਸਾਡੀ ਕਲਿਆਣ ਕਰੋ। ਦੋਹਰਾ ਸਿੱਖ ਆਪਣੋ ਕੀਜੀਏ ਸ਼ੁਭ ਉਪਦੇਸ਼ ਦਰੜਾਏ, ਸ਼ੁਭ ਉਪਦੇਸ਼ ਦੇ ਕੇ ਸਾਨੂੰ ਆਪਣੇ ਸਿੱਖ ਪਾਤਸ਼ਾਹ ਕਿਰਪਾ ਕਰਕੇ ਬਣਾ ਲੈਣਾ ਕਰੀਏ। ਤੂੰ ਜਸ ਤੂੰ ਮੇਰਾ ਸਰਵਣ ਨੂੰ ਸੁਣਿਓ ਦਰਸ ਦਿਓ ਅਭਿਆਏ, ਤੁਹਾਡਾ ਜਸ ਸਰਵਣ ਕੀਤਾ ਤੁਸੀਂ ਆ ਕੇ ਦਰਸ਼ਨ ਦਿੱਤੇ ਹਨ। ਚੌਪਈ ਤਿੰਨ ਕੀ ਦੇਖ ਦੀਨਤਾ ਦਿਆਲਾ, ਉਹਨਾਂ ਦੀ ਨਿਮਰਤਾ ਦੇਖ ਕੇ ਦਿਆਲੂ ਸਤਿਗੁਰੂ ਦੇਤ ਪੈ ਉਪਦੇਸ਼ ਰਸਾਲਾ, ਬੜਾ ਸੁੰਦਰ ਉਪਦੇਸ਼ ਦਿੱਤਾ ਜਗਤ ਜਾਨੀ ਹਿਰਦੇ ਅਨੇਤਾ, ਮਨ 'ਚ ਸਦਾ ਸੰਸਾਰ ਨੂੰ ਝੂਠਾ ਜਾਣੋ, ਸਤਿਨਾਮ ਸਿਮਰੋ ਨੇ ਚੇਤਾ, ਚੇਤ 'ਚ ਸਦਾ ਸਤਿਨਾਮ ਦਾ ਸਿਮਰਨ ਕਰੀਏ, ਮਨ ਰੋਕਣ ਕੋ ਕਰ ਅਭਿਆਸਾ, ਮਨ ਦੇ ਫੁਰਨੇ ਰੋਕਣ ਦਾ ਅਭਿਆਸ ਕਰੋ, ਹੋਇਆ ਤੁਮ ਕੋ ਪ੍ਰਾਪਤ ਸੁਖ ਰਾਸਾ, ਕਿਉਂਕਿ ਫੁਰਨੀ ਕਲੇਸ਼ ਦਿੰਦੇ ਆ ਅਤੇ ਮਹਾਨ ਸੁੱਖ ਪ੍ਰਾਪਤ ਹੋ ਜਾਏਗਾ ਆਪ ਨੂੰ। ਜਬ ਵੀ ਜਗਤ ਸਤਿ ਪਛਾਣੋ, ਜਦੋਂ ਸੰਸਾਰ ਨੂੰ ਝੂਠਾ ਜਾਣ ਲਓਗੇ, ਮਨ ਸੰਕਲਪ ਸੁਖਿਆ ਨੂੰ ਖਾਣੋ, ਇਹ ਮਨ ਦੇ ਜਿਹੜੇ ਫੁਰਨੇ ਸੌਖੇ ਨਾਸ਼ ਹੋ ਜਾਣਗੇ। ਇਸ ਪ੍ਰਕਾਰ ਕੋ ਦੇ ਉਪਦੇਸ਼ ਆ, ਇਸ ਤਰ੍ਹਾਂ ਉਪਦੇਸ਼ ਦੇ ਕੇ ਅੱਗੇ ਗਮਨ ਕੀਨ ਜਗਤੇਸ਼ਾ, ਅੱਗੇ ਜਗ ਦੇ ਮਾਲਕ ਨੇ ਜਾਣਾ ਕੀਤਾ, ਕਾਸ਼ੀ ਵਿਖੇ ਜਾਏ ਕੀ ਡੇਰਾ, ਕਾਸ਼ੀ ਜਾ ਕੇ ਡੇਰਾ ਲਾਇਆ, ਤੜ ਤੁਰ ਸੀ ਜਾਂ ਸੁੰਦਰ ਹੇਰਾ, ਗੰਗਾ ਕਿਨਾਰਾ ਜਿੱਥੇ ਚੰਗਾ ਦੇਖਿਆ, ਆਸਾ ਉਜਲ ਨੀਰ ਤਿਰੰਗਾ, ਬਹੁਤ ਕਰਕੇ ਉਜਲ ਪਵਿੱਤਰ ਪਾਣੀ ਅਤੇ ਬੜੀਆਂ ਲਹਿਰਾਂ, ਸਤਨਾਮ ਕੋ ਜਸ ਜਨ ਚੰਗਾ, ਫਿਰ ਸਤਨਾਮ ਦਾ ਜਸ ਬੜਾ ਚੰਗਾ ਲੱਗ ਰਿਹਾ ਸੀ। ਉੱਥੇ ਤਾਂ ਹਜੇ ਪੰਡਿਤ ਭਾਰੀ, ਉੱਥੇ ਜਿਹੜੇ ਬੜੇ ਬੜੇ ਭਾਰੀ ਪੰਡਿਤ ਸੀ, ਪੱਗਾਂ ਵੀ ਬੜੇ ਬੜੀਆਂ ਬੰਨ੍ਹਦੇ ਸੀ, ਅਤੇ ਲਾਂਗੜ ਵਾਲੀਆਂ ਤੋਤਾਂ ਟਿੱਕੇ ਛਿੱਕੇ ਲਾਏ ਹੋਏ, ਸੁਣ ਕਰ ਸੋਧ ਤਿੰਨ ਸ਼੍ਰੋਣ ਮਜਾਰੀ, ਉਹਨਾਂ ਨੇ ਆਪਣੇ ਕੰਨਾਂ ਨਾਲ ਗੁਰੂ ਮਹਾਰਾਜ ਬਾਰੇ ਸੁਣਿਆ, ਮਿਲ ਕਰ ਸਭੀ ਆਪ ਸਮਾਹੀ, ਸਾਰੇ ਆਪਸ ਵਿੱਚ ਮਿਲ ਕੇ ਆਪ ਨੂੰ ਵੀ ਤਿਆਰ ਰਖਾਏ, ਆ ਗਿਆ ਹੋਏ ਤਿਆਰ ਲਈ ਬੜੀ ਖੁਸ਼ੀ ਨਾਲ, ਪੂਰਨ ਸੰਤ ਸੁਣ ਤੇ ਜਾਂ ਕੋ, ਇਹਨੇ ਪੂਰਾ ਸੰਤ ਜਿਹਨਾਂ ਨੂੰ ਸੁਣਦੇ ਸੀ, ਦਰਸ਼ਨ ਕਰਿਆ ਚਲੋ ਅਬ ਤਾਂ ਕੋ, ਦਰਸ਼ਨ ਕਰੀਏ ਹੁਣ ਜਾ ਕਰਕੇ। ਨਰਵਿੰਦਨ ਸੋ ਪੰਡਿਤ ਆਏ, ਬਹੁਤ ਪੰਡਿਤ ਅਤੇ ਬਹੁਤ ਮਰਦਾਂ ਦੀ ਭੀੜ ਵੀ ਨਾਲ ਆਈ, ਸ਼੍ਰੀ ਗੁਰੂ ਅੱਗੇ ਸੀਸ ਨੂੰ ਆਏ, ਸ਼੍ਰੀ ਗੁਰੂ ਜੀ ਅੱਗੇ ਨਮਸਕਾਰ ਕੀਤੀ, ਸਿਰ ਚੁਕਾਇਆ, ਧਾਰੂਰ ਸ਼ਰਧਾ ਕੋਟੇ ਗਵੈਸੇ, ਸ਼ਰਧਾ ਧਾਰ ਕੇ ਹਿਰਦੇ ਕੋਲ ਬਹਿ ਗਏ, ਪ੍ਰਸ਼ਨ ਕੀਨ ਮਿਲ ਕੇ ਤਾਂ ਵੈਸੇ, ਸਾਰਿਆਂ ਨੂੰ ਮਿਲ ਮਿਲਾ ਕੇ ਇਸ ਤਰ੍ਹਾਂ ਪ੍ਰਸ਼ਨ ਕੀਤੇ। ਦੋਹਰਾ ਵੇਦ ਸ਼ਾਸਤ ਨਿਤ ਪ੍ਰਤ ਪੜ੍ਹਤ ਸੁਣਤ ਸਦਾ ਵਿਵਾਹ, ਪੜ੍ਹਤ ਸੁਣਤ
वेद शास्त्र नित प्रत पढ़त सुनत, वेद शास्त्र नित प्रत पढ़त सुनत सदा व्यवहार। नेता प्रति वेद शास्त्र पढ़ते हैं तो सुनने का भी व्यवहार करते हैं। अमर शांत ने आ भी मिटत नहीं अहंकार, मन शांति नहीं आती, हकार मिटता नहीं है। चौबे सुनकर बोले श्री गुरु खानी, सुन के श्री गुरु गुणा की खान फरमाया, पंडित गुणो हमारी बाणी, ये पंडितों साड़ी गल की विचार करो, गुणों मैंने विचारो, अंतर खोट निरंतर धारी, तुम अंदर खोट धारण किया हो, एक रस कैसे पाहो वेद को चर ही, फिर किमें प्राप्त करोगे वेद जी उचर ही मैंने आचरण करता है। बेहेवकार लालसा वाढ़ी थोड़े मन च, बेहेवकार की इच्छा बधी हुई, शांत बुद्धुर बार ठंडी, शांति बुद्धि ने तू हिरते चो बहर ही खड़ा किया हो, शांति तो अंदर जाती नहीं। पढ़ो सुन सब लोग दिखावा, ये पढ़ते हम लोगों को दिखावा कर रहे हैं। अस कह पुन एक शब्द अलावा, ऐसा कह के पातशाह ने एक शब्द जोड़ा सी अलावा मैंने कहा, भाव आचरण किया। पढ़ते सुनते है मन जड़े थोड़े आ, वो तो चार छेरे घूम घुमा रहे हैं, मन तो गुरु के चरणा ही थोड़ा जरा जी टेक नहीं रहा है, इस तरह की हालत है। श्री राग महला पहला, लब कुत्ता कूट जूड़ा ठाका दमर का, जड़ा पदार्थों के खाण का लब आजी कट्ठे करने का लोभ आ, ये कहते कुत्ते की न्याय है, ठाका दमर का जड़ा झूठ बोलना ये चूड़े की न्याय है, जड़ा लोगों ठाके खाना ये मुरदार खा रहे हैं। परनिंदा मल परमल मुख सुधी, परनिंदा परमल परनिंदा परमल मुख सुधी, अग्न क्रोध चंडाल पराय की निंदा करनी, ये परमल पराय की मैल बेष्टा सुधी मैंने निरोल मैल ही है। अग्न क्रोध चंडाल जड़ा क्रोध करना ये चंडाल दे समान है, हाँ जी ये अग वागू मनु साड़न वाला, क्रोध रूपी चंडाल अग वागू साड़ के सुहा करने वाला, तो जड़ा पहला गुस्से ना अपना हिरदा सड़दा फिर माड़ा चंगा बोल के दुए दिन फिर दिन साड़दा। रस के साहब सलाहना ये कर मेरे करदा, रस का रसा नु कहा खा के जड़ा आप अपनी सलौता करनी, ये मेरे करदार इन्होंने जीवों के यहोजा कर्म है। बाबा बोलिए पात हो, बाबा मैंने पाई ऐसे वचन बोलिए जिन्हें बोलन जीव की इज्जत होंगी है। उत्तम से दर उत्तम के जन निज कर्म बै रोए रहो, उत्तम से उत्तम तो उत्तम पुरश है जेड़े निरंकार के दरबार में, उत्तम कहे जाते केड़े जेड़े उत्तम कर्म करते निज कर्म, जेड़े निज कर्म करने वाले है वो हर थान बैठे रोंदे है, हैं वो रोन बच्चे बहते हर वेले रोना धोना बने रहा, एक बीमारी जो निकले होर आ गई, कोई मुकदमे जो निकले होर आ गया, कोई ना कोई झंझट पिया ही रहा रोए रहो विश्राम दे। कहते हैं रस मनो रस रूपा कामण रस परमल की वास, अंदर शांति आन ना आने का कारण की है। कहते सोने दे सोने सोने गहने बनाने का रस, ये मन जैसा प्रेम लग रहा रूपा, ये सोना ना मिलया चांदी दे गहने जां भांडे बनाने का रस, ये मोह प्यार लग रहा हाँ जी, ते कामण रस इस तरह फिर काम जड़ा देवियां दे नाल हाँ जी माड़े विहार करने हैं, ये एक चस्का लग रहा रस परमल की वास हाँ जी। इस वास्ते कहते के रस सुन रस रूपा हाँ जी, रस सुन ते रस रूपा कामन रस परमल की वास, रस मैंने चस्का रस परमल की वास, चिन्ना सुगंधियां दे लाउण दा मलण दा जिहड़ा रस, ये मन शौक जा रहा फिर घोड़ियां दे उपर जाण दा रस चा लग रहा, रस सेजा सोहणी होणी सेजा बिछाई उत्ते सौण दा रस प्यार लग रहा, रस घोड़े रस सेजा मंदर रस मीठा रस मास, सोहणे मंदर मकान बणन दा रस, चंगीआं कोठियां बणन दा रस, ये मोह लग रहा, मिठियां मिठियां चीज़ां कड़ा पूड़े बनावा खाण दा रस, रस चस्का लग रहा, मा शराबाद खाण पीण दा रस, ये मन च ऐसा प्रेम लग रहा कि तेरा शरीर के क्या घटना उन्होंने वस, इन्ने रस शरीर के वस रहे हैं, इन्न शरीर रसों के संस्कार मन च वस रहे,
ਕਹਿ ਘਾਟ ਹਾਂਜੀ ਫਿਰ ਕਹਿੰਦੇ ਕਹਿ ਘਾਟ ਸਰੀਰ ਦੇ ਕਿਹੜੇ ਹਿੱਸੇ 'ਚ ਨਾਮ ਲਾ ਕੇ ਵਾਸਾ ਕਰੇ ਇਹ ਤਾਂ ਹੋਰ ਹੀ ਰਾਖਾ ਕਸਾਨਾ ਭਰਿਆ ਪਿਆ ਜਦ ਬੋਲਿਆ ਪਤ ਪਾਈ ਜਾ ਸੋ ਬੋਲਿਆ ਪ੍ਰਵਾਨ ਜਿਹੜੇ ਬਚਨ ਬੋਲਣੇ ਜਿੱਤ ਪਾਈ ਦੀ ਹੈ ਉਹ ਬਚਨ ਬੋਲਿਆ ਕਬੂਲ ਹੁੰਦਾ ਪ੍ਰਵਾਨ ਹੁੰਦਾ ਹੈ ਫਿੱਕਾ ਬੋਲ ਬਗੋਚਣਾ ਸੁਣ ਮੂਰਖ ਮੰਨਿਆ ਜਾਣ ਫਿੱਕੇ ਬਚਨ ਬੋਲਣੇ ਨਾ ਬਗੋਚਣਾ ਖਰਾਬ ਹੋਣਾ ਪੈਂਦਾ ਇਹ ਮੂਰਖ ਮਨਾ ਅਣਜਾਣ ਪੁਰਸ਼ ਆ ਇਹ ਬਚਨ ਸਾਡਾ ਧਿਆਨ ਨਾਲ ਸੁਣ ਲੈ ਜੋ ਤੋ ਇਸ ਭਾਵ ਹੈ ਸੇ ਭਲੇ ਹੋਰ ਕੇ ਕਹਿਣਾ ਬਖਾਣ ਕਹਿੰਦੇ ਨਾ ਕਾਹਨੂੰ ਪਾਉਂਦੇ ਆ ਉਹ ਚੰਗੇ ਆ ਹੋਰ ਕਹਿੰਦੇ ਕੀ ਕਹਿ ਕੇ ਬਖਾਣ ਮੈਨੇ ਕਥਨ ਕਰਕੇ ਦੱਸੀ ਤਿੰਨ ਮਤ ਤਿੰਨ ਪਤ ਤਿੰਨ ਧਨ ਭਲੈ ਜਿਨ ਹਿਰਦੇ ਰਹਿ ਸਮਾਏ ਉਹਨਾਂ ਦੀ ਮਤ ਅਕਲ ਚੰਗੀ ਹੈ ਜਿਹੜੇ ਸੰਸਾਰ ਵਿੱਚ ਸੋਹਣੀ ਪਾਤੇ ਜਿੱਤ ਉਹਨਾਂ ਦੀ ਹੁੰਦੀ ਹੈ ਔਰ ਉਹਨਾਂ ਦੀ ਬੁੱਧੀ ਰੂਪੀ ਪੱਲੇ 'ਚ ਸ਼ੁਭ ਗੁਣਾਂ ਰੂਪੀ ਜਿਹੜਾ ਧਨ ਹੈ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਸਮਾਇਆ ਹੋਇਆ ਹੈ ਤਿੰਨ ਕਹਾ ਕਿਆ ਸਲਾਹਣਾ ਅਬਰ ਸਵਾਲਿਓ ਗਾ ਕਹਿੰਦੇ ਤਿੰਨ ਕਹਾ ਉਹਨਾਂ ਦਾ ਕਹਿੰਦੇ ਕੀ ਕਰੇ ਭਾਵ ਉਹਨਾਂ ਦਾ ਸਲਾਹਣਾ ਕਰੇ ਉਹਨਾਂ ਨੂੰ ਉਹਨਾਂ ਦੀ ਸਿਫਤ ਸ਼ਲਾਘਾ ਕਰੇ ਅਬਰ ਹੋਰ ਜਿਹੜੇ ਮਨਮੁੱਖ ਆ ਉਹਨਾਂ ਦੀ ਸਵਾਲਿਓ ਸ਼ਲਾਘਾ ਕਾਹਲੇ ਕਰਨੀ ਆ ਜਿਹੜੇ ਪੁੱਠੇ ਕੰਮ ਕਰਦੇ ਆ ਉਹਨਾਂ ਦੀ ਸਲੋਤਾ ਕਾਹਦੀ ਕਰਨੀ ਹੈ ਨਾਨਕ ਨਦਰੀ ਬਾਹਰੇ ਰਚ ਹੈਦਾਨ ਆਏ ਪਾਤਸ਼ਾਹ ਕਹਿੰਦੇ ਆ ਕਿ ਉਸ ਨਿਰੰਕਾਰ ਦੀ ਨਜ਼ਰ ਤੋਂ ਜਿਹੜੇ ਬਾਹਰ ਆ ਕਿਰਪਾ ਦ੍ਰਿਸ਼ਟੀ ਤੋਂ ਉਹ ਰਾਚੇਦਾਨ ਆਏ ਨਾ ਦਾਨ ਕਰਦੇ ਆ ਨਾ ਇਸ਼ਨਾਨ ਕਰਦੇ ਆ ਨਾ ਨਾਮ ਜਪਦੇ ਆ ਉਹ ਤਾਂ ਹੋਰ ਮਾੜੀਆਂ ਗੱਲਾਂ ਵਿੱਚ ਪਰ ਰਚੇ ਮੇਚੇ ਆ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਕਿਰਿਆ ਉਹ ਭਾਈ ਬਣੀ ਹੋਈ ਹੈ ਇਸ ਤਰ੍ਹਾਂ ਦਾ ਹਾਲ ਹਵਾਲ ਉਹਨਾਂ ਦਾ ਹੈ ਦੋਹਰਾ ਮਨ ਕੇ ਮੁਨਸਬ ਹੈ ਸੁਣੋ ਰਹੇ ਬਿਸ਼ਲ ਉਟਾਏ ਆਪਣੇ ਮਨ ਦੇ ਮਨਸਬ ਹੋ ਕੇ ਹਾਂਜੀ ਮੁਨਸਬ ਬਣ ਕੇ ਵਿਸ਼ ਵਗੈਰਾ ਵਿੱਚ ਲਪਟ ਹੋ ਰਹੇ ਆ ਇਹ ਲੋਕ ਆ ਮਨ ਦੇ ਜਿਹੜੇ ਹੈ ਵਿਸ਼ ਵਿਕਾਰ ਆ ਇਹਨਾਂ ਦੇ ਵਿੱਚ ਦਿਨ ਰਾਤ ਲੰਪਟ ਹੋ ਰਹੇ ਆ ਅਤੇ ਦਿਨ ਰਾਤ ਫਸੇ ਪਏ ਆ ਅਤੇ ਇਸ ਪਾਸੇ ਧਿਆਨ ਨਹੀਂ ਅਤੇ ਭਜਨ ਬਾਣੀ ਕਰਕੇ ਕੋਈ ਅੱਗਾ ਸਵਾਰ ਲਈਏ ਹਾਂਜੀ ਅਤੇ ਉੱਧਰ ਜਿਹੜਾ ਹੈ ਉਹ ਧਿਆਨ ਨਹੀਂ ਹਾਂਜੀ ਅਤੇ ਇਸ ਵਾਸਤੇ ਮਨ ਦੇ ਮੁਨਸਬ ਹਾਂਜੀ ਆਪਣੇ ਮਨ ਦੇ ਮੁਨਸਬ ਹੋ ਕੇ ਆਪਣੇ ਮਨ ਨੂੰ ਆਪੇ ਵਿਚਾਰੋ ਆਪਣੇ ਮਨ ਦਾ ਨਿਆਂ ਆਪ ਕਰੋ ਕਿ ਅਸੀਂ ਕਿੱਥੇ ਖੜ੍ਹੇ ਹਾਂ ਕੀ ਕਰਮ ਹੋ ਕਰ ਰਹੇ ਹਾਂ ਇਸ ਗੱਲ ਦੀ ਜਿਹੜੀ ਵਿਚਾਰ ਆ ਇਹ ਕਰਨੀ ਚਾਹੀਦੀ ਹੈ ਇਹ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੋ ਰਹੀ ਹੈ ਹਾਂਜੀ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਦਿਨ ਰਾਤ ਲੰਪਟ ਹੋ ਰਹੇ ਤਾਂ ਹੀ ਕਿ ਰਸਮੇ ਫਸੇ ਨਹੀਂ ਨਾਮ ਰਸ ਆਏ ਇਹਨਾਂ ਕੁਰਸਾਂ 'ਚ ਫਸੇ ਇਸ ਕਰਕੇ ਨਾਮ ਦਾ ਰਸ ਆਉਂਦਾ ਨਹੀਂ ਚੌਵੀ ਪਾਣ ਪ੍ਰਕਾਰ ਦੋ ਕੋ ਜਾਣੋ ਇਹ ਜਿਹੜਾ ਪੜ੍ਹਨਾ ਆ ਦੋ ਤਰ੍ਹਾਂ ਦਾ ਜਾਣ ਲਈਏ ਪਟੇਬਾਜ ਕਸੂਰ ਪਰਮਨ ਇੱਕ ਤਾਂ ਪਟੇਬਾਜ ਆ ਜਿਵੇਂ ਉਹ ਗੱਤਕੇ ਬਾਜ ਆ ਹੈ ਇੱਕ ਨੂੰ ਸੂਰਮਾ ਸਮਝੋ ਹਾਂਜੀ ਇੱਕ ਸੂਰ ਪਰਮਨ ਨੂੰ ਇੱਕ ਤਾਂ ਪਟੇਬਾਜ ਨਾ ਗੱਤਕੇ ਦੇ ਖੇਲਣ ਵਾਲੇ ਇੱਕ ਸੂਰਮੇ ਪਰਮਨ ਨੂੰ ਸਮਝ ਲਓ ਜਾਣ ਲਓ ਇੱਕ ਹੀ ਨਿਸ਼ਫਲ ਝੂਠੀ ਲਿਖਣੀ ਇੱਕ ਉਹਨਾਂ ਦੀ ਫਜ਼ੂਲ ਝੂਠੀ ਲਿਖਣੀ ਹੈ ਉਹਨਾਂ ਦੀ ਜਿਹੜੀ ਚਤੁਰਤਾ ਆ ਉਹ ਝੂਠੀ ਦੇ ਫਜ਼ੂਲ ਆ ਉਹ ਤਾਂ ਸਫਲ ਦੂਸਰ ਸਿੱਖ ਸਿੱਖਣੀ ਕਹਿੰਦੇ ਦੂਜੇ ਦੀ ਸਿੱਖੀ ਹੋਈ ਸਿੱਖਿਆ ਸਫਲ ਆ ਪਟੇਬਾਜ ਇਹ ਭੰਦ ਚਲਾਵੈ ਜਿਹੜੇ ਗੱਤਕੇਬਾਜ ਉਹ ਗੱਤਕਾਇਓ ਚਲਾਉਂਦੇ ਆ ਜੈਸੇ ਅੰਗ ਛੁੰਨੇ ਪਾਵੇ ਫਿਰ ਕਿਸੇ 'ਤੇ ਚੋਟ ਬਿਨਾਂ ਵੱਜਿਆ ਹੈਂਜੀ ਸਿਰਫ ਖੇਡ ਹੀ ਹੁੰਦੀ ਹੈ ਤਿੰਨ ਕੋ ਤਨ ਰਹਿ ਬਣਿਓ ਬਣਾਇਓ ਉਹਨਾਂ ਦਾ ਸਿਰ ਉਹਨੂੰ ਬਣਿਆ ਬਣਾਇਆ ਰਹਿੰਦਾ ਸ਼ਾਸਤਰ ਕਾਵ ਕੋਈ ਛੂਹਣਾ ਪਾਓ ਸ਼ਾਸਤਰਾਂ ਦਾ ਜਿਹੜਾ ਜ਼ਖਮ ਆ ਉਹ ਛੂਹਣਾ ਨਹੀਂ ਪਾਉਂਦਾ ਕੋਈ ਜ਼ਖਮ ਜੁਖ ਥੋੜ੍ਹੇ ਹੁੰਦਾ ਉਹ ਤਾਂ ਖੇਲ ਹੁੰਦੀ ਹੈ ਖੇਤ ਜੀਵਿਕਾ ਲੋਕ ਦਿਖਾਵਣ ਉਹ ਆਪਣੇ ਜੀਵਨ ਦੇ ਨਿਰਵਾਹ ਵਾਸਤੇ ਲੋਕਾਂ ਨੂੰ ਇਸ ਤਰ੍ਹਾਂ ਦੇ ਆਪਣੀ ਵਿੱਦਿਆ ਦੇ ਕਰਤੱਵ ਕਮਾਲ ਦਿਖਾਉਂਦੇ ਆ ਪੜ੍ਹ ਸੋ ਇੱਕ ਨੇ ਕਰਿਆ ਕਮਾਵਣ ਹੈਂ ਜਿਹੜਾ ਇੱਕ ਜਮਾਤ ਪੜ੍ਹਿਆ ਨਹੀਂ ਹੈ ਅਤੇ ਉਹ ਕਮਾਈ ਕਰਦਾ ਤੈਨੂੰ ਕੋਈ ਨਿਸ਼ਫਲ ਐਸੇ ਜਾਣੋ ਇਸ ਵਾਸਤੇ ਕਹਿੰਦੇ ਉਹਨਾਂ ਨੂੰ ਇਸ ਤਰ੍ਹਾਂ ਨਿਸ਼ਫਲ ਜਾਣੀ ਹੈ ਜੈਸੇ ਕੰਨ ਜਲਹੀਨ ਪਛਾਣੋ ਜਿਵੇਂ ਪਾਣੀ ਤੋਂ ਬਿਨਾਂ ਰਹਿਤ ਬੱਦਲ ਪਛਾਣਦੇ ਉੱਥੋਂ ਕੀ ਮਿਲਣਾ ਕੋਈ ਵਰਸ਼ਾ ਥੋੜ੍ਹੀ ਹੋਣੀ ਇਸ ਪੜ੍ਹਤ ਸੋ ਹੈ ਇੱਕ ਨਹਿ ਹੈ ਕਰਿਆ ਕਮਾਉਣ ਪੜ੍ਹਦੇ ਹੈਗੇ ਕਮਾਈ ਨਹੀਂ ਕਰਦੇ ਹਨ ਉਹਨੂੰ ਨਿਸਫਲ ਜਾਣੋ ਜਿਵੇਂ ਬੱਦਲ ਪਾਣੀ ਤੋਂ ਰਹਿਤ ਹੋਣ ਇੱਕ ਜੋ ਸੂਰ ਸੰਤੇ ਸ੍ਰੀਤੀ ਦੂਜੇ ਸੂਰਮੇ ਸੰਤੇ ਸ੍ਰੀਤੀ ਦੇ ਚੱਲਦੇ ਆ ਪੜ੍ਹੇ ਸੁਣੇ ਸਤਸੰਗ ਸਾ ਪ੍ਰੀਤੀ ਪੜ੍ਹਦੇ ਸੁਣਦੇ ਆ ਔਰ ਸਤਸੰਗ ਨਾਲ ਪਿਆਰ ਵੀ ਕਰਦੇ ਆ ਜਾਣੇ ਵੱਡਾ ਗਿਆਨ ਆ ਰਾਤੀ ਉਹ ਜਾਣਦੇ ਜਿਹੜਾ ਗਿਆਨ ਸਾਡਾ ਵੱਡਾ ਬੈਰੀ ਆ ਰਾਤੀ ਬੈਰੀ
ਅਤੇ ਕੋ ਹਨਨ ਕਰੇ ਭਲਭਾਂਤੀ ਉਹਨੂੰ ਚੰਗੀ ਤਰ੍ਹਾਂ ਖਤਮ ਕਰਨਾ ਜਾਣਦੇ ਆ। ਕਾਮ ਕਰੋ ਲੋਭ ਅਹੰਕਾਰ ਆ, ਇਹ ਜਿਹੜੇ ਕਾਮ ਕਰੋ ਲੋਭ ਅਹੰਕਾਰ ਇਹ ਤੇ ਅੰਗ ਸੁਕਰੇ ਪਰਹਾਰਾ, ਇਹਦੇ ਅੰਗਾਂ 'ਤੇ ਜਿਹੜਾ ਵਾਰ ਕਰਦਾ ਹੈ। ਸਤਿਗੁਰ ਸ਼ਬਦ ਸ਼ਾਸਤਰ ਜਿਨ ਕੇਰੇ, ਸਤਿਗੁਰਾਂ ਦੇ ਪਵਿੱਤਰ ਸ਼ਬਦ ਆਪਣੇ ਜਿਨ੍ਹਾਂ ਨੇ ਆਪਣੇ ਸ਼ਾਸਤਰ ਬਣਾ ਲਿਆ, ਕਰੇ ਪਰਹਾਰ ਨਾ ਲਾਵੇ ਦੇਰ, ਉਹ ਫਿਰ ਵਾਰ ਕਰਦੇ ਦੇਰੀ ਨਹੀਂ ਲਾਉਂਦੇ। ਨਿਤ ਬਾਅਦ ਛੇਦਿਆਂ ਸਨਮੁਖ ਹੋਏ, ਜਦੋਂ ਸਾਹਮਣੇ ਹੁੰਦਾ ਉਹਨੂੰ ਕੱਟਦੇ ਆ। ਸੂਰਨ ਕੀ ਵਿਦਿਆ ਹੈ ਜੁਸ ਹੋਈ, ਇਹ ਸੂਰਮਿਆਂ ਦੀ ਵਿਦਿਆ ਹੈ। ਇਹ ਜਿਹੜੇ ਹੁਣ ਗੱਤਕੇ ਗੁੱਤਕੇ ਵਾਲੇ ਨਹੀਂ, ਕੋਈ ਬਾਰਡਰ 'ਤੇ ਜਾ ਕੇ ਯੁੱਧ ਥੋੜ੍ਹੀ ਕਰਨਾ, ਇੱਕ ਮਤਲਬ ਹੈ ਠਾਠਾ ਵਾਗਾ ਹੈ। ਔਰ ਪੁੰਨ ਇੱਕ ਔਰ ਸੁਣੋ ਦਿਸ਼ਟਾਂਤਾਂ, ਕਹਿੰਦੇ ਇੱਕ ਹੋਰ ਦਿਸ਼ਟਾਂਤ ਸੁਣ ਲਓ, ਜਿਸ ਵਾਰ ਤੁਹਾਨੂੰ ਹੋਏ ਨਾ ਸ਼ਾਂਤਾਂ। ਜਿਸ ਤਰ੍ਹਾਂ ਤੁਸੀਂ ਸ਼ਾਂਤ ਨਹੀਂ ਹੁੰਦੇ ਹੋ, ਸ਼ਾਸਤਰ ਜਿਹੇ ਸ਼ਾਸਤਰ ਸਮਾਨ ਆ, ਜਿੰਨੇ ਸ਼ਾਸਤਰ ਆ ਔਰ ਸ਼ਾਸਤਰਾਂ ਸਮਾਨ ਆ, ਮਨ ਰੂਪੀ ਵੱਡ ਕੇਹਰ ਜਾਣਾ, ਇਹ ਮਨ ਰੂਪੀ ਜਿਹੜਾ ਨੂੰ ਵੱਡਾ ਕੇਹਰ ਬਬਰੀ ਸ਼ੇਰ ਜਾਣੋ, ਜੇ ਮਾਰਿਆ ਤਾਂ ਨਿਕਸਾ ਨਾਮੂ, ਜਿਹੜਾ ਮਨ ਰੂਪੀ ਸ਼ੇਰ ਨੂੰ ਮਾਰ ਲੈਂਦਾ ਉਹਦਾ ਨਾਮ ਬਹੁਤ ਵੱਡਾ ਹੋ ਜਾਂਦਾ, ਲੈ ਵੀ ਬੜਾ ਸ਼ੇਰ ਦਾ ਸ਼ਿਕਾਰ ਖੇਲਿਆ। ਬੜੂ ਸ਼ਾਸਤਰਧਾਰੀ ਬ੍ਰਹਮ, ਇਹ ਬੜਾ ਸ਼ਾਸਤਰਧਾਰੀ ਬੜਾ ਬ੍ਰਹਮ ਸੁੰਦਰ ਹੈ। ਕਵੀ ਨੇ ਜੇ ਤੇ ਸ਼ਸਤਰ ਬਣਾਏ, ਕਵੀਆਂ ਨੇ ਜਿੰਨੇ ਆ ਗ੍ਰੰਥ ਬਣਾਏ ਆ, ਘੜੇ ਲੁਹਾਰ ਸਮਾਨ ਸਦਾਏ, ਉਹਨੂੰ ਲੁਹਾਰ ਸਦਾ ਬਰਾਬਰ ਘੜਦੇ ਆ। ਹਾਂਜੀ, ਹੁਣ ਜਿਵੇਂ ਪੰਡਿਤ ਲੁਹਾਰ ਆ, ਹਥਿਆਰ ਤਾਂ ਬਣਾਉਂਦੇ ਆਪ, ਜੰਗ 'ਚ ਥੋੜ੍ਹੀ ਵਰਤਦੇ ਆ, ਸਿਰਫ ਘਟਨਾ ਜਾਣਦੇ ਆ। ਇਸ ਤਰ੍ਹਾਂ ਜਿਹੜੇ ਕਵੀ ਲੋਕ ਆ, ਗੱਲਾਂ ਤਾਂ ਬਹੁਤ ਬਣਾਉਂਦੇ ਆ ਪਰ ਉਹਨਾਂ ਦੀ ਪੂਰੇ ਥੋੜ੍ਹੀ ਉਤਰਦੇ ਆ। ਜੇ ਪੰਡਿਤ ਤਿੰਨ ਟੀਕਾਕਾਰ ਆ, ਜਿਹੜੇ ਪੰਡਿਤ ਬੁੱਧੀਜੀਵੀ ਉਹਨਾਂ ਦੇ ਟੀਕਾਕਾਰ ਆ, ਸਿਗਲੀ ਕਰਕੇ ਲਿਹੋ ਵਿਚਾਰਾਂ, ਉਹ ਤਾਂ ਜਿਵੇਂ ਹਥਿਆਰਾਂ ਨੂੰ ਸਾਫ਼ ਕਰਨ ਵਾਲੇ ਸਿਗਲੀਕਾਰ ਹੁੰਦੇ ਨਾ, ਉਹ ਟੀਕਾ ਕਰਨ ਵਾਲੇ ਇਵੇਂ ਹੀ ਆ। ਹਾਂਜੀ, ਜਿਨ ਪੜ ਸੁਣ ਕੀਏ ਮਨ ਕਾ ਮਨ, ਜੀ ਨਹੀਂ ਪੜ੍ਹਿਆ ਸੁਣਿਆ ਅਤੇ ਮਨ ਨੂੰ ਮਾਰਨਾ ਕੀਤਾ, ਫਿਰ ਯੋਧਾ ਹੰਤੇ ਹਥਿਆਰ, ਉਹ ਯੋਧਾ ਜਿਹੜੇ ਹਥਿਆਰਾਂ ਨਾਲ ਦੂਜਿਆਂ ਨੂੰ ਮਾਰਦੇ ਆ। ਪੜ੍ਹਿਆ ਜੀਵਿਕਾ ਕਾਰਨ ਜੋ, ਜਿਹੜੇ ਜੀਵਿਕਾ ਵਾਸਤੇ ਪੜ੍ਹਦੇ, ਜਿਵੇਂ ਅੱਜ ਕੱਲ੍ਹ ਗ੍ਰੰਥੀ ਹੈ ਜਾਂ ਰਾਗੀ ਹੈ ਜਾਂ ਗਿਆਨੀ ਹੈ, ਉਹ ਜੀਵਿਕਾ ਵਾਸਤੇ ਪਾਠੀ ਬਣਦੇ, ਸੰਥਿਆ ਕਰਦੇ ਆ, ਕੀਰਤਨ ਸਿੱਖਦੇ, ਉਹ ਵੀ ਉਪਜੀਵਿਕਾ ਵਾਸਤੇ, ਕਥਾ ਕਹਾਣੀਆਂ ਉਹ ਵੀ ਉਪਜੀਵਿਕਾ ਵਾਸਤੇ, ਵਿਖੇਤੀ ਕਰਨੀ ਔਖੀ ਹੈ, ਚਲੋ ਦੁਕਾਨਦਾਰੀ ਵੀ ਕਠਿਨ ਆ, ਮਜ਼ੂਰੀ ਵੀ ਔਖੀ ਹੈ, ਟੋਕਰੀ ਢੋਣੀ ਵੀ, ਆਹ ਗੱਲ ਵਧੀਆ ਆ। ਮੈਂ ਬਾਬਾ ਜੀ, ਬਾਬਾ ਜੀ ਮੈਂ ਮਾਈਆਂ ਨਿੰਦੇ ਛਿੰਦੇ ਚੰਗੇ ਛਕਾਉਂਦੀ ਹਾਂ, ਵਧੀਆ ਨਾ ਫਿਰ ਹਰ ਵੇਲੇ ਹੈਂ ਪੱਖੇ ਕੂਲਰਾਂ ਅਤੇ ਏਸੀਆਂ ਥੱਲੇ ਰਹਿਣਾ, ਬਹੁਤ ਵਧੀਆ, ਬਹੁਤੇ ਲੋਕ ਤਾਂ ਹੁਣ ਇੱਧਰ ਤੁਰ ਪਏ। ਹਾਂਜੀ, ਇਸ ਵਾਸਤੇ ਉਹ ਉਪਜੀਵਿਕਾ ਵਾਸਤੇ ਇਹ ਸਾਰਾ ਕੰਮ ਕਰਦੇ ਆ, ਕਮਾਈ ਨਹੀਂ ਹੈਗੀ ਅਤੇ ਮਿਹਨਤ ਨਹੀਂ ਕਰਦੇ ਹੈਗੇ। ਹਾਂਜੀ, ਇਸ ਤਰ੍ਹਾਂ ਦੀ ਜਿਹੜੀ ਹਾਲਤ ਬਣੀ ਹੋਈ ਹੈ। ਪੜ੍ਹਿਆ ਜੀਵਿਕਾ ਕਾਰਨ ਜੋ, ਜਿਹੜੇ ਉਪਜੀਵਿਕਾ ਵਾਸਤੇ ਪੜ੍ਹਦੇ, ਵੇਚਣ ਹਰ ਸ਼ਾਸਤਰ ਸਮਸੋ, ਅਤੇ ਉਹ ਤਾਂ ਇਵੇਂ ਜਿਵੇਂ ਯੋਧੇ ਆਪਣੇ। ਹਾਂਜੀ, ਅਤੇ ਜਿਹੜੇ ਹੈਗੇ ਪੜ੍ਹੇ ਹੈ ਜੀਵਿਕਾ ਕਾਰਨ ਜੋ, ਜਿਹੜੇ ਜੀਵਿਕਾ ਵਾਸਤੇ ਪੜ੍ਹਦੇ, ਵੇਚਣ ਹਾਰ ਸ਼ਾਸਤਰ ਸੁਣ, ਉਹ ਤਾਂ ਫੇਸ ਤਰ੍ਹਾਂ ਜਿਵੇਂ ਹਥਿਆਰਾਂ ਨੂੰ ਵੇਚਣ ਵਾਲਿਆਂ ਦੇ ਬਰਾਬਰ ਆ। ਹਥਿਆਰਾਂ ਨਾਲ ਆਪ ਯੁੱਧ ਨਹੀਂ ਕੀਤਾ, ਵੇਚ ਕੇ ਕਮਾਈ ਕਰਦੇ ਹਥਿਆਰਾਂ ਤੋਂ, ਇਹ ਕਿਰਪਾਨ ਇੰਨੇ ਦੀ ਆ, ਇੰਨੇ ਦੀ ਆ, ਇਹ ਜੀ ਉੱਥੇ ਜੈਪੁਰ ਦੀ ਬਣੀ ਆ ਪੁਰਾਣੀਆਂ, ਅੱਜ ਕੱਲ੍ਹ ਬੜੇ ਪੈਸੇ ਬਟੋਰਦੇ ਆ। ਸ਼ੇਰ ਰੂਪੀ ਮਨ ਜਿਸਨੇ ਮਾਰਾ, ਜਿਹਨੇ ਸ਼ੇਰ ਰੂਪੀ ਮਨ ਮਾਰ ਲਿਆ, ਅੱਜ ਕੱਲ੍ਹ ਤਾਂ ਹੁਣ ਮਾਰੇ ਦੇ ਹਥਿਆਰ ਦਿਖਾ ਦਿਖਾ ਪੈਸੇ ਇਕੱਠੇ ਕਰੀ ਜਾਂਦੇ ਆ, ਲਈ ਫਿਰਦੇ ਨਾ ਥਾਂ ਥਾਂ, ਪੈਸੇ ਇਕੱਠੇ ਕਰ ਰਿਹਾ, ਪ੍ਰਦਰਸ਼ਨੀ ਲਾਉਣ ਲੱਗ ਪਿਆ। ਜਿਹੜੇ ਮਾਰੇ ਦੇ ਸ਼ਾਸਤਰ ਪੂਜਾ ਯੋਗ ਸੀ, ਉਹਨਾਂ ਦੀ ਪ੍ਰਦਰਸ਼ਨੀ ਸ਼ੁਰੂ ਕਰਤੀ ਮਾਇਆ ਵਾਸਤੇ। ਬਿਥਰਿਆ ਨਾਮ ਤਾਹੇ ਦੇਸ਼ ਚਾਰਾਂ, ਫਿਰ ਚਾਰੇ ਪਾਸੇ ਉਹਨਾਂ ਦਾ ਨਾਮ ਨਜ਼ਰ ਆਉਂਦਾ, ਜਿਹੜੇ ਮਨ ਰੂਪੀ ਸ਼ੇਰ ਨੂੰ ਮਾਰ ਕੇ ਅਸਲੀ ਸੂਰਮੇ ਸ਼ਾਸਤਰਧਾਰ ਕਹਿਲਾਵਾ ਸੋ, ਉਹ ਸ਼ਾਸਤਰਧਾਰੀ ਅਸਲੀ ਕਹਾਉਂਦੇ ਹਨ। ਕੂਰੇ ਨਾਮ ਅਪਰ ਸਭ ਕੋ, ਬਾਕੀ ਹੈ ਨਾਮ ਤੋਂ ਬਿਨਾਂ ਉਹਨੂੰ ਹੋਰ ਸਾਰਾ ਕੁਝ ਝੂਠ ਕੂਟ ਪਸਾਰਾ ਹੀ ਲੱਗਦਾ ਹੈ। ਇਸ ਪ੍ਰਕਾਰ ਸੁਣ ਕਰ ਬਚਰਾਸੀ, ਇਸ ਤਰ੍ਹਾਂ ਦੇ ਮਹਾਰਾਸੀ ਮੈਨੇ ਬਹੁਤ ਬਚਨ ਸੁਣ ਕੇ, ਬੋਲੇ ਬਹੁਤ ਕੁਸ਼ਲ ਜੇ ਕਾਂਸ਼ੀ। ਫਿਰ ਜਿਹੜੇ ਕਾਂਸ਼ੀ ਦੇ ਉਹ ਸਿਆਣੇ ਪੰਡਿਤ ਸੀ, ਕੁਸ਼ਲ ਬੜੇ ਸਿਆਣੇ, ਉਹ ਬੋਲੇ ਇਹ ਸ਼ੇਪੁਰ ਆ, ਮੈਂ ਜੋ ਅੰਮ੍ਰਿਤ ਪਾਵੈ ਮ੍ਰਿਤੂ ਪਾਵੈ। ਕਹਿੰਦੇ ਮਹਾਰਾਜ ਸ਼ੇਪੁਰ ਹੀ ਹੈ ਕਾਂਸ਼ੀ, ਜਿਹੜਾ ਇੱਥੇ ਮੌਤ ਪਾਉਂਦਾ ਹੈ, ਮਰਦਾ ਹੈ, ਮੁਕਤ ਹੋ ਸਭ ਦੁੱਖ ਮਿਟਾਵਤ, ਮੁਕਤ ਹੋ ਜਾਂਦਾ ਆਪਣੇ ਦੋਸ਼ਾਂ ਨੂੰ ਮਿਟਾ ਕੇ। ਸ਼ਾਸਤਰ ਵੀ ਮਹਾਤਮ ਕਹਾ, ਗ੍ਰੰਥਾਂ 'ਚ ਕਾਸ਼ੀ ਦਾ ਬਹੁਤ ਮਹਾਤਮ ਕਿਹਾ ਹੈ। ਮ੍ਰਿਤੂ ਹੋਏ ਜਾਵੇ ਸ਼ਿਵ ਜਹਾਂ, ਮੌਤ ਤੋਂ ਬਾਅਦ ਉੱਥੇ ਜਾਂਦਾ ਜਿੱਥੇ ਸ਼ਿਵ ਜੀ ਰਹਿੰਦੇ ਆ, ਜਾਂ ਤੇ ਮਹਿਮਾ ਇਹ ਥਲ ਕੇਰੀ, ਇਸ ਜਗ੍ਹਾ ਦੀ ਮਹਿਮਾ ਬਹੁਤ ਵੱਡੀ ਹੈ, ਸਭਨ ਦੀ ਉੱਤਮ ਹਮਹੇਰੀ, ਸਾਰਿਆਂ ਤੋਂ ਉੱਤਮ ਧਰਤੀ ਅਸੀਂ ਇਹ ਜਾਣੀ ਦੇਖੀ ਹੈ।
ਦੁਆਰਾ ਜਾਗੁਰ ਬੋਲੇ ਬਚਨ ਪੁੰਨ ਅੰਮ੍ਰਿਤ ਸਮਾਂ ਜਬ ਆਏ ਜਾਗਦੇ ਗੁਰੂ ਬਚਨ ਬੋਲੇ ਜਦੋਂ ਮੌਤ ਦਾ ਸਮਾਂ ਆਉਂਦਾ ਹੈ ਰਾਮ ਨਾਮ ਉਪਦੇਸ਼ ਸ਼ਰੁਤ ਦਿਤ ਪਨਾ ਕੀ ਗਾਏ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਵਧੇ ਕੰਨਾ ਦੇਵੇ ਸ਼ਿਵ ਪਨਾਕੀ ਗਾਏ ਪਨਾਕੀ ਨੇ ਕਿਹਾ ਚੌਵੇ ਜਾਂ ਤਾਂ ਮੁੱਖ ਹੋ ਤੇ ਥਾਂ ਕਹਿੰਦੇ ਇਸ ਥਾਂ ਦੀ ਮੁਕਤੀ ਤਾਂ ਹੋਵੇਗੀ ਦਖੋ ਨਾ ਮਹਿਮਾ ਅਧਿਕਾਈ ਨਾਮ ਦੀ ਮਹਿਮਾ ਨੂੰ ਅਧਿਕ ਜਾਣੂ ਇਹ ਗੱਲ ਹੈ ਵੀ ਸ਼ਿਵ ਜੀ ਕੰਨ 'ਚ ਮੰਤਰ ਦੋ ਤਾਂ ਮੁਕਤੀ ਹੋਊ ਅਤੇ ਜੇ ਨਾਮ ਨਹੀਂ ਜਪਿਆ ਉਵੇਂ ਮਰ ਗਿਆ ਫੇਰ ਕਿਵੇਂ ਹੋ ਜੂ ਇਸ ਵਾਰ ਪਨਾਕੀ ਮੈਂ ਸ਼ਿਵ ਜੀ ਇਹ ਗੱਲ ਕਹੀ ਹੈ ਅਤੇ ਨਾਮ ਹਿਰਦਾਗਤ ਪ੍ਰਾਪਤ ਹੋਈ ਜੇ ਹਿਰਦੇ ਨਾਮ ਹੈ ਗਤੀ ਹੋਏਗੀ ਜਿਉਂ ਕਬੀਰ ਕਾਸ਼ੀ ਹਲ ਤਿਆਗਾ ਜਿਵੇਂ ਕਬੀਰ ਜੀ ਨੇ ਕਾਸ਼ੀ ਦੀ ਜਗ੍ਹਾ ਨੂੰ ਤਿਆਗ ਦਿੱਤਾ ਸੀ ਮਰਨ ਤੋਂ ਪਹਿਲਾਂ ਬਗਮੇ ਬਸਾ ਜਾਏ ਅਨੁਰਾਗਾ ਮਗਰ ਦੇਸ਼ ਬੜੇ ਪ੍ਰੇਮ ਨਾਲ ਜਾ ਕੇ ਰਹਿਣ ਲੱਗ ਪਿਆ ਸਤਸੰਗਤ ਹੈ ਰਹੀ ਤਾਂ ਹੀ ਜਿਹੜੀ ਸਤਸੰਗ ਸੀ ਉੱਥੇ ਜਾ ਕੇ ਰਹਿਣ ਲੱਗ ਪਈ ਭਏ ਮੁਕਤਾਂ ਦੇ ਉਹਾਂ ਹੀ ਫਿਰ ਕਹਿੰਦੇ ਉੱਥੇ ਦੇ ਛੱਡ ਕੇ ਮੁਕਤੀ ਪ੍ਰਾਪਤ ਕਰ ਲਈ ਕਬੀਰ ਜੀ ਨੇ ਜਾਣੂ ਇੱਕ ਮੁੱਖ ਕੋ ਦਾਤਾ ਇਹ ਗੱਲ ਜਾਣੋ ਮੁਕਤੀ ਦਾਤਾ ਕੇਵਲ ਇੱਕ ਹੀ ਇੱਕ ਹੈ ਸਤਨਾਮ ਸਭ ਜਗ ਬਖਿਆਤਾ ਪਰਮੇਸ਼ਰ ਦਾ ਨਾਮ ਸਾਰੇ ਸੰਸਾਰ ਦੇ ਬਖਿਆਤ ਪ੍ਰਗਟ ਔਰ ਕਿਸ 'ਤੇ ਮੁੱਖ ਨਾ ਹੋਈ ਕਹਿੰਦੇ ਹੋਰ ਕਿਸੇ ਗੱਲ ਤੋਂ ਮੁਕਤੀ ਨਹੀਂ ਹੋਣੀ ਹੈਂਜੀ ਕਾਸ਼ੀ 'ਚ ਰਹਿਣਾ ਨਹੀਂ ਨਾਮ ਜਪਣ ਕੋਟ ਪਾਉ ਕਰੇ ਜੇ ਕੋਈ ਭਾਵੇਂ ਪਾਤਸ਼ਾਹਾਂ ਦੇ ਕਰੋੜਾਂ ਪਾ ਕਰ ਲਵੇ ਦੋਹਰਾ ਸੁਣਗਰ ਪੰਡਿਤ ਕਹਿਤ ਪੇ ਹੈ ਅਨੇਕ ਹਰ ਨਾਮ ਪੰਡਿਤ ਕਹਿਣ ਲੱਗੇ ਮਹਾਰਾਜ ਨਾਮ ਤਾਂ ਫਿਰ ਰੱਬ ਦੇ ਕਈ ਹੈ ਇੱਕ ਥੋੜ੍ਹੀ ਹੈ ਕੌਣ ਨਾਮ ਹੈ ਮੁਕਤਦਾਸ ਹੋ ਕਈ ਅਬਰਾਮ ਉਹ ਕਿਹੜਾ ਨਾਮ ਮੁਕਤੀ ਦੇਣ ਵਾਲਾ ਸੁੰਦਰ ਉਹ ਕਹਿਣਾ ਕਰੀਏ ਚੌਪੇ ਸ਼੍ਰੀ ਨਾਨਕ ਪੁਨ ਬਹਿਣਾ ਚਾਰੇ ਸ਼੍ਰੀ ਗੁਰੂ ਜੀ ਨੇ ਫਿਰ ਬਚਨ ਕਹੇ ਜੋ ਨੌਕਾ ਸਭ ਵਾਰ ਉਤਾਰੇ ਜਿਹੜੀ ਵੀ ਕਹਿੰਦੇ ਨੌਕਾ ਬੇੜੀ ਖੜ੍ਹੀ ਹੈ ਦਰਿਆ 'ਤੇ ਜਿਹੜਾ ਉਹ 'ਚ ਪੜ ਚੜ ਜਾਊਗਾ ਮਲਾਹ ਦਾ ਆਸਰਾ ਪਾਰ ਹੋ ਜਾਏਗਾ ਪੁਨ ਜਿਸ ਨੌਕਾ ਪਰ ਚੜ ਕੋ ਪੁਨਾ ਜਿਹੜਾ ਨੌਕਾ 'ਤੇ ਬੇੜੀ ਦੇ ਉਹ ਚੜ੍ਹ ਜਾਏਗਾ ਅਤੇ ਕੋ ਪਾਰ ਉਤਾਰੇ ਸੋਈ ਉਹਨੂੰ ਪਾਰ ਉਤਾਰ ਦਿੰਦੀ ਹੈ ਅਤੇ ਸੀ ਸੰਗਤ ਆਹੇ ਕੋ ਕਾਮੂ ਕਹਿੰਦੇ ਉਹਦੇ ਨਾਲ ਹੀ ਉਹਦਾ ਕੰਮ ਆ ਉਤਰੇ ਪਾਰ ਪਾਏ ਸੁੱਖ ਤਾਮੂ ਪਾਰ ਉਤਾਰਾ ਹੋ ਜਾਏਗਾ ਉਹ ਸੁਖੀ ਸੁਖੀ ਆਪਣੇ ਘਰ ਪਹੁੰਚ ਜਾਂਦਾ ਹੈ ਤੈਸੇ ਗੁਰੂ ਜੋ ਨਾਮ ਬਿਤਾਏ ਇਸ ਤਰ੍ਹਾਂ ਸਤਿਗੁਰੂ ਨੇ ਜਿਹੜਾ ਨਾਮ ਦੱਸਿਆ ਹੈ ਸੋ ਤੇ ਕੋ ਹੋਵਤ ਗਾਦਾ ਹੈ ਉਹਦੇ ਵਾਸਤੇ ਉਹੀ ਕਲਿਆਣਦਾਤਾ ਹੁੰਦਾ ਹੈ ਗੁਰਪਧੇਰੇ ਦੇ ਜਨ ਧਾਰਾ ਸਤਿਗੁਰੂ ਵੇਖ ਜਨ ਹਿਰਦੇ ਧਾਰਿਆ ਸੋ ਪਵ ਸਾਗਰ ਉਤਰਾ ਪਾਰਾ ਉਸ ਸਾਗਰ ਤੋਂ ਪਾਰ ਉਤਰ ਗਿਆ ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨ ਇਸ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਬਚਨ ਸੁਣ ਕੇ ਪੰਡਿਤ ਬਿਨੇ ਭਨੇ ਸੁੱਟ ਇਸ ਪ੍ਰਕਾਰ ਸੁਣ ਕੇ ਸ਼ੁਭ ਬਚਨ ਸਵੇਰੇ ਬਚਨ ਸੁਣ ਕੇ ਪੰਡਿਤ ਬਿਨੇ ਭਨੇ ਸੁੱਟ ਰਚਨਾ ਪੰਡਿਤ ਨੇ ਬੜੇ ਚੰਗੇ ਢੰਗ ਨਾਲ ਬੇਨਤੀ ਕੀਤੀ ਦੀਨ ਜਨ ਗਤ ਕੀਜੇ ਹਮਰੀ ਸਾਨੂੰ ਗਰੀਬ ਜਾਣ ਕੇ ਸਾਡੀ ਕਲਿਆਣ ਕਰੀਏ ਚਰਨ ਸਨ ਗਏ ਲੀਨੀ ਤੁਮਰੀ ਅਸੀਂ ਆਪਦੀ ਸ਼ਰਨ ਗ੍ਰਹਿਣ ਪਕੜੀ ਹੈ ਰਾਵਰ ਸਰ ਸਫਰ ਨੇ ਕੋਈ ਆਪ ਦੇ ਬਰਾਬਰ ਹੋਰ ਸਾਡੇ ਲਈ ਕੋਈ ਨਹੀਂ ਸਫਲਤਾ ਨਿੱਜ ਕਰ ਦੁੱਖ ਹੋਈ ਤੁਹਾਡਾ ਦਰਸ਼ਨ ਸਫਲਿਆ ਤੁਹਾਡੇ ਦਰਸ਼ਨ ਕਰਕੇ ਦੁੱਖਾਂ ਦੇ ਨਾਸ ਹੋ ਦੁੱਖਾਂ ਨੂੰ ਨਾਸ ਕਰ ਲਿਆ ਹੈ ਸੁਣੀ ਬਿਨਾਂ ਜਬ ਕਰਨਾ ਇਹਨਾਂ ਜਦੋਂ ਕਿਰਪਾ ਦੀ ਐਨ ਘਰ ਨੇ ਬੇਨਤੀ ਸੁਣੀ ਕੇਵਲ ਦਾ ਉਚਰੇ ਸ਼ੁਭ ਬਹਿਨਾ ਕਲਿਆਣਕਾਰੀ ਸਾਰੇ ਬਚਨ ਪਵਿੱਤਰ ਕਹੇ ਮਾਰਨ ਸਤਨਾਮ ਜੁਗੋ ਕੀਜਿਆ ਜਾਪੂ ਸਤਨਾਮ ਦਾ ਹਮੇਸ਼ਾ ਜਾਪ ਕਰੀਏ ਤੁਮਰੇ ਨਾਸੇ ਤਿੰਨੋਂ ਤਾਪੂ ਤੁਹਾਡੇ ਤਿੰਨੇ ਤਾਪ ਆਦਿ ਵਿਆਦੀ ਉਪਾਧੀ ਦੂਰ ਹੋ ਜਾਣਗੇ ਨਾਮ ਤਰੀਕ ਪੈ ਸਿੱਖ ਦੋਏ ਉਹ ਨਾਮ ਤਰੀਕ ਸਿੱਖ ਸਾਰੇ ਹੋ ਗਏ ਗੁਰੂ ਗੁਰੂ ਜਾਪ ਜਪੇ ਪ੍ਰਮੁੱਖ ਹੋਏ ਗੁਰੂ ਗੁਰੂ ਜਾਪ ਕਰਦੇ ਆ ਸਾਰਾ ਭਰਮ ਨਾਸ ਕਰਕੇ ਕਿਤੇ ਕਿਤੇ ਗੁਰੂ ਦਾ ਡੇਰਾ ਕਰਕੇ ਕਿੰਨੇ ਦਿਨ ਮਾਰੇ ਇੱਥੇ ਡੇਰਾ ਕਰਕੇ ਪੁੰਨ ਗਮਨੇ ਉਪਕਾਰ ਵਿਚਰ ਗਿਆ ਫਿਰ ਪਰਉਪਕਾਰ ਕਰਨ ਵਾਸਤੇ ਵਿਚਰਨ ਵਾਸਤੇ ਅੱਗੇ ਚੱਲ ਪਿਆ ਇਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰ ਦੇ ਤੀਰਥ ਵਿਚਨ ਪ੍ਰਸੰਗ ਵਰਨੋ ਨਾਮ ਨਾਮੋ ਅਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।